ਪੱਤਰਕਾਰ ਨੂੰ ਤੁਸੀਂ ਕਹਿੰਦੇ ਹੋ ਵੀ ਤੂੰ ਲੀਡਰ ਦੀ ਪਗਲ ਆ ਕਿ ਆ ਜਾ ਹਾਂ ਤੇ ਤੁਸੀਂ ਲੀਡਰ ਨਾਲ ਸੈਲਫੀਆਂ ਕਰਾਉਣ ਲੱਗ ਪਏ ਤੁਸੀਂ ਵੋਟਾਂ ਵੀ ਰੋਣ ਪੱਤਰਕਾਰ ਨੂੰ ਕਹਿੰਦੇ ਹੋ ਵੀ ਤੂੰ ਲੀਡਰ ਦੀ ਸੰਗੀ ਘੁੱਟ ਦੇ ਹੂੰ ਤੇ ਤੁਸੀਂ ਲੀਡਰ ਦੀਆਂ ਡਰੈਗ ਰੂਮ ਵਿੱਚ ਫੋਟੋਆਂ ਲਈ ਬੈਠੇ ਕਿਉਂ ਵੀ ਮੈਂ ਇਸ ਗੱਲ ਦੀ ਸਹੁੰ ਦੇ ਸਕਦਾ ਹਾਂ ਸੁਰਾਜ ਦੇ ਜੀ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅੱਜ ਤੱਕ ਕਦੀ ਗਲਤ ਬੰਦਾ ਪ੍ਰਮੋਟ ਨਹੀਂ ਕੀਤਾ ਜਿੰਦਗੀ 'ਚ ਇਹ ਸੂਲ ਬਣਾਇਆ ਹੋਇਆ ਆਪਣੇ ਨਾਲ ਵਾਅਦਾ ਤੇ ਮਹਾਰਾਜ ਨੂੰ ਕਿਹਾ ਵੀ ਕਿ ਇਸ ਗੱਲ ਦੀ ਤਾਕਤ ਵੀ ਬਖਸ਼ੋ ਗਲਤ ਬੰਦਾ ਪ੍ਰੋਮੋਟਰ ਮੈਂ ਤਾਂ ਉਸ ਪਰਿਵਾਰ ਚੋਂ ਆਇਆ ਸਗਰਾਜੇ ਕਿ ਜਿਹਦੇ ਘਰੇ ਫੈਵਿਕਲ ਦਾ ਡੱਬਾ ਖਾਲੀ ਹੁੰਦਾ ਸੀ ਨਾ ਤੇ ਮਾਂ ਸਾਡੀ ਉਹ ਵਿੱਚ ਬਿਸਕਟ ਪਾ ਲੈਂਦੀ ਸੀ ਤੇ ਮਤਲਬ ਜੇ ਕਿਸੇ ਦਾ ਡੱਬਾ ਵੀ ਸੋਨਾ ਜਾ ਜਾਂਦਾ ਸੀ ਤੇ ਰੱਖ ਲਈਦਾ ਇਸਾਮ ਤੇ ਚਲੋ ਇਹ ਜਿ ਸਮਾਨ ਪਾ ਕੇ ਰੱਖ ਲਿਆ ਬਾਰਾ 2015 ਚ ਜਗ ਬਣੀ ਆਇਆ ਜਗ ਬਣੀ ਆ ਕੇ ਮੇਰਾ ਮੁਕੱਦਰ ਬਦਲ ਗਿਆ 8 ਸਾਲਾਂ ਮੇਰਾ ਮੁਕੱਦਰ ਤਾਂ ਲੱਗཔ་ 8 ਸਾਲਾਂ ਚ ਜਗਬਾਨ ਨੇ ਜੋ ਮੈਨੂੰ ਦਿੱਤਾ ਸਾਡੇ ਕਿਤੇ ਚ 50 ਸਾਲਾਂ ਦੇ ਵਿੱਚ ਵੀ ਲੋਕਾਂ ਨੂੰ ਨਹੀਂ ਮਿਲਿਆ ਇਹਦੇ ਲਈ ਮੈਂ ਪੂਰੇ ਪੰਜਾਬ ਕੇਸ ਗਰੁੱਪ ਦਾ ਔਰ ਮੇਰੇ ਮਾਲਕਾਂ ਦਾ ਮੈਂ ਬੜਾ ਧੰਨਵਾਦੀ ਹਾਂ ਸੁਖਰਾਜ ਤੁਸੀਂ ਵੀ ਬਤੌਰ ਜਰਨਲਿਸਟ ਵੇਖਿਆ ਹੋਣਾ ਜੀ ਬਹੁਤ ਘੱਟ ਪੱਤਰਕਾਰ ਆ ਜਿਨ੍ਹਾਂ ਨੂੰ ਕੰਪਨੀਆਂ ਇੰਨੇ ਨੇ ਵੱਡੇ ਮੌਕੇ ਦਿੰਦੀਆਂ ਹਾਂ ਕੰਪਨੀ ਕਦੇ ਬੰਦੇ ਨੂੰ ਵੱਡਾ ਹੁੰਦਾ ਨਹੀਂ ਵੇਖਦੀ ਪਰ ਪੰਜਾਬ ਕੇਸਲੀ ਗਰੁੱਪ ਅਜਿਹਾ ਹੈ ਜਿਹੜਾ ਕਿ ਬੰਦੇ ਨੂੰ ਵੱਡਾ ਕਰ ਰਿਹਾ ਤੇ ਮੈਂ ਮਹਿਸੂਸ ਕਰਦਾ ਹਾਂ ਇਹਦੇ ਚ ਮੇਰੇ ਸਾਰੇ ਬੌਸਸ ਦਾ ਜੀ ਬਹੁਤ ਵੱਡਾ ਰੋਲ ਹੈ ਕਿ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਹਾਲਾਂਕਿ ਮੈਂ ਕਈ ਵਾਰੀ ਮਹਿਸੂਸ ਕਰਦਾ ਨਾ ਮੈਂ ਲੱਲੂ ਗਰੀ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਆਪਾਂ ਤਾਂ ਇੰਨੇ ਜੋਗੇ ਹੈ ਹੀ ਨਹੀਂ ਸੀ ਜਿੱਥੇ ਮਾਲਕ ਨੇ ਪਹੁੰਚਾਇਆ ਪਰ ਉਹਦੇ ਚ ਕਲੈਕਟਿਵ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਆ ਸਭ ਤੋਂ ਪਹਿਲਾਂ ਤੁਹਾਡਾ ਪਰਿਵਾਰ ਯੋਗਦਾਨ ਪਾਉਂਦਾ ਤੁਹਾਡੀ ਫੈਮਿਲੀ ਕਿਉਂਕਿ ਮੇਰੇ ਫਾਦਰ ਸਾਹਿਬ ਅਰਦਾਸ ਅੰਦਰ ਪਾਸਿੰਗ ਸੋਡੀ ਮੇਰੀ ਮਾਤਾ ਜੀ ਸ਼੍ਰੀਮਤੀ ਰਵਿੰਦਰ ਕੌਰ ਮੇਰੀ ਪਤਨੀ ਸੰਦੀਪ ਕੌਰ ਇਹਨਾਂ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਚੰਗੀ ਇੱਕ ਖਾਸ ਮੇਰੇ ਫਾਦਰ ਮੈਨੂੰ ਕਈ ਵਾਰ ਕਹਿ ਦਿੰਦੇ ਆ ਕਿ ਤੂੰ ਤੇਰੀ ਆਦਤ ਜੜੀ ਹੈਗੀ ਹੈ ਇਹ ਤੇਰੇ ਦਾਦੇ ਰਗੀ ਹੈ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਮੈਨੂੰ ਉਹਨਾਂ ਦੀ ਸੰਗਤ ਮਨਣ ਦਾ ਵੀ ਮੌਕਾ ਮਿਲਿਆ ਤੇ ਕਈ ਵਾਰ ਕੁਝ ਗੱਲਾਂ ਹੈਰਿਡਿਟੀ ਜੀ ਤੁਹਾਨੂੰ ਮਿਲ ਜਾਂਦੀਆਂ ਨੇ ਤੇ ਮਨ ਲਾਦਾ ਮੇਰੇ ਦਾਦਾ ਜੀ ਤੋਂ ਮੈਨੂੰ ਕਲਮ ਜ਼ੁਬਾਨ ਭਾਸ਼ਾ ਦੰਨੀ ਥੋੜੀ ਬਹੁਤ ਲਿਆਕਤ ਆਈ ਸਾਰੀਆਂ ਚੀਜ਼ਾਂ ਉੱਥੇ ਮੇਰੇ ਅੱਗੇ ਆਈਆਂ ਸਭ ਤੋਂ ਤਰਮਾਦੀ ਤਾਂ ਮੈਂ ਬਾਦਸ਼ਾਹ ਦਾ ਪੰਜਾਬੀ ਮਾਂ ਬੋਲੀ ਦਾ ਜਿਹਦੇ ਕਰਕੇ ਰੋਟੀ ਖਾਈਏ ਨਾ ਸਹੀ ਮੈਨੇ ਕੋਈ ਸੇਵਾ ਸੁਵਾ ਨਹੀਂ ਬਈ ਬੋਲੀ ਮੇਰੀ ਸੇਵਾ ਕਰਦੀ ਮਾਤਾ ਜਾਨਾ ਸਾਡਾ ਸਾਰਾ ਟੋਟਾ ਇਸ ਬੋਲੀ ਦੇ ਸਿਰ ਤੇ ਚੱਲਦਾ ਪਤਾ ਨਹੀਂ ਕਿਉਂ ਮੈਨੂੰ ਹੁੰਦਾ ਨਹੀਂ ਕਿ ਕੈਮਰਾ ਆਨ ਹੋ ਜਾਣਾ ਇੱਕ ਵੱਖਰੀ એનર્ਜੀ ਤੋਂ ਡੇਚ ਆ ਜਾਂਦੀ ਹਾਂ ਦਲੇਰੀ ਹੁੰਦੀ ਪੱਤਰਕਾਰ ਦੀ ਤਾਕਤ ਹੁੰਦੀ ਹੈ ਹਾਂ ਕੁਝ ਕੁਝ ਵੀ ਪੁੱਛੋ ਹੁਣ ਥੋੜੀ ਜਦੋਂ ਕੈਮਰੇ ਆਨ ਹੋ ਜਾਂਦੇ ਨੇ ਨਾ ਸਟ੍ਰੈਸ ਆ ਜਾਂਦਾ ਉਹ ਤੋਂ ਪਤਾ ਨਹੀਂ ਕਿਉਂ ਇੱਕ ਇੱਕ ਆਪਣੇ ਆਪ ਹੀ એનર્ਜੀ ਆ ਜਾਂਦੀ ਜਿਹੜਾ ਪਹਿਲਾਂ ਕਿਹਾ ਨਹੀਂ ਹੁੰਦਾ ਨਾ ਚਾਹ ਕੋਈ ਨਹੀਂ ਪੁੱਛਦੇ ਉਹ ਵੀ ਪੁੱਛ ਲਈਦਾ ਸਤਿ ਸ਼੍ਰੀ ਅਕਾਲ ਯੂ ਗੈਸਰ ਵਾਚਿੰਗ ਦਾ ਸੁਖਰਾਸ਼ ਸ਼ੋਅ ਤੇ ਅੱਜ ਮੇਰੇ ਨਾਲ ਨੇ ਉਹ ਪਰਸਨ ਜਿਹੜੇ ਅਕਸਰ ਕੀ ਏ ਸੀਟ ਤੇ ਹੁੰਦੇ ਨੇ ਇਧਰਲੇ ਵਾਲੀ ਸਾਈਡ ਹੁੰਦੇ ਨੇ ਪਰ ਅੱਜ ਅਸੀਂ ਉਧਰ ਵਾਲੀ ਸਾਈਡ ਬਿਠਾਇਆ ਕਿਉਂਕਿ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦੇ ਅਸੀਂ ਇਸ ਲਾਈਨ ਦੇ ਬਾਰੇ ਵੈਲਕਮ ਹਰਮਨਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਇਹ ਸ਼ੋਅ ਦੇ ਵਿੱਚ ਬਹੁਤ ਧੰਨਵਾਦ ਸੁਖਰਾਜ ਜੀ ਤੁਹਾਡਾ ਬੜੀ ਮਿਹਰਬਾਨੀ ਕਿ ਤੁਸੀਂ ਆਪਣੇ ਪਲੇਟਫਾਰਮ ਤੇ ਮੈਨੂੰ ਇਨਵਾਈਟ ਕੀਤਾ ਆਪਣੀ ਗੱਲਬਾਤ ਰੱਖਣ ਦੇ ਲਈ ਜੀ ਨੇ ਮਿਹਰਬਾਨੀ ਤਾਂ ਸਾਡੀ ਤੁਹਾਡੂ ਆ ਕਿ ਤੁਸੀਂ ਆਏ ਸਾਡੇ ਕਹਿਣ ਦੇ ਉੱਤੇ ਪਤਾ ਹੈ ਕਿਉਂਕਿ ਤੁਸੀਂ ਬਹੁਤ ਬੀਜ਼ੀ ਹੋ ਤੇ ਪੰਜਾਬ ਦੇ ਉੱਗੇ ਪੱਤਰਕਾਰਾਂ ਦੇ ਵਿੱਚ ਤੁਹਾਡਾ ਨਾਮ ਆਉਂਦਾ ਇਹਦੀ ਅਸਲ ਦੇ ਵਿੱਚ ਹਨਾ ਜਦੋਂ ਤੁਸੀਂ ਫੋਟੋਸ ਪਾਉਣੇ ਹੋਵੋਗੇ ਕਿ ਅੱਜ ਮੈਂ ਇਸ ਦੇਸ਼ ਵਿੱਚ ਅੱਜ ਮੈਂ ਉਸ ਦੇਸ਼ ਵਿੱਚ ਆ ਬਹੁਤ ਸਾਰੇ ਲੋਕ ਇਹਨਾਂ ਨੇ ਰਮਨਦੀਪ ਬਾਈ ਦੇ ਨਜ਼ਾਰੇ ਆ ਪਰ ਉਸ ਪਿਛਲੀ ਸਟਰਗਲ ਨਹੀਂ ਕੋਈ ਜਾਣਦਾ ਹੋਣਾ ਨਾ ਕਿ ਕਿਵੇਂ ਸ਼ੁਰੂਆਤ ਹੋਈ ਕਿਵੇਂ ਸਾਰਾ ਕੁਝ ਹੋਇਆ ਤੇ ਇਸ ਲਾਈਨ ਦੇ ਵਿੱਚ ਕੀ ਕੀ ਦਿੱਕਤਾਂ ਆਉਂਦੀਆਂ ਮੇਰਾ ਜਿਹੜਾ ਤੁਹਾਡਾ ਪੋਡਕਾਸਟ ਕਰਨ ਦਾ ਮਤਲਬ ਸੀਗਾ ਉਹ ਇਹੀ ਸੀਗਾ ਕੀ ਇਸ ਲਾਈਨ ਦੇ ਵਿੱਚ ਕੀ ਦਿਖਦਾ ਉਹ ਆਪਾਂ ਸਾਨੀਆਂ ਜ਼ਰੂਰ ਕਰਨੀਆਂ ਨੇ ਦੇਖੋ ਜਦੋਂ ਬੰਦੇ ਨੂੰ ਕੋਈ ਕਾਮਯਾਬੀ ਤੇ ਦੇਖਦਾ ਨਾ ਹਾਂ ਤੇ ਐਕਚੁਅਲੀ ਕਾਮਯਾਬੀ ਸੁਖਰਾਜ ਜੀ ਦਿਸ ਦੀ ਬਹੁਤ ਛੇਤੀ ਹੈ ਜੀ ਜਿਹੜੀ ਤੋਂ ਡਿਸਟ੍ਰਗਲ ਹੁੰਦੀ ਉਹ ਦਿਸਦੀ ਨਹੀਂ ਹੈ ਹਾਂ ਸਟ੍ਰਗਲ ਹੁੰਦੀ ਗੁੱਜੀ ਕਿਉਂਕਿ ਜਦੋਂ ਤੁਸੀਂ ਚੱਪਲਾਂ ਪਾ ਕੇ ਸਕੂਲ ਜਾ ਰਹੇ ਹੋ ਕਿਹਨੂੰ ਵਿਖਾਓਗੇ ਹਾਂ ਤੁਸੀਂ ਜਦੋਂ ਰੇ ਦੀ ਬੋਰੀ ਵਾਲਾ ਗੱਟੇ ਦਾ ਬਸਤਾ ਲੈ ਕੇ ਸਕੂਲ ਜਾ ਰਹੇ ਹੋ ਕਿਹਨੂੰ ਵਿਖਾਓਗੇ ਜੀ ਤੁਸੀਂ ਨਾਲ ਇੱਕ ਗੱਟਾ ਲੈ ਕੇ ਜਾ ਰਹੇ ਹੋ ਬੈਠਣ ਵਾਸਤੇ ਹੂੰ ਤੁਸੀਂ ਕਿਹਨੂੰ ਵਿਖਾਓਗੇ ਹਾਂਜੀ ਮੈਂ ਉਹ ਸਕੂਲ ਦਾ ਵਿਦਿਆਰਥੀ ਰਹੈਂ ਜਿੱਥੇ ਮੈਂ ਬੂਰੀ ਲੈ ਕੇ ਜਾਂਦਾ ਰਿਹਾ ਨਾਲ ਹੂੰ ਕੱਟੇ ਦਾ ਬਸਤਾ ਮੇਰੀ ਮਾਂ ਸਾਨੂੰ ਬਣਾ ਕੇ ਦਿੰਦੀ ਸੀ ਤੇ ਅਸੀਂ ਗੱਟੇ ਤੇ ਯੂਰੀ ਵਾਲੇ ਤੇ ਨਾਮ ਲਿਖ ਕੇ ਲੈ ਜਾਣਾ ਰਮਨਦੀਪ ਸਿੰਘ ਜੀ ਤੇ ਕਲਾਸ ਦੀ ਚੁੰਡ ਚ ਰੱਖ ਦੇਣਾ ਅਗਲੇ ਦਿਨ ਆ ਕੇ ਫਿਰ ਨਾਮ ਵੇਖ ਕੇ ਪਛਾਣਾ ਮਿਛਾਉਣਾ ਤੇ ਉਹਦੇ ਤੇ ਬਹਿ ਜਾਣਾ ਸਾਡੇ ਸਕੂਲ ਤੇ ਡੈਸਕ ਵੀ ਨਹੀਂ ਹੁੰਦੀ ਸੀ ਪਿੰਡ ਵਾਲੇ ਸਕੂਲ ਮੈਂ ਪਿੰਡ ਵਾਲੇ ਸਕੂਲ ਚ ਪੜਿਆ ਮਤਲਬ ਕੁਝ ਕਲਾਸਾਂ ਤੱਕ ਸਾਨੂੰ ਇਹ ਸੌਦਾ ਮਿਲੀ ਹੂੰ ਡੈਸਕ ਵਾਲੀ ਤੇ ਕੁਝ ਕਲਾਸਾਂ ਤੱਕ ਸਾਨੂੰ ਸੁਵਿਧਾ ਨਹੀਂ ਵੀ ਮਿਲੀ ਤੇ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਤਾਂ ਉਹ ਪੜੇ ਹੁਣ ਦੱਸੋ ਤੁਸੀਂ ਗੱਟੇ ਨਾਲ ਫੋਟੋ ਕੌਣ ਪਾਉਂਦਾ ਹਾਂ ਹੁਣ ਜਦੋਂ ਜਹਾਜ਼ ਚੜ੍ਹਦਾ ਤਾਂ ਬੰਦਾ ਪ੍ਰਾਪਤੀਆਂ ਹੀ ਸ਼ੋਅ ਆਫ ਕਰਦਾ ਨਾ ਜੀ ਸੁਭਾਵਕ ਤੌਰ ਤੇ ਆ ਤੁਸੀਂ ਸੋਸ਼ਲ ਮੀਡੀਆ ਨੂੰ ਦੇਖ ਲਓ ਸੁਗਰਾਜ ਜੀ ਹਾਂ ਮੀਰੀਰ ਕਾ ਗੱਡੀ ਲੈ ਕੇ ਆਉਂਦਾ ਜੀ ਕਹਿੰਦਾ ਨਿਊ ਟਵਾਏ ਹਾਂ ਅੱਛਾ ਉਹ ਲਿਖਦਾ ਵੀ ਕਿਸਤਾਂ ਦੇ ਲਈ ਆ ਹਾਂ ਇਹ ਇਹ ਗੱਲ ਸਹੀ ਹੈ ਤੁਹਾਡੀ ਤੁਸੀਂ ਹਮੇਸ਼ਾ ਫੇਸਬੁਕ ਤੇ ਜਿਹੜਾ ਸੈਲੀਬ੍ਰੇਟ ਕੀਤਾ ਜਾਊਗਾ ਉਹ ਅਚੀਵਮੈਂਟਸ ਨੂੰ ਕੀਤਾ ਜਾਊਗਾ ਛੁੱਠੀ ਦੁਨੀਆ ਫੇਸਬੁਕ ਤੋਂ ਐ ਮੇਰੇ ਵਰਗਾ ਵੇਖਣ ਚ ਲਾਦਾ ਪਤਾ ਨਹੀਂ ਯਾਰ ਕਿੱਡਾ ਕਿ ਤਗੜਾ ਬੰਦਾ ਵੀ ਇਹਦੀ ਤੇ ਚੜ੍ਹਾਈ ਬਹੁਤ ਹੈ ਹਾਂਜੀ ਦਰਅਸਲ ਸੋਸ਼ਲ ਮੀਡੀਆ ਤੇ ਦਿਸਦੀਆਂ ਹੀ ਪ੍ਰਾਪਤੀਆਂ ਜੀ ਕੌਣ ਪਾਉਂਦਾ ਤੁਸੀਂ ਮੈਨੂੰ ਦੱਸੋ ਮੈਂ ਘਰੇ ਉੱਥੇ ਪਾਟਿਆ ਜਾਂ ਪਜਾਮਾ ਪਾ ਕੇ ਚੱਪਲਾਂ 'ਚ ਬੈਠਾ ਵਾਂ ਜਾਂ ਫੋਟ ਪਾਉਂਗਾ ਨਹੀਂ ਪਾਉਂਦੇ ਨਾ ਲੋਕ ਸਾਡੇ ਤਾਂ ਫੋਟੋ ਕਰਾਉਣ ਲੱਗਿਆਂ ਵੀ ਵੇਖ ਲੈਂਦੇ ਕਿ ਕੰਨ ਤੋਂ ਕਲੀ ਤਾਂ ਲੱਥੀ ਕਿਤੇ ਹਾਂ ਲੱਥੀ ਹੋਏ ਦੂਜੇ ਪਾਸੇ ਪਾਉਂਦੇ ਦਰਅਸਲ ਕਾਰਨ ਇਹ ਹੈ ਤੁਸੀਂ ਜਿੱਤੋਂ ਗੱਲ ਸ਼ੁਰੂ ਕੀਤੀ ਹੈ ਉਹਦੇ ਬੰਦਿਆਂ ਨੂੰ ਦ ਵਖਾਇਆ ਜਾਂਦਾ ਬੇਸਿਕਲੀ ਉਹ ਮਾੜਾ ਪੱਕ ਵਖਾਇਆ ਹੀ ਨਹੀਂ ਜਾਂਦਾ ਆਨ ਦਾ ਅਦਰ ਹੈਂਡ ਸਟਰਗਲ ਦਿਸਦੀ ਨਹੀਂ ਕਿਉਂਕਿ ਉਦੋਂ ਤੁਸੀਂ ਕੁਝ ਹੁੰਦੇ ਨਹੀਂ ਤੁਹਾਨੂੰ ਕੋਈ ਜਾਣਦਾ ਨਹੀਂ ਹੁੰਦਾ ਜੇ ਤੁਸੀਂ ਪ੍ਰਸਿੱਧ ਹੋ ਜਾਂਦੇ ਹੋ ਤੁਸੀਂ ਕਾਮਯਾਬ ਹੋ ਜਾਂਦੇ ਹੋ ਤਾਂ ਫਿਰ ਤੁਸੀਂ ਕਿਸੇ ਨੂੰ ਦੱਸੋ ਨਾ ਦੱਸੋ ਲੋਕ ਤੁਹਾਨੂੰ ਪਾਲਣਾ ਵੀ ਸ਼ੁਰੂ ਕਰ ਦਿੰਦੇ ਆ ਤਾਂ ਮੇਰਾ ਖਿਆਲ ਹੈ ਵੀ ਇਹੀ ਕਾਰਨ ਹੈ ਮੈਂ ਤਾਂ ਉਸ ਪਰਿਵਾਰ ਚੋਂ ਆ ਸੁਖਰਾਜ ਕਿ ਜਿਹਦੇ ਘਰੇ ਫੇਵਿਕੋਲ ਦਾ ਡੱਬਾ ਖਾਲੀ ਹੁੰਦਾ ਸੀ ਨਾ ਤੇ ਮਾਂ ਸਾਡੀ ਉਹ ਚ ਬਿਸਕਟ ਪਾ ਲੈਂਦੀ ਸੀ ਹਾਂ ਤੇ ਮਤਲਬ ਜੇ ਕਿਸੇ ਦਾ ਡੱਬਾ ਵੀ ਸੋਣਾ ਜਾ ਜਾਂਦਾ ਸੀ ਤਾਂ ਰੱਖ ਲਈਦਾ ਸੀ ਸਾਹਮ ਕੇ ਚਲੋ ਇਹ ਚ ਕੋਈ ਸਮਾਨ ਪਾ ਕੇ ਰੱਖ ਲਾ ਪਰ ਮੈਨੂੰ ਲੱਗਦਾ ਹੈ ਕਿ ਤੁਹਾਡੀ ਇਹ ਮੇਰਾ ਮੇਰੀ ਨਿੱਜੀ ਸੋਚ ਹੈ 80% ਤੁਹਾਡਾ ਮੁਕੱਦਰ ਕਿਸਮਤ ਵਾਹਿਗੁਰੂ ਦੀ ਬਖਸ਼ਿਸ਼ ਜੀ ਤੇ 20% ਤੁਹਾਡੀ ਮਿਹਨਤ ਪਰ ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਵੀ ਮੈਂ 20 ਚੋਂ 20% ਮਿਹਨਤ ਕੀਤੀ ਹੈ ਹੂੰ ਤੇ 80 ਫੀਸਡ ਮੁਕੱਦਰ ਆ ਇਹ ਪਰਮਾਤਮਾ ਮਿਹਨਤ ਤਾਂ ਮੇਰੀ ਗੱਲ ਸੁਣੋ ਮੇਰਾ ਕੈਮਰਾਮੈਨ ਹੈ ਸਤਨਾਮ ਸਿੰਘ ਜੀ ਇੱਕ ਦੌਰ ਚ ਮੈਂ ਉਹਦੇ ਕੋਲ ਕੈਮਰਾ ਸਿੱਖਦਾ ਸੀ 2005 6 ਦੀ ਗੱਲ ਹੈ ਉਹ ਅੱਜ ਮੇਰਾ ਕੈਮਰਾਮੈਨ ਹੈ ਇਹ ਨਹੀਂ ਹੈ ਕਿ ਕੋਈ ਇਸ ਗੱਲ 'ਚ ਨੀਵਾ ਹੋ ਗਿਆ ਪਰ ਗੱਲ ਇਹ ਉਹ ਕੈਮਰਾਮੈਨ ਦਾ ਕੈਮਰਾਮੈਨ ਹੈ ਜੀ ਖਾਲਾ ਕਿ ਸਾਨੂੰ ਵੀ ਕੈਮਰੇ ਵਿਖਾ ਰਿਆ ਨਾ ਹਾਂਜੀ ਪਰ ਤੁਸੀਂ ਕੈਮਰਾਮੈਨ ਦਾ ਸੰਘਰਸ਼ ਵੇਖੋ ਨਾ ਬਿਲਕੁਲ ਸਾਰੀ ਜ਼ਿੰਦਗੀ ਕੈਮਰੇ ਦੇ ਪਿੱਛੇ ਰਹਿ ਕਿ ਪਤਾ ਨਹੀਂ ਕਿੰਨੇ ਕਿੰਨੇ ਲੋਕਾਂ ਨੂੰ ਅੱਜ ਦੁਨੀਆ ਦੇ ਜਿੰਨੇ ਟੈਲੀਵਿਜ਼ਨ ਤੇ ਪ੍ਰਸਿੱਧ ਸ਼ਖਸੀਅਤਾਂ ਚਾਹੇ ਉਹ ਕਿਸੇ ਵੀ ਖਿੱਤੇ ਦੀਆਂ ਹੋਣ ਉਹਨਾਂ ਨੂੰ ਬਣਾਇਆ ਕਿਨੇ ਕੈਮਰਾਮੈਨ ਮੈਨੂੰ ਪੰਜ ਦੁਨੀਆਂ ਦੇ ਪ੍ਰਸਿੱਧ ਕੈਮਰਾਮੈਨ ਦੇ ਨਾਮ ਦੱਸ ਦਿਓ ਸਾਹਮਣੇ ਹੀ ਨਹੀਂ ਆਉਂਦੇ ਕਿਹੜੇ ਪਪੂਲਰ ਕੈਮਰਾਮੈਨ ਪਰ ਮੈਨੂੰ ਕੈਮਰੇ ਦੇ ਤੌਰ ਤੇ ਬਹੁਤ ਸਾਰੇ ਕੈਮਰਾਮੈਨਾਂ ਨੇ ਮ ਕੰਮ ਕੀਤਾ ਮਿਹਰਬਾਨ ਸਿੰਘ ਜੀ ਨੇ ਕੰਮ ਕੀਤਾ ਮੇਰੇ ਬੜੇ ਅچھے ਮਿੱਤਰ ਨੇ ਔਰ ਸਤਨਾਮ ਸਿੰਘ ਕੈਮਰਾਮੈਨ ਇਹ ਇਹ ਲੋਕ ਮੈਨੂੰ ਬਣਾਉਣ ਵਾਲੇ ਆ ਜਿਹੜੇ ਮੈਨੂੰ ਸਕਰੀਨ ਤੇ ਲੈ ਕੇ ਆ ਤੇ ਆਪ ਕਦੀ ਮੂਰੇ ਨਹੀਂ ਆਏ ਬਿਲਕੁਲ ਸੋ ਇਸ ਕਰਕੇ ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਨਾ ਕਿ ਤੁਹਾਡੀ ਮਿਹਨਤ ਵੀ ਫੀਸਾ ਦੀ ਕੰਮ ਕਰਦੀ ਹੈ ਮੇਰੀ ਨਿੱਜੀ ਜ਼ਿੰਦਗੀ 'ਚ ਇਹ ਗੱਲ ਮੈਂ ਮਹਿਸੂਸ ਕਰਦਾ ਕਿ 80% ਤੁਹਾਡਾ ਮਕੱਦਮਾ ਕਿਉਂਕਿ ਸੰਘਰਸ਼ ਕਰਨ ਵਾਲੇ ਤਾਂ ਬਹੁਤ ਬੰਦੇ ਪਏ ਬਿਲਕੁਲ ਸਮਾਰਟ ਵਰਕ ਤੇ ਹਾਰਡ ਵਰਕ 'ਚ ਬਹੁਤ ਫਰਕ ਹੈ ਜੀ ਬਿਲਕੁਲ ਅ ਜਿਵੇਂ ਤੁਸੀਂ ਕੈਮਰਾਮੈਨ ਦੀ ਗੱਲ ਕੀਤੀ ਇਹ ਗੱਲ ਸਹੀ ਆ ਕਿਉਂਕਿ ਜਿੰਨੀ ਪੰਜਾਬੀ ਫਿਲਮਾਂ ਦੀ ਡੀਓਪੀ ਆ ਬਹੁਤ ਵਧੀਆ ਵਧੀਆ ਡੀਓਪੀ ਹੈਗੇ ਆ ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਫਿਲਮਾਂ ਵਾਲੇ ਹੋਰ ਚ ਇੰਡਸਟਰੀ ਦੇ ਵਿੱਚ ਉਹਨਾਂ ਦੇ ਨਾਮ ਬਣੀ ਨਾ ਹੁੰਦਾ ਡਾਇਰੈਕਟਰਾਂ ਦਾ ਨਾਮ ਮੁਰੇ ਆ ਜਾਂਦਾ ਸਾਰਾ ਤਾਂ ਪਰ ਜਿਨੇ ਉਹ ਕੈਮਰੇ ਦੀ ਅੱਖ ਨਾਲ ਉਹ ਫਰੇਮ ਸਾਜਿਆ ਹੁੰਦਾ ਉਹਨਾਂ ਦਾ ਨਾਮ ਜਿਹੜਾ ਉਹ ਸਾਹਮਣੇ ਨਹੀਂ ਆਉਂਦਾ ਫਿਲਮ ਲਿਖਣ ਵਾਲਿਆਂ ਨੂੰ ਬਈ ਜਾਣਦਾ ਹੀ ਕੋਈ ਨਹੀਂ ਹਾਂ ਇਹ ਅੱਡੋ ਅੱਡੀ ਕਿਰਦਾਰ ਹੈ ਅਸੀਂ ਜ਼ਿੰਦਗੀ 'ਚ ਵੀ ਕਿਰਦਾਰ ਨਿਭਾ ਰਹੇ ਆ ਤੇ ਉਸੇ ਤਰ੍ਹਾਂ ਵੀ ਕਿਰਦਾਰ ਨਿਭਾ ਰਹੇ ਆ ਮੁਸ਼ਕਲਾਂ ਕਦੀ ਐ ਨਹੀਂ ਹੁੰਦਾ ਹੁੰਦਾ ਵੀ ਹਾਲਾਂਕਿ ਮੈਂ ਕਈ ਵਾਰੀ ਮਹਿਸੂਸ ਕਰਦਾ ਨਾ ਵੀ ਮੈਂ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਆਪਾਂ ਤਾਂ ਇੰਨੇ ਜੋ ਕੇ ਹੈ ਹੀ ਨਹੀਂ ਸੀ ਜਿੱਥੇ ਮਾਲਕ ਨੇ ਪਹਚਾਤਾ ਪਰ ਉਹਦੇ ਚ ਕਲੈਕਟਿਵ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਆ ਸਭ ਤੋਂ ਪਹਿਲਾਂ ਤੁਹਾਡਾ ਪਰਿਵਾਰ ਯੋਗਦਾਨ ਪਾਉਂਦਾ ਤੁਹਾਡੀ ਫੈਮਿਲੀ ਕਿਉਂਕਿ ਮੇਰੇ ਫਾਦਰ ਸਾਹਿਬ ਸਰਦਾਰ ਸੁੰਦਰਪਾਲ ਸਿੰਘ ਸੋਢੀ ਮੇਰੇ ਮਾਤਾ ਜੀ ਸ਼੍ਰੀਮਤੀ ਰਵਿੰਦਰ ਕੌਰ ਮੇਰੀ ਪਤਨੀ ਸੰਦੀਪ ਕੌਰ ਇਹਨਾਂ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਤੁਹਾਡੇ ਦਾਦਾ ਜੀ ਵੀ ਕਾਫੀ ਸਿਆਸੀ ਤੁਸੀਂ ਦੱਸਦੇ ਨਾ ਮੇਰੇ ਦਾਦਾ ਜੀ ਸਵਰਗਵਾਸੀ ਸਰਦਾਰ ਮਾਸਟਰ ਬਖਸ਼ੀਤ ਸਿੰਘ ਸੋਢੀ ਉਹ ਬਹੁਤ ਪੜ੍ਹੇ ਲਿਖੇ ਸੀ ਮੇਰੇ ਪਰਦਾਦਾ ਜੀ ਐਫਸੀ ਕਾਲੀ ਲਾਹੌਰ ਪੜੇ ਸੀ ਹੀ ਵਾਸ ਜੂਨੀਅਰ ਟੂ ਸ਼ਹੀਦ ਪਖ ਸਿੰਘ ਓਕੇ ਸਾਡਾ ਪਰਿਵਾਰ politically ਬਹੁਤ ਐਕਟਿਵ ਰਿਹਾ ਤੇ ਦਾਦਾ ਜੀ ਮੇਰੇ ਕਾਬਲ ਬਹੁਤ ਸੀ ਡਬਲ ਐਮ ਐਸ ਉਹ ਜੀ ਤੇ ਉਹ ਦਾ ਹਿੰਦੂ ਦੇ ਲਈ ਵੀ ਲਿਖਦੇ ਰਹੇ ਜਗਬਾਣੀ ਦੇ ਲਈ ਅਜੀਤ ਦੇ ਲਈ ਸਾਰੇ ਅਖਬਾਰਾਂ ਦੇ ਲਈ ਉਹ ਆਰਟੀਕਲ ਵੀ ਲਿਖਦੇ ਸੀ ਉਹਨਾਂ ਦਾ ਧਿਆਨ ਵੀ ਜ਼ਿਆਦਾ ਪੋਲਿਟਿਕਸ ਵੱਲ ਤੇ ਪੋਲਿਟਿਕਸ ਵੱਲ ਉਹਨਾਂ ਦਾ ਬੜਾ ਧਿਆਨ ਸਾਡੇ ਘਰੇ 4-5 ਅਖਬਾਰਾਂ ਆਉਂਦੀਆਂ ਸੀ ਅੱਛਾ ਜੀ ਤੇ ਜਦੋਂ ਮੈਂ 5th ਸਟੈਂਡਰਡ 'ਚ ਹੁੰਦਾ ਸੀ ਠੀਕ ਹੈ ਜੀ ਅਖਬਾਰ ਪੜ੍ਹਨ ਦੀ ਰੁਚੀ ਉੱਥੋਂ ਪੈਦਾ ਹੋ ਗਈ ਹਮ ਗੱਲਾਂ ਹੀ ਸਾਡੇ ਘਰ 'ਚ ਪੋਲਿਟੀਕਲ ਹੁੰਦੀਆਂ ਸੀ ਹੂੰ ਜੀ ਤੋ ਪੋਲੀਟਿਕਲ ਮਾਹੌਲ ਹੋਣਾ ਪੋਲੀਟਿਕਲ ਗੱਲਾਂ ਹੋਣੀਆਂ ਨੰਬਰਦਾਰੀ ਸਰਪੰਚੀ ਵਾਲਾ ਮਾਹੌਲ ਸੀ ਘਰੇ 10 ਬੰਦੇ ਆ ਗਏ ਉੱਠ ਗਏ 10 ਆ ਗਏ ਉੱਠ ਗਏ ਗੱਲਾਂ ਹੀ ਸਿਆਸਤ ਦੀ ਹੋਣੀਆਂ ਦਾਦਾ ਜੀ ਦਾ ਸੁਭਾਅ ਇਦਾਂ ਦਾ ਸੀ ਜਿਹਨਾਂ ਨੂੰ ਕਹਦਾ ਨਾ ਵੀ ਝੋਨਾ ਐ ਕਿ ਘੱਟ ਛੜਿਆ ਉਹ ਮੂੰਹ ਪਾਸੇ ਕਰ ਲੈਂਦੇ ਸੀ ਜੇ ਹੁਣ ਕਹੇ ਤਾਂ ਨਾ ਜੀ ਸੈਂਟਰ ਚ ਫਿਰ ਕੀ ਕੀ ਬਣੂਗਾ ਫਰੋਠ ਕੇ ਬਹਿ ਜਾਂਦੇ ਸੀ ਅੱਛਾ ਉਹ ਬਾਕੀ ਕਿ ਕਰੇ ਲੂ ਨਾ ਕਰੇ ਲੂ ਇਹ ਨਹੀਂ ਕਿ ਜ਼ਿੰਮੇਵਾਰੀ ਉਹਨਾਂ ਨੇ ਆਪਣੀ ਨੌਕਰੀ ਕੀਤੀ ਹੱਕ ਹਲਾਲ ਦੀ ਕਮਾਈ ਕੀਤੀ ਉਹਨਾਂ ਨੇ ساری ਜ਼ਿੰਦਗੀ ਬੜੀ ਇਮਾਨਦਾਰੀ ਨਾਲ ਨੌਕਰੀ ਨਿਭਾਈ ਬੜੇ ਮੌਕੇ ਉਹਨਾਂ ਦੀ ਜ਼ਿੰਦਗੀ ਚ ਆਏ ਕਰਪਸ਼ਨ ਕਰਨ ਦੇ ਉਹਨਾਂ ਨੇ ਨਹੀਂ ਕੀਤੀ ਜੀ ਜੋ ਜ਼ਮੀਨ ਉਹਨਾਂ ਨੂੰ ਮਿਲੀ ਸੀ ਆਪਦੇ ਪਿਓ ਤੋਂ ਉਹਨਾਂ ਨੇ ਗਾਂ ਸਾਡੇ ਫਾਦਰ ਹਾਂ ਨੂੰ ਦੇਤੀ ਪਰ ਇਹ ਹੈ ਵੀ ਉਹਨਾਂ ਨੇ ਉਹ ਇੰਡੀਪੈਂਡੈਂਟ ਰਹੇ ساری ਜ਼ਿੰਦਗੀ ਪਰ ਉਹਨਾਂ ਨੇ ਇਸ ਤਰ੍ਹਾਂ ਨਹੀਂ ਸੀ ਕਿ ਆ ਵੀ ਉਹ ਮੁੰਡੇ ਦਾ ਘਰ ਕਿਵੇਂ ਚੱਲ ਰਿਹਾ ਉਹਦਾ ਕਿਵੇਂ ਚੱਲ ਰਿਹਾ ਉਹ ਆਪਦੀ ਕਬੀਲਦਾਰੀ ਤੋਂ ਰਿਟਾਇਰ ਹੋ ਗਏ ਸੀ ਠੀਕ ਹੈ ਉਹਨਾਂ ਨੇ ਆਪਣੇ ਤੇ ਇਨਵੈਸਟ ਕੀਤਾ ਔਰ ਮੇਰੇ ਦਾਦਾ ਤੇ ਦਾਦੀ ਜੀ ਦਾ ਦੋਹਾਂ ਦੀ ਜਿਹੜੀ ਟਿਊਨਿੰਗ ਸੀ ਮੇਰੇ ਖਿਆਲ ਆ ਵੀ ਜੋਕੇ ਜੋੜਿਆਂ ਜੋੜਿਆਂ ਚ ਵੀ ਇੰਨੀ ਹੈ ਨਹੀਂ ਜਿੰਨੀ ਉਹ ਸੀ ਇੱਕ ਦੂਜੇ ਦੇ ਨਾਲ ਉਹਨਾਂ ਦਾ ਜਿਸ ਤਰ੍ਹਾਂ ਮੁਹੱਬਤ ਸੀ ਪਿਆਰ ਸੀ ਤਾਂ ਉਹ ਉਹ ਆਪਣੀ ਜ਼ਿੰਦਗੀ ਦੇ ਨਾਲ ਉਹਨਾਂ ਦੇ ਸਹੂਲ ਸੀ ਜ਼ਿੰਦਗੀ ਦੇ ਮੈਂ ਨਹੀਂ ਜਾਣਾ ਕਿਤੇ ਤਾਂ ਨਹੀਂ ਜਾਣਾ ਘਰੇ ਰਹਿਣਾ ਮੈਂ ਮੈਂ ਅਖਬਾਰ ਪੜ੍ਹਨੇ ਆ ਰੂਟੀਨ ਸੀ ਫਿਕਸ ਹੀ ਉਹਨਾਂ ਦਾ ਤੇ ਕਹਿਣ ਦਾ ਮਤਲਬ ਇਹ ਆ ਵੀ ਉਹਨਾਂ ਦਾ ਪਰਛਾਵਾਂ ਵੀ ਮੇਰੇ ਤੇ ਪਿਆ ਇਹ ਚੰਗੀ ਇੱਕ ਜਿਵੇਂ ਸਾ ਮੇਰੇ ਫਾਦਰ ਮੈਨੂੰ ਕਈ ਵਾਰ ਕਹਿ ਦਿੰਦੇ ਆ ਕਿ ਤੇਰੀ ਆ ਗੱਲ ਜਿਹੜੀ ਹੈਗੀ ਆ ਇਹ ਤੇਰੇ ਦਾਦੇ ਵਰਗੀ ਆ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਔਰ ਮੈਨੂੰ ਉਹਨਾਂ ਦੀ ਸੰਗਤ ਮਨਣ ਦਾ ਵੀ ਮੌਕਾ ਮਿਲਿਆ ਕਈ ਵਾਰ ਕੁਝ ਗੱਲਾਂ ਹੈਰਿਡਿਟੀ ਜੀ ਤੁਹਾਨੂੰ ਮਿਲ ਜਾਂਦੀਆਂ ਤੇ ਮਨੂੰ ਲੱਗਦਾ ਮੇਰੇ ਦਾਦਾ ਜੀ ਤੋਂ ਮੈਨੂੰ ਕਲਮ ਜ਼ੁਬਾਨ ਭਾਸ਼ਾ ਜਿੰਨੀ ਥੋੜੀ ਬਹੁਤ ਲਿਆਕਤ ਆ ਇਹ ਸਾਰੀਆਂ ਚੀਜ਼ਾਂ ਉੱਥੋਂ ਮੇਰੇ ਅੱਗੇ ਆਈ ਤੁਸੀਂ ਸ਼ੁਰੂਆਤ ਪੱਤਰਕਾਰੀ ਦੀ ਐਜਾ ਤੁਸੀਂ ਦੱਸਿਆ ਕੈਮਰਾਮੈਨ ਕੀਤੀ ਸੀਗੀ ਕਿਹੜਾ ਅਦਾਰਾ ਸੀਗਾ ਮੈਂ ਦੂਰਦਰਸ਼ਨ ਤੇ ਪ੍ਰੋਗਰਾਮ ਚੱਲਦਾ ਸੀ ਮੇਲਾ ਮੇਲੀਆਂ ਦਾ ਠੀਕ ਹੈ ਜੀ ਦੂਰਦਰਸ਼ਨ ਸਰਦਾਰ ਨਿਰਮਲ ਸਿੰਘ ਸਾਧਾਂਵਾਲੀਆ ਜਿਹੜੇ ਮੈਨੂੰ ਸਕਰੀਨ ਤੇ ਲੈ ਕੇ ਆਉਣ ਵਾਲੇ ਠੀਕ ਹੈ ਫਰੀਦਕੋਟ ਤੋਂ ਸਬੰਧ ਰੱਖਦੇ ਆ ਉਹਨਾਂ ਨੇ ਪ੍ਰਾਈਵੇਟ ਪ੍ਰੋਗਰਾਮ ਲਿਆ ਸੀ ਫਿਰ ਤੁਸੀਂ ਮੁਕਸਰ ਤੋਂ ਜਰੰਦਰ ਸਪੈਸ਼ਲੀ ਇਸ ਕਰਕੇ ਆਏ ਸੀ ਮੁਕਸਰ ਤੇ ਫਰੀਦਕੋਟ ਨੇੜੇ ਨੇੜੇ ਸੀ ਮੈਂ 12ਵੀਂ ਜਮਾਤ ਮੈਂ ਫੋਟੋਗ੍ਰਾਫੀ ਦਾ ਕੰਮ ਵੀ ਕੀਤਾ ਅੱਛਾ ਈ ਕੈਮਰੇ ਨਾਲ ਮੇਰੀ ਬੜੀ ਮੁਹੱਬਤ ਰਹੀ ਹੈ ਇਹ ਵਿਆਹ ਸ਼ਾਦੀਆਂ ਲਾਇਏ ਪੂਰੇ ਹਾਂ ਸਾਰਾ ਕੁਝ ਕੀਤਾ ਮੈਂ ਹਾਂ ਤੇ ਨਾਲ ਮੈਂ ਪੜਦਾ ਰਿਹਾ ਪਲੱਸ 2 ਦੀ ਗੱਲ ਹੈ ਇਹ ਨਹੀਂ 10ਥ ਕਲਾਸ ਦੀ ਗੱਲ ਹੈ ਅੱਛਾ 10ਵੀਂ ਸੀ ਉਦੋਂ ਤੁਸੀਂ ਫੋਟੋ 10ਵੀਂ ਵਿੱਚ ਮੈਂ ਕੰਪਿਊਟਰ ਸਿੱਖਿਆ ਉਹ ਤੋਂ ਮੇਰੇ ਕੋਲ 5.0 ਸ਼ਾਇਦ ਆਇਆ ਸੀ ਸੌਫਟਵੇਅਰ ਜੀ ਐਡਾਬ ਫੋਟੋਸ਼ਾਪ ਦਾ ਠੀਕ ਹੈ ਕੰਪਿਊਟਰ ਸਿੱਖਿਆ ਕੰਪਿਊਟਰ ਸਿੱਖ ਕੇ ਫਿਰ ਫੋਟੋਸ਼ਾਪ ਸਿੱਖੀ ਫਿਰ ਫੋਟੋਗ੍ਰਾਫੀ ਸਿੱਖੀ ਉਸਪਰੰਤ ਫਿਰ ਮੈਨੂੰ ਤਾਂ ਜੀ ਮੈਂ ਕੈਮਰਾਮੈਨ ਬੰਨਣਾ ਅੱਛਾ ਪਹਿਲਾਂ ਤੁਹਾਨੂੰ ਦਿਮਾਗ 'ਚ ਇਹ ਸੀ ਕਿ ਕੈਮਰਾਮੈਨ ਹੀ ਬੰਨਣਾ ਕੈਮਰਾ ਸਕੂਲਾਂ 'ਚ ਮੈਂ ਸਟੇਜਾਂ ਕਰਦੇ ਰਹੇ ਕਪਤਾਵਾਵਾਂ ਬੋਲਦੇ ਰਹੇ ਭੰਗੜੇ 'ਚ ਰਹੇ ਸਾਰਾ ਕੁਝ ਕੀਤਾ ਬੁਲਾਰੇ ਸੀ ਕੋਈ ਸ਼ੱਕ ਨਹੀਂ ਹੈ ਬੋਲਣ 'ਚ ਮੈਂ ਮਸ਼ਹੂਰ ਤੁਸੀਂ ਕਹ ਲਓ ਕਿ ਤੁਸੀਂ ਥੋੜਾ ਜਿਆਦਾ ਐਕਟਿਵ ਸੀ ਤੇ ਜਦੋਂ ਕੈਮਰਾ ਸਿੱਖ ਲਿਆ ਫਿਰ ਮੈਂ ਕਹਿੰਦੀ ਹੁਣ ਪ੍ਰੋਫੈਸ਼ਨਲ ਕੈਮਰਾਮੈਨ ਬੰਨਣਾ ਵਿੱਚੋਂ ਜੀ ਪੁਨੇ ਐਡਮਿਸ਼ਨ ਲੈਣ ਬਾਰੇ ਸੋਚ ਲਿਆ ਸੀ ਅੱਛਾ ਜੀ ਪੰਡ ڈپلومਾ ਕਰਕੇ ਆਉਣੇ ਉੱਥੋਂ ਕੈਮਰੇ ਦਾ ਕੈਮਰੇ ਦਾ ਤੇ ਫਿਰ ਤਦ ਹਾਲਾਤ ਬਹੁਤ ਚੰਗੇ ਨਹੀਂ ਸੀ ਤੇ ਮੈਂ ਕਿਹਾ ਵੀ ਮੈਂ ਆਪਦੇ ਮਾਮਾ ਜੀ ਦੇ ਬੇਟੇ ਨੂੰ ਰਿਕੁਐਸਟ ਕੀਤੀ ਰਾਜੂ ਭੰਡਾਰੀ ਫਰੀਦਕੋਟ ਤੇ ਮੈਂ ਕਿਹਾ ਮੈਂ ਕਰਕੇ ਯਾਰ ਕੈਮਰਾ ਸਿੱਖਣਾ ਤੇ ਮੈਂ ਪੂਨੇ ਜਾਣਾ ਉਹ ਕਹਿੰਦਾ ਪੂਨੇ ਜਾਣ ਦੀ ਲੋੜਾ ਤੂੰ ਇੱਥੇ ਆ ਤੂੰ ਦੂਰਦਰਸ਼ਨ ਤੇ ਆਪਾਂ ਲਾ ਦਨੇ ਆ ਆਪਣਾ ਦੋਸਤ ਹੈ ਨਿਰਮਲ ਸਾਧਨ ਵਾਲੀ ਆ ਉਹਨੇ ਮੇਰੀ ਮੁਰਾਕਾਲ ਨਿਰਮਲ ਸਾਧਨ ਵਾਲੇ ਜਿਨਾਂ ਕਰਵਾਈ ਮੈਂ ਮੇਲਾ ਮੇਲੀਆਂ ਦਾ ਪ੍ਰੋਗਰਾਮ ਚ ਜਾਣ ਲੱਗ ਪਿਆ ਸ਼ੂਟਿੰਗ ਤੇ ਸ਼ੂਟਿੰਗ ਕਰਨ ਲੱਗੇ ਉਹ ਕੈਮਰੇ ਤੋਂ ਹੌਲੀ 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 ਨਿਰਮਲ ਜੀ ਨੇ ਮੈਨੂੰ ਤਰਸਿਆ ਤੇ ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੈ ਮੈਂ ਲੋਕਲ ਕਪੂਥੀ ਮਾਲਾ ਹਲਚਲ ਚੈਨਲ ਚੱਲਦਾ ਹੈ ਸਾਡੇ ਕੇਬਲ ਤੇ ਮਾਲ ਵਿੱਚ ਉੱਥੇ ਠੀਕ ਹੈ ਉਹਦੇ ਤੇ ਮੈਂ ਇੱਕ ਦਿਨ ਕਿ ਉਹਡੀਸ਼ਨ ਨਿਕਲੇ ਵੀ ਖਬਰਾਂ ਪੜਨ ਵਾਸਤੇ ਨਿਊਜ਼ ਰੀਡਰ ਚਾਹੀਦੇ ਮੈਂ ਚਲਾ ਗਿਆ ਬੇਸ ਭਾਰਾ ਸੀ ਆਵਾਜ਼ ਹੈਗੀ ਸੀ ਸ਼ਬਦ ਸੀਗੇ ਸਭ ਤੋਂ ਸਭ ਤੋਂ ਧੰਵਾਦੀ ਤਾਂ ਮੈਂ ਭਾਸ਼ਾ ਦਾ ਪੰਜਾਬੀ ਮਾਂ ਬੋਲੀ ਦਾ ਇਹਦੇ ਕਰਕੇ ਰੋਟੀ ਖਾਈ ਜਨਾ ਸਹੀ ਮਹਨੇ ਸਹੀ ਹੈ ਕੋਈ ਸੇਵਾ ਸੁਆ ਨਹੀਂ ਭਾਈ ਬੋਲੀ ਮੇਰੀ ਸੇਵਾ ਕਰਦੀ ਮਾਤਾ ਕਹਨਾ ਸਾਡਾ ਸਾਰਾ ਟੱਬਰ ਇਸ ਬੋਲੀ ਦੇ ਸਿਰ ਤੇ ਚੱਲਦਾ ਪਿਆ ਤੇ ਭਾਸ਼ਾ ਅਸੀਂ ਸ਼ਬਦ ਹੈਗੇ ਸੀਗੇ ਜੀ ਮੈਂ ਉੱਥੇ ਖਬਰਾਂ ਪੜਨ ਲੱਗ ਪਿਆ ਮਾਲਵੇ ਛੋਲੀ ਛੋਲੀ ਨਾਂ ਬਣ ਗਿਆ ਫਿਰ ਸਾਦਾਂ ਵਾਲੀਆ ਸਾਹਿਬ ਮੈਨੂੰ ਕਹਿੰਦੇ ਵੀ ਤੈਨੂੰ ਆਪਾਂ ਦੂਰਦਰਸ਼ਨ ਤੇ ਲੈ ਕੇ ਚੱਲਦੇ ਹਾਂ ਮੇਰਾ ਪਿੰਡ ਮੇਰੇ ਖੇਤ ਚ ਮੈਂ ਆਡੀਸ਼ਨ ਦਿੱਤਾ ਠੀਕ ਹੈ ਜੀ ਮੈਂ ਉੱਥੇ ਪਾਸ ਹੋ ਗਿਆ ਜੀ ਫਿਰ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਹੈ ਸਬ ਮੰਡੀਆਂ ਦੇ ਭਾਅ ਵੀ ਉੱਥੇ ਪੜਦਾ ਰਿਆ ਜੀ ਤੇ ਉਹ ਕੀਤਾ ਉਸ ਉਪਰੰਤ ਨਾਲ এডਿਕੇਸ਼ਨ ਮੇਰੀ ਚੱਲਦੀ ਰਹੀ ਮੈਂ ਮੈਂ ਪੋਸਟ ਗ੍ਰੈਜੂਏਟ ਹੈਗਾ ਔਰ ਫਿਰ ਮੈਂ ਇਥੇ ਇੱਕ ਚੈਨਲ ਖੋਲਿਆ ਲਾਈਵ ਟੂਡੇ ਠੀਕ ਹੈ ਪਟਿਆਲੇ 2011 12 ਦੀ ਗੱਲ ਹੈ ਉੱਥੇ ਮੈਂ ਸਿਲੈਕਟ ਹੋ ਗਿਆ ਔਰ ਫਿਰ ਉੱਥੇ ਨਿਊਜ਼ ਰੀਡਰ ਦੇ ਤੌਰ ਤੇ ਕੰਮ ਕੀਤਾ ਫਿਰ এবੀਪੀ ਸੰਜਾ ਚ ਗਲੋਬਲ ਪੰਜਾਬ ਚ ਵੀ ਕੰਮ ਕੀਤਾ ਜੀ ਇਸ ਤਰ੍ਹਾਂ ਫਿਰ ਮੈਂ 2015 ਚ ਜਗ ਬਣੀ ਆਇਆ ਜਗ ਬਣੀ ਆ ਕੇ ਮੇਰਾ ਮੁਕੱਦਰ ਬਦਲ ਗਿਆ 8 ਸਾਲ ਹੋ ਗਿਆ ਵੇ ਦਾ ਮਤਲਬ ਤੁਹਾਨੂੰ ਜਗ ਬਣੀ 8 ਸਾਲਾਂ ਚ ਜਗਬਾਣੀ ਨੇ ਜੋ ਮੈਨੂੰ ਦਿੱਤਾ ਸਾਡੇ ਕਿਤੇ ਚ 50 ਸਾਲਾਂ ਦੇ ਵਿੱਚ ਵੀ ਲੋਕਾਂ ਨੂੰ ਉਹ ਨਹੀਂ ਮਿਲਿਆ ਇਹਦੇ ਲਈ ਮੈਂ ਪੂਰੇ ਪੰਜਾਬ ਕੇਸਰੀ ਗਰੁੱਪ ਦਾ ਔਰ ਮੇਰੇ ਮਾਲਕਾਂ ਦਾ ਮੈਂ ਬੜਾ ਧੰਨਵਾਦੀ ਹਾਂ ਸੁਖਰਾਜ ਤੁਸੀਂ ਵੀ ਬਤੌਰ ਜਰਨਲਿਸਟ ਵੇਖਿਆ ਹੋਣਾ ਬਹੁਤ ਘੱਟ ਪੱਤਰਕਾਰ ਆ ਜਿਨ੍ਹਾਂ ਨੂੰ ਕੰਪਨੀ ਐਨੇ ਨੇ ਵੱਡੇ ਮੌਕੇ ਦਿੰਦੀਆਂ ਹਾਂ ਕੰਪਨੀ ਕਦੇ ਬੰਦੇ ਨੂੰ ਵੱਡਾ ਹੁੰਦਾ ਨਹੀਂ ਵੇਖਦੀ ਪਰ ਪੰਜਾਬ ਕੇਸਰੀ ਗਰੁੱਪ ਅਜਿਹਾ ਹੈ ਜਿਹੜਾ ਕਿ ਬੰਦੇ ਨੂੰ ਵੱਡਾ ਕਰਦਾ ਹੈ ਤੇ ਮੈਂ ਮਹਿਸੂਸ ਕਰਦਾ ਇਹਦੇ ਚ ਮੇਰੇ ਸਾਰੇ ਬੌਸਸ ਦਾ ਜੀ ਬਹੁਤ ਵੱਡਾ ਰੋਲ ਹੈ ਕਿ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਮੈਂ ਵੀ ਆਪਦੇ ਵੱਲੋਂ ਜੇ ਉਹਨਾਂ ਨੇ ਮੇਰੇ ਤੇ 20 ਰੁਪਏ ਇਨਵੈਸਟ ਕੀਤੇ ਤੇ ਮੈਂ ਉਹਦਾ 40 ਕਰਕੇ ਮੋੜਨ ਦੀ ਕੋਸ਼ਿਸ਼ ਕੀਤੀ ਹੈ ਸੋ ਮੈਂ ਮਹਿਸੂਸ ਕਰਦਾ ਕਿ ਪਰਮਾਤਮਾ ਦਾ ਬੜਾ ਸ਼ੁਕਰ ਹੈ ਕਿ ਮੈਂ ਕਰਮਾ ਆਲਾ ਜੀ ਕਿ ਮੈਨੂੰ ਜਗ ਬਾਣੀ ਜਾ ਕੇ ਜੋ ਮਿਲਿਆ ਮੇਰਾ ਖਿਆਲ ਹੈ ਵੀ ਨਾਰਥ ਇੰਡੀਆ ਦੇ ਵਿੱਚ ਰਿਜਨਲ ਮੀਡੀਆ ਚ ਇਹ ਕਿਸੇ ਪੱਤਰਕਾਰ ਦੇ ਹਿੱਸੇ ਨਹੀਂ ਆਇਆ ਕਿ ਤੁਸੀਂ 20 22 ਮੁਲਕਾਂ ਦੇ ਵਿੱਚ ਜਾ ਕੇ ਤੇ ਤੁਸੀਂ ਉੱਥੇ ਕਵਰੇਜ ਕਰਕੇ ਆਓ ਬਹੁਤ ਸੋਚਣ ਲੱਗ ਪੈਂਦੇ ਆ ਜੀ ਕਿੱਥੋਂ ਆਉਣਾਗਾ ਬਜਟ ਕਿੱਥੋਂ ਆਊਗਾ ਜੀ ਜੀ ਇਨਵੈਸਟ ਕਰਦੇ ਆ ਨਾ ਜਿਵੇਂ ਆਪਾਂ ਮੈਂ ਪਹਿਲੇ ਸਵਾਲ ਤੇ ਲੈ ਕੇ ਜਾਣਾ ਵੇਖਣ ਵਾਲ ਨੂੰ ਐ ਲੱਗਦਾ ਹਾਂ ਪਰ ਵੇਖਣ ਵਾਲਾ ਇਹ ਵੀ ਤਾਂ ਮਹਿਸੂਸ ਕਰੇ ਨਾ ਕਿ ਜੇ ਰਮਨਦੀਪ ਸੋਢੀ ਅੱਜ ਕੱਲ ਨਿਊਜ਼ੀਲੈਂਡ ਐ ਪਰ ਸੋ ਇੰਗਲੈਂਡ ਐ ਚੌਥੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਉਹਦੇ ਪਿੱਛੇ ਕੰਪਨੀ ਦਾ ਵਿਜ਼ਨ ਕੰਮ ਕਰ ਰਿਹਾ ਜੀ ਉਹਦੇ ਪਿੱਛੇ ਕੰਪਨੀ ਦਾ ਫਾਈਨਾਂਸ ਕੰਮ ਕਰ ਰਿਹਾ ਹੈ ਉਹ ਰਮਨਦੀਪ ਸੋਢੀ ਨਹੀਂ ਉਹ ਜਗਤ ਰਮਨਦੀਪ ਸੋਢੀ ਨਹੀਂ ਐ ਬੇਸਿਕਲੀ ਮੈਂ ਖੁਦ ਕਹਿ ਰਿਹਾ ਕਿ ਇਹ ਤਾਂ ਮੇਰੀ ਕੰਪਨੀ ਦਾ ਦਿਲ ਬਹੁਤ ਵੱਡਾ ਹੈ ਕਿ ਉਹ ਮੈਨੂੰ ਮੂਰੇ ਲਾਈ ਫਿਰਦੇ ਆ ਚਲੋ ਸੁਭਾਵਕ ਐ ਜਿਉ ਤੁਸੀਂ ਜਰਨਲਿਸਟ ਹੋ ਫੇਸ ਹੋ ਕਿਸੇ ਚੈਨਲ ਦਾ ਤੇ ਰਹਿਣਾ ਤੁਸੀਂ ਮੂਰੇ ਆ ਪਰ ਮੇਰੇ ਪਿੱਛੇ ਜਿਹੜੀ ਤਾਕਤ ਐ ਉਹ ਤਾਂ ਮੇਰੀ ਕੰਪਨੀ ਹੈ ਨਾ ਕਿ ਕੰਪਨੀ ਦਾ ਬਜਟ ਕੰਪਨੀ ਦਾ ਫਾਈਨਾਂਸ ਕੰਪਨੀ ਦਾ ਵਿਜ਼ਨ ਥਾਟ ਪ੍ਰੋਸੈਸ ਦਾ ਉਹਨਾਂ ਦਾ ਕੰਮ ਕਰਦਾ ਅੱਛਾ ਤੁਸੀਂ ਵੀ ਚੰਗੇ ਆ ਜਿਹੜਾ ਤੁਸੀਂ ਇਦਾਂ ਕਹਿ ਰਹੇ ਹੋ ਕਿ ਕੰਪਨੀ ਜਿਹੜਾ ਉਹ ਮੈਨੂੰ ਇੰਨਾ ਸਪੋਰਟ ਕਰਦੀ ਹੈ ਤੇ ਮੈਂ ਕੰਪਨੀ ਕਰਕੇ ਆ ਨਹੀਂ ਤਾਂ ਕਈ ਵਾਰ ਇਦਾਂ ਹੁੰਦਾ ਕਿ ਬਹੁਤ ਸਾਰੀਆਂ ਕੰਪਨੀਆਂ ਲੋਕਾਂ ਨੂੰ ਸਪੋਰਟ ਕਰਦੀਆਂ ਤੇ ਫਿਰ ਉਹ ਇਨਸਾਨ ਕਹਿਣ ਲੱਗ ਜਾਂਦਾ ਕਿ ਮੇਰੇ ਕਰਕੇ ਕੰਪਨੀ ਚੱਲਦੀ ਹੈ ਬੜੇ ਬੰਦੇ ਤੁਹਾਡਾ ਦਿਮਾਗ ਖਰਾਬ ਕਰ ਦਿੰਦੇ ਆ ਇਹ ਤਾਂ ਕਈ ਬੰਦੇ ਕਹਿੰਦੇ ਜਗਬਾਣੀ ਤਾਂ ਤੇਰੇ ਕਰਕੇ ਚੱਲਦਾ ਹੈ ਬਿਲਕੁਲ ਗਲਤ ਹੈ ਆਪਣਾ YouTube ਸ਼ੁਰੂ ਕਰ ਬਿਲਕੁਲ ਬੜੇ ਕਹਿੰਦੇ ਤੂੰ ਆਪਦਾ ਸ਼ੁਰੂ ਕਰ ਲਾ ਤੂੰ ਆਪਣਾ ਚਲਾ ਤੂੰ ਫੇਸ ਬਣ ਗਿਆ ਹਾਂ ਮੈਨੂੰ ਐ ਲੱਗਦਾ ਹੁੰਦਾ ਵੀ ਇਹ ਤਾਂ ਕੰਮ ਫਿਰ ਮਤਲਬ ਠੀਕ ਨਾ ਨਾ ਹੋਇਆ ਇਹ ਤਾਂ ਹੋਮੇ ਵਾਲੀ ਗੱਲ ਹੋ ਗਈ ਹਾਂ ਕਲੈਕਟਿਵ ਹੁੰਦਾ ਟੀਮ ਵਰਕ ਹੁੰਦਾ ਜੀ ਠੀਕ ਹੈ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਕਿ ਤੁਹਾਡਾ ਵੀ ਕੰਟਰੀਬਿਊਸ਼ਨ ਹੁੰਦਾ ਪਰ ਪਰ ਤੁਸੀਂ ਮਹਿਸੂਸ ਕਰੋਗੇ ਕਿ ਮੇਰੇ ਬੌਸ ਮੈਨੂੰ ਇਹ ਗੱਲ ਕਹਿ ਦਿੰਦੇ ਆ ਕਿ ਤੇਰਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਤੇ ਤੁਹਾਨੂੰ ਸ਼ਾਬਾਸ਼ ਹੀ ਮਿਲ ਜੇ ਇਸ ਤੋਂ ਉੱਪਰ ਕੀ ਹੈ ਪਰ ਇਹ ਕਹਿ ਦੇਣਾ ਕਿ ਮੇਰੇ ਘਰ ਕੀ ਸਾਰਾ ਕੁਝ ਹੈ ਇਹ ਬਿਲਕੁਲ ਗਲਤ ਹੈ ਬੰਦੇ ਬੜੇ ਆਏ ਤੇ ਬੜੇ ਚਲੇ ਗਏ ਕਰੋਨਾ ਦੇ ਵਿੱਚ ਕੰਪਨੀਆਂ ਨਾ ਬੌਸਸ ਤੋਂ ਬਿਨਾਂ ਵੀ ਚੱਲਦੀਆਂ ਰਹੀਆਂ ਜੀ ਬਿਲਕੁਲ ਤੇ ਤੁਸੀਂ ਆਪਣੀ ਧੌਣ ਸਰੀਆ ਕਿਵੇਂ ਫਸਾ ਸਕਦੇ ਹੋ ਬਿਲਕੁਲ ਠੀਕ ਗੱਲ ਮਹਿਸੂਸ ਕਰਦੇ ਹੋ ਨਾ ਬਿਲਕੁਲ ਕੋਵਿਡ ਦੇ ਵਿੱਚ ਮੁਲਕ ਲੀਡਰਾਂ ਤੋਂ ਬਿਨਾਂ ਚੱਲੀ ਗਏ ਉਹ ਘਰੇ ਬੈਠੇ ਰਹੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਹਮੇਸ਼ਾ ਕੰਪਨੀ ਵੱਡੀ ਹੁੰਦੀ ਹੈ ਤੇ ਕੰਪਨੀ ਦੀ سپورਟ ਜਿਹੜੀ ਆ ਉਹ ਬਹੁਤ ਮਾਇਨੇ ਰੱਖਦੀ ਆ ਮੈਂ ਫੇਰ ਇੱਕ ਵਾਰ ਕਹਿਣਾ ਕਿ ਰਮਨਦੀਪ ਸੋਢੀ ਨੂੰ 8 ਸਾਲਾਂ ਦੇ ਵਿੱਚ ਜੋ ਜਗਬਾਨੀ ਨੇ ਦਿੱਤਾ ਇਹ ਕਿਸੇ ਨੂੰ 50 ਸਾਲਾਂ ਦੇ ਵਿੱਚ ਵੀ ਹਾਸਲ ਨਹੀਂ ਹੋਇਆ ਬਿਲਕੁਲ ਔਰ ਇਹ ਇਹ ਗੱਲ ਮੇਰੇ ਖਿਆਲ ਹੈ ਕਿ ਬਿਲਕੁਲ ਸੱਚ ਹੋਊਗੀ ਇਹਦੇ ਵਿੱਚ 2% ਵੀ ਕੁਝ ਗਲਤ ਨਹੀਂ ਹੋ ਸਕਦਾ ਤੁਸੀਂ ਆਪ ਸੰਤਾਰ ਭਾਈ ਦੇ ਨਾਲ ਪੋਡਕਾਸਟ ਕੀਤਾ ਸੀਗਾ ਤੇ ਪੰਜਾਬੀਆਂ ਦੇ ਵਿੱਚ ਪੋਡਕਾਸਟ ਸ਼ੁਰੂ ਕਰਨ ਵਾਲੇ ਸੰਤਾਰ ਭਾਈ ਨੇ ਬਿਲਕੁਲ ਹੁਣ ਤਾਂ ਹਨੇਰੀ ਲੱਗੀ ਪੋਡਕਾਸਟਾਂ ਦੀ ਹਾਂ ਅਸਲ ਦੇ ਵਿੱਚ ਜੋ ਮੈਂ ਪੌਡਕਾਸਟ ਜਿਹੜੋ ਬਾਹਰਲੇ ਪੌਡਕਾਸਟ ਕਰਦੇ ਉਹਨਾਂ ਨੂੰ ਮੈਂ ਜਦੋਂ ਟੈਲੀ ਕਰਦਾ ਦੇਖਦਾ ਆ ਉਹਦੇ ਵਿੱਚ ਐਵੇਂ ਆ ਕਿ ਦੋਨੋਂ ਗੱਲਬਾਤ ਕਰ ਸਕਦੇ ਆ ਉਸ ਜਿਹੜੇ ਪੌਡਕਾਸਟ ਦੇ ਵਿੱਚ ਅਸੀਂ ਗੱਲ ਸਕਦੇ ਆ ਉਹ ਵੀ ਤੁਹਾਨੂੰ ਸਵਾਲ ਕਰ ਸਕਦੇ ਕਿ ਤੁਹਾਡੀ ਜ਼ਿੰਦਗੀ ਕਿਵੇਂ ਚੱਦੀ ਹੈ ਕੀ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਇਹ ਚੀਜ਼ਾਂ ਗਲਤ ਕਰ ਸਕਦੇ ਆ ਤੇ ਅੱਜਕੱਲ ਜਿਹੜੇ ਪੌਡਕਾਸਟ ਹੋ ਰਿਹਾ ਉਹ ਹੋ ਰਿਹਾ ਇੰਟਰਵਿਊ ਹੀ ਪਰ ਉਹਨਾਂ ਨੂੰ ਨਾਮ ਪੌਡਕਾਸਟ ਦਾ ਦਿੱਤਾ ਜਾਂਦਾ ਕਿ ਦੇਖੋ ਇੱਕ ਚੀਜ਼ ਕੁਝ ਬੰਦਿਆਂ ਨੇ ਇਸ ਚੀਜ਼ ਨੂੰ ਵਿਗਾੜ ਵੀ ਦਿੱਤਾ ਹੈ ਹਾਂ ਕਿ ਆ ਕੱਲੇ ਮਾਈਕ ਜੇ ਲੈ ਆ ਥੋੜਾ ਮਤਲਬ ਕਨਸੈਪਟ ਚੇਂਜ ਕਰਨ ਵਾਲੇ ਹੈ ਇੰਟਰਵਿਊ ਹੀ ਆ ਹਾਂ ਪੋਡਕਾਸਟ ਦਾ ਮਾਇਨਾ ਹੀ ਲੋਕਾਂ ਨੇ ਬਦਲ ਦਿੱਤੇ ਬਿਲਕੁਲ ਮਤਲਬ ਪੰਜਾਬੀ ਤੁਸੀਂ ਕਹਿ ਲਓ ਖਿਚੜੀ ਬਣਾ ਕੇ ਰੱਖ ਦਿੱਤੀ ਸਾਡੇ ਬੰਦੇ ਜਿਹੜੀ ਚੀਜ਼ ਤੇ ਮਗਰ ਬੰਦੇ ਜਲੂਸ ਕੱਢਣਦੇ ਮੈਨੂੰ بڑے ਬੰਦੇ ਆਖਣਗੇ ਸਾਡੀ ਟੀਮ ਹੀ ਕਹਿੰਦਾ ਮਾਈਕ ਲਾ ਕੇ ਸ਼ੁਰੂ ਕਰ ਲਈ ਮੈਂ ਕਾ ਤੂੰ ਕਿ ਤੁਹਾਡੇ ਤੁਹਾਡੇ ਕੰਟੈਂਟ ਚ ਤਾਕਤ ਹੋਣੀ ਚਾਹੀਦੀ ਹੈ ਕੱਲੇ ਮਾਈਕ ਲੈ ਆ ਥੋੜਾ ਮਤਲਬ ਤੁਸੀਂ ਜੇ ਵਿਜ਼ੂਅਲੀ ਚੇਂਜ ਕਰ ਲਓ ਸਾਰਾ ਕੁਝ ਹੋ ਜਾਊਗਾ ਮੈਂ ਨਹੀਂ ਇਸ ਗੱਲ 'ਚ ਬਲੀਵ ਕਰਦਾ ਮੈਂ ਕਹਾ ਹਾਂ ਜਦੋਂ ਪੋਡਕਾਸਟ ਸ਼ੁਰੂ ਕਰਾਂਗੇ ਉਦੋਂ ਮਾਈਕ ਲਾ ਕੇ ਸ਼ੁਰੂ ਕਰ ਲਾਂਗੇ ਬਹੁਤ ਸਾਰੇ ਇੰਡਸਟਰੀ 'ਚ ਮੈਂ ਵੇਖਿਆ ਪਰ ਪੋਡਕਾਸਟ ਦਾ ਮਤਲਬ ਤਾਂ ਜਿਵੇਂ ਤੁਸੀਂ ਕਿਹਾ ਖੁੱਲੀ ਗੱਲ ਇਹ ਐਵੇਂ ਹੋਣਾ ਚਾਹੀਦਾ ਨਾ ਕਿ ਕੁਝ ਵੀ ਤੁਸੀਂ ਗੱਲ ਓਬਵੀਸਲੀ ਹੈ ਪਰ ਮੈਂ ਵੇਖਿਆ ਫਾਰਮਲ ਇੰਟਰਵਿਊਜ਼ ਹੋ ਰਹੇ ਹਾਂ ਬਸ ਉਸ ਸਕਰੀਨ ਚੇਂਜ ਕੀਤੀ ਹੈ ਕਨਸੈਪਟ ਚੇਂਜ ਕਰ ਲਿਆ ਚਲੋ ਇੱਕੋ ਕਾਨੂੰਨ ਤਾਂ ਹੈ ਨਹੀਂ ਕਿਸੇ ਨੂੰ ਆਪਾਂ ਰੋਕ ਤਾਂ ਨਹੀਂ ਸਕਦੇ ਪਰ ਇਸ ਤਰ੍ਹਾਂ ਮਤਲਬ ਤੁਸੀਂ ਕਹਿ ਲਓ ਵੀ ਕਿਸੇ ਕਨਸੈਪਟ ਦੇ ਧਾਰਨਾ ਹੀ ਬਦਲ ਦੇਣੀ ਅੱਜ ਤੋਂ 3 ਸਾਲ ਪਹਿਲਾਂ ਇੱਕ ਆਫਿਸ ਬਣਿਆ ਸੀ ਕਿਸੇ ادارے ਦਾ ਤੇ ਉਸ ਤੋਂ ਮੈ ਜਿਹੜੇ ਵਿੱਚ ਮੈਂ ਕੰਮ ਕੀਤਾ ਨਿਊਜ਼ੀਲੈਂਡ ਦਾ ਦਾਰਾ ਸੀਗਾ ਤਾਂ ਉਦੋਂ ਮੇਰੇ ਦਿਮਾਗ ਵਿੱਚ ਹੀ ਸੀਗਾ ਪੋਡਕਾਸਟ ਦਾ ਆਈਡੀਆ ਸੀਗਾ ਭਾਈ ਉਦੋਂ ਮੈਂ ਹਨਾ ਉਹਨਾਂ ਨਾਲ ਸਾਂਝਾ ਕੀਤਾ ਮੈਂ ਕਿਹਾ ਕਿ ਇਦਾਂ ਦਾ ਕਰਕੇ ਇੱਕ ਪੋਡਕਾਸਟ ਹੁੰਦਾ ਹੈ ਗੋਰੀ ਜਿਆਦਾ ਕਰਦੇ ਆ ਆਪਣੇ ਪੰਜਾਬੀ ਬਹੁਤ ਘੱਟ ਕਰ ਰਹੇ ਆ ਆਪਾਂ ਇੱਕ ਸਟੂਡੀਓ ਬਣਾਉਨੇ ਆ ਦੋ ਮਾਈਕ ਲੈਣੇ ਆ ਤੇ ਇਦਾਂ ਬੈਠ ਕੇ ਗੱਲਬਾਤ ਹੋਵੇਗੀ ਤੇ ਉਹਨਾਂ ਨੇ ਮੇਰਾ ਕਨਸੈਪਟ ਜਿਹੜਾ ਆ ਉਹ ਡਿਕਲਾਈਨ ਕਰਤਾ ਕਹਿੰਦੇ ਨਹੀਂ ਨਹੀਂ ਇਹ ਕਿੱਥੇ ਚੱਲਣਾ ਮੈਂ ਕਿਹਾ ਨਹੀਂ ਚੱਲੂਗਾ ਤੇ ਖੁਦ ਅੱਛਾ ਇਸ ਮਾਮਲੇ ਵਿੱਚ ਗੁਰਾਜ ਭਾਈ ਮੈਂ ਬੜਾ ਕਰਮਾਂ ਵਾਲਾ ਰਿਆ ਮੈਂ ਪੱਤਰਕਾਰੀ ਦੀ ਵਿੱਚ ਨਾ ਮੈਂ ਕਹਿਣਾ ਹੁੰ ਸਭ ਤੋਂ ਪਹਿਲਾਂ ਇਹ ਮਹਿਸੂਸ ਕਰੋ ਵੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਕੀ ਤੁਹਾਨੂੰ ਕਰਨ ਦਿੱਤਾ ਜਾ ਰਿਹਾ ਹੈ ਨੰਬਰ 2 ਤੇ ਤੁਸੀਂ ਇਹ ਗੱਲ ਮਹਿਸੂਸ ਕਰੋ ਕਿ ਉੱਥੇ ਐਟਮੋਸਫੇਅਰ ਕਿਦਾਂ ਦਾ ਹੈ ਜੀ ਤੁਹਾਡਾ ਜੀ ਲੱਗ ਰਿਹਾ ਹਾਂ ਨੰਬਰ 3 ਤੇ ਇਹ ਗੱਲ ਹੋਣੀ ਚਾਹੀਦੀ ਹੈ ਕਿ ਤੁਹਾਡੀ ਤਨਖਾਹ ਕਿੰਨੀ ਹੈ ਪਰ ਨੰਬਰ 3 ਵਾਲੀ ਨੰਬਰ 1 ਤੇ ਲੈ ਆਏ ਬੰਦੇ ਪੀ ਤਨਖਾਹ ਪਹਿਲਾਂ ਵੇਦੇ ਆ ਕੰਮ ਕਿਦਾਂ ਦਾ ਹੈ ਕੀ ਹੋ ਰਿਹਾ ਹੈ ਮੌਲ ਉਹ ਨਹੀਂ ਵੇਦੇ ਬਿਲਕੁਲ ਮੈਨੂੰ ਮੇਰੀ ਕੰਪਨੀ ਚ ਕਦੇ ਇਹ ਸਮੱਸਿਆ ਨਹੀਂ ਆਈ ਕੰਪਨੀ ਨੇ ਖੁੱਲ ਕੇ ਕੰਮ ਕਰਨ ਦਾ ਮੌਕਾ ਦਿੱਤਾ ਤੇ ਮਨਲਾ ਦਾ ਪਰਫਾਰਮੈਂਸ ਵੀ ਤਾਂ ਸ਼ਾਨਦਾਰ ਹੈਗੀ ਉਹਦੀ ਆਉਟਪੁੱਟ ਵੀ ਵਧੀਆ ਲੇਕਿਨ ਨਾ ਦਿਮਾਗ ਦੇ ਵਿੱਚ ਕੋਈ ਹੈਡੈਕ ਨਹੀਂ ਹੋਣਾ ਚਾਹੀਦਾ ਕਿ ਯਾਰ ਮੇਰਾ ਮਾਈਕ ਨਹੀਂ ਚੰਗਾ ਜਾਂ ਮੇਰਾ ਕੈਮਰਾ ਨਹੀਂ ਠੀਕ ਇਹ ਚੀਜ਼ਾਂ ਇੰਟਰਵਿਊ ਕਰਨ ਲੱਗੇ ਜਾਂ ਪੌਡਕਾਸਟ ਕਰਨ ਲੱਗੇ ਦਿਮਾਗ ਦੇ ਵਿੱਚ ਜੇ ਜੇ ਤੁਸੀਂ ਟੈਕਨੀਕਲੀ ਸਟਰੋਂਗ ਨਹੀਂ ਹੈਗੇ ਜੇ ਫੌਜੀ ਕੋਲ ਬੰਦੂਕ ਹੀ ਨਹੀਂ ਜੰਗ ਕਿਵੇਂ ਲੜੂਗਾ ਹਾਂ ਸਾਡੇ ਇਸ ਤਰ੍ਹਾਂ ਦਾ ਚਲੋ ਕੰਪਨੀ ਵੱਡੀ ਹੈ ਇਸ ਤਰ੍ਹਾਂ ਦੀਆਂ ਦਿੱਕਤਾਂ ਕਦੇ ਨਹੀਂ ਆਈਆਂ ਸ਼ੁਰੂਆਤ 'ਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਜਦੋਂ ਤੁਹਾਨੂੰ ਖੋਲਣਾ ਨਾ ਕੰਮ ਕਰਨ ਦੀ ਨੇਤਾਜੀ ਸਸਟੀਕਲ ਸ਼ੋ ਇਸੇ ਕਰਕੇ ਹਿੱਟ ਹੋ ਗਿਆ ਜੀ ਬਿਲਕੁਲ ਜਨਤਾ ਦੀ ਸਤ ਤੁਸੀਂ ਸੱਚ ਜਾਣਿਓ ਸੁਖਰਾਜ ਮੈਂ ਔਨ 에ਅਰ ਕਹਿ ਰਿਹਾ ਇਹ ਗੱਲ ਕਿ ਇਹ ਕਿਸੇ ਨਾਲ ਡਿਸਕਸ ਨਹੀਂ ਕੀਤੇ ਹਾਂ ਹਾਂ ਕੰਪਨੀ ਨੇ ਸਾਨੂੰ ਇੰਨੀ ਛੂਟ ਦੇ ਕੇ ਰੱਖੀ ਜੀ ਜਨਤਾ ਦੀ ਸੱਤ ਅਸੀਂ 4-5 ਜਣੇ ਅਸੀਂ ਬੈਠ ਕੇ ਅਸੀਂ ਡਿਸਾਈਡ ਕਰ ਲਿਆ ਸ਼ੋਅ ਲਾਂਚ ਕਰਦੇ ਆ ਕੰਪਨੀ ਦਾ ਬਜਟ ਹੋਣਾ ਚਾਹੀਦਾ ਤੁਹਾਡੇ ਨਾਲ ਬੌਕੇ ਤੇ ਸੈਟਿੰਗਾਂ ਛੁੱਟੀਆਂ ਬਣੀਆਂ ਨੇਤਾ ਹੀ ਸਸੀਕਲ ਸ਼ੋਅ ਡਿਜ਼ਾਈਨ ਕੀਤਾ ਬੰਦਾ ਲਾਈਨ ਅਪ ਕੀਤਾ ਉਹ ਬੜਾ ਵਧੀਆ ਤੁਹਾਡਾ ਸ਼ੋਹ ਨੀਤਾਜੀ ਸਾਸਤਰੀ ਕਾਲ ਜਿਹੜਾ ਆ ਉਹ ਡਿਫਰੈਂਟ ਆ ਉਸ ਨੂੰ ਬਹੁਤ ਸਾਰੇ ਨੇ ਹੁਣ ਫੋਲੋ ਕੀਤਾ ਆ ਦੋ ਚਾਰ ਨਵੇਂ ਚਹਿਲਾਨਾਂ ਨੇ ਉਹਨੂੰ ਫੋਲੋ ਕੀਤਾ ਕਿ ਕਿਸੇ ਦੇ ਜਿਹੜਾ ਪੋਲਿਟਿਕਸ ਵਿੱਚ ਇਨਵੋਲਵ ਹੈ ਉਹਦੇ ਘਰੇ ਜਾਣਾ ਨਾਰਮਲੀ ਬੈਠ ਕੇ ਗੱਲਬਾਤ ਕਰਨੀ ਉਹ ਚੀਜ਼ ਰਮਨਦੀਪ ਸੋਢੀ ਨੇ ਬਹੁਤ ਟਾਈਮ ਪਹਿਲਾਂ ਕਰ ਦਿੱਤੀ ਸੀ ਤੁਸੀਂ ਵੀ ਕਿਸੇ ਨੇ ਕਿਸੇ ਦਾ ਵਿਜ਼ਨ ਦੇਖ ਕੇ ਉਹ ਚੀਜ਼ ਕੀਤੀ ਜਾਂ ਫਿਰ ਤੁਹਾਡੇ ਦਿਮਾਗ ਵਿੱਚ ਆਇਆ ਕਿ ਆ ਚੀਜ਼ ਕਰਨੀ ਆ ਕਿ ਨਾ ਬਾਈ ਬੌਬੀ ਸੰਧੂ ਦਾ ਸ਼ੋਅ ਚੱਲਦਾ ਸੀ ਕੀ ਹਾਲ ਚਾਲ ਹੈ ਹਾਂਜੀ ਬੋਬੀ ਸੰਧੂ ਬਾਈ ਦਾ ਸ਼ੋਅ ਸੀ ਬੜੇ ਚਿਰ ਪਹਿਲਾਂ ਕਲਾਕਾਰਾਂ ਦੇ ਇੰਟਰਵਿਊਜ਼ ਹੁੰਦੇ ਸੀ ਈਟੀਸੀ ਪੰਜਾਬੀ ਸ਼ਹਿਰ ਚ ਹਾਂ ਬਾਈ ਜੀ ਘਰੇ ਜਾ ਕੇ ਇੰਟਰਵਿਊ ਕਰਦੇ ਸੀ ਹਾਂਜੀ ਮੈਂ ਸੋਚਿਆ ਕਿ ਕਿਉਂ ਨਾ ਯਾਰ ਇਹਨੂੰ ਪੋਲੀਟੀਕਲੀ ਸ਼ੁਰੂ ਕੀਤਾ ਜਾਵੇ ਹਾਂ ਪੋਲੀਟੀਸ਼ੀਅਨਸ ਦੀ ਲਾਈਫ ਕਿਉਂ ਨਾ ਵਿਖਾਈ ਜਾਵੇ ਮੈਂ ਬਾਈ ਬੋਬੀ ਸੰਧੂ ਦਾ ਫੈਨ ਆ ਬਹੁਤ ਤਗੜਾ ਫੈਨ ਰਹਾ ਮੈਂ ਉਹਨਾਂ ਦਾ ਚਲੋ ਹੁਣ ਬਾਈ ਮੇਰੇ ਖਲ ਕੰਮ ਛੱਡ ਗਏ ਆਲਾ ਪਰ ਕਲਾਕਾਰਾਂ ਨਾਲ ਸ਼ੀਤਾ ਹੀ ਉਹਨਾਂ ਨੇ ਸ਼ੁਰੂ ਸੀ ਜਾ ਕੇ ਬੰਦੇ ਦੇ ਮਾਈਕ ਲਾ ਦੇਣਾ ਚਲੋ ਮੈਂ ਹੂਬ ਹੂ ਮਾਈਕ ਮੁਕ ਜਾ ਕੇ ਲਾਉਣਾ ਇਹ ਗੱਲਾਂ ਆਮ ਹੋ ਗਈਆਂ ਕਿਉਂਕਿ ਆਬਵੀਅਸ ਪਤਾ ਹੀ ਹੁੰਦਾ ਨਾ ਤੁਹਾਡਾ ਵੀ ਤੁਸੀਂ ਅਚੰਚਿਤ ਚੱਲੇ ਨਹੀਂ ਐ ਥੋੜਾ ਤੁਸੀਂ ਜਾ ਕੇ ਕਿਸੇ ਦਾ ਤੁਸੀਂ ਐਵੇਂ ਹੁੰਦਾ ਨਹੀਂ ਇਸ ਤਰ੍ਹਾਂ ਹੁੰਦਾ ਨਹੀਂ ਆ ਚਲੋ ਆਬਵੀਅਸ ਹੈ ਬਾਈ ਨੇ ਫਲਮਾਇਆ ਪਰ ਉਹ ਕਨਸੈਪਟ ਬੜਾ ਪਸੰਦ ਕੀਤਾ ਜੀ ਪੋਲੀਟਿਸ਼ੀਅਨਾਂ ਦੇ ਨਾਲ ਮੈਂ ਥੋੜਾ ਜਿਹਾ ਉਹਨੂੰ ਚੇਂਜ ਵੀ ਕਰ ਲਿਆ ਆਪਦੇ ਅਕੋਰਡਿੰਗ ਮੈਂ ਕਿਹਾ ਪੋਲੀਟਿਸ਼ੀਅਨਾਂ ਦੇ ਨਾਲ ਜਾ ਕੇ ਮਾਈਕ ਜੇ ਲਾਵਾਂਗੇ ਵੀ ਆ ਅਗਲਾ ਐਡਾ ਥੋੜਾ ਪੋਲਾ ਵੀ ਉਹਨੂੰ ਪਤਾ ਹੀ ਨਹੀਂ ਤੁਸੀਂ ਆ ਗਏ ਹੋ ਹਾਂ ਪਤਾ ਤਾਂ ਹੁੰਦਾ ਹੀ ਆ ਸਾਰਾ ਕੁਝ ਤੈ ਹੁੰਦਾ ਬੰਦਾ ਬੈਠਾ ਅੰਦਰ ਫਰੇਮ ਲੱਗਿਆ ਸਭ ਕੁਝ ਇਹ ਮੈਂ ਨੀਤਾ ਇਸ ਅਸੀਕਲ ਸ਼ੁਰੂ ਕੀਤਾ ਨੀਤਾ ਜੀ ਸੱਸੀ ਗੱਲ ਸ਼ੁਰੂ ਕਰਨ ਦਾ ਮਤਲਬ ਸੀ ਮੈਂ ਆਸਟ੍ਰੇਲੀਆ ਸੀਗਾ ਤੇ ਉੱਥੇ ਇੱਕ ਦੋ ਭੈਣਾਂ ਆਈਆਂ ਮੇਰੇ ਕੋਲ ਕਹਿੰਦੀਆਂ ਭਾਜੀ ਨਾਲੇ ਤਾਂ ਫੋਟੋ ਕਰਾ ਕੇ ਗਏ ਕਹਿੰਦੀ ਭਾਈ ਤੁਹਾਡਾ ਨਾ ਸੱਡ ਬੜਾ ਤਰਾਜ਼ ਹੈ ਮੈਂ ਕਹਿੰਦਾ ਦੱਸੋ ਕਹਿੰਦੀ ਮੇਰੇ ਘਰ ਵਾਲਾ ਸਾਰਾ ਦਿਨ ਬੈਠਾ ਰਹਿੰਦਾ ਟੀਵੀ 'ਤੇ ਤੁਹਾਡੇ ਇੰਟਰਵਿਊ ਦੇਖਦਾ ਸਾਨੂੰ ਕੁਝ ਹੋਰ ਨਹੀਂ ਵੇਖਣ ਦਿੰਦੇ ਤੇ YouTube ਲਾ ਕੇ ਬੈਠ ਰਹਿੰਦੇ ਮੇਰੇ ਆਉਂਦਿਆਂ ਰਸਤੇ 'ਚ ਮੈਂ ਕਹਾ ਵੀ ਵੀ ਫੀਮੇਲ ਆਡੀਅנס ਦਾ ਟਾਰਗੇਟ ਹੀ ਨਹੀਂ ਕਰ ਰਹੇ ਆਪਾਂ ਹਾਂ ਮੈਂ ਕਹਾ ਜੇ ਅੱਜ ਮੇਰਾ ਇੰਟਰਵਿਊ 5 ਲੱਖ ਚੱਲਦਾ ਤੇ ਜੇ ਇਹਨਾਂ ਔਰਤਾਂ ਦਾ ਹਾਂਜੀ ਤੇ ਮੈਂ ਕਹਿੰਦਾ 5 ਲੱਖ ਤੋਂ ਗਿਣਤੀ 8 ਲੱਖ ਹੋ ਸਕਦੀ ਹੈ ਬਿਲਕੁਲ ਮੈਂ ਸੱਚ ਕਹਿ ਰਿਹਾ ਮੈਂ viewership ਤੇ ਫੋਕਸ ਕੀਤਾ ਬਿਲਕੁਲ ਤੇ ਕਿਉਂਕਿ ਟੈਲੀਵਿਜ਼ਨ ਤੇ ਤੁਹਾਡੇ ਲਈ ਚੁਣੌਤੀ ਵੀ ਤਾਂ ਰਹਿੰਦੀ ਹੈ ਨਾ ਸਾਡੀ ਡੇਟ ਤੇ ਤੁਹਾਨੂੰ ਵਿਊ ਨਹੀਂ ਆ ਰਹੇ ਤੁਹਾਨੂੰ ਜਰਨਲਿਸਟ ਨਹੀਂ ਮੰਨਿਆ ਜਾਂਦਾ ਬਿਲਕੁਲ ਤੇ ਮੈਂ ਕਿਹਾ ਵੀ ਮੈਂ ਆਉਂਦੇ ਆ ਪਲੈਨ ਚ ਇਹ ਗੱਲ ਸੋਚੀ ਮੈਂ ਕਿਹਾ ਇੱਕ ਸ਼ੋਅ ਡਿਜ਼ਾਈਨ ਕਰਦੇ ਹਾਂ ਔਰਤਾਂ ਹੁੰਦਾ ਕਿ ਇਹਨਾਂ ਦਾ ਪਰਿਵਾਰ ਕਿਦਾਂ ਦਾ ਹੈ ਘਰ ਕਿਹੋ ਜਿਹਾ ਹੈ ਕਰੋਕਰੀ ਕਿਹੋ ਜੀ ਹੈ ਡਿਨਰ ਸੈੱਟ ਕਿਦਾਂ ਦਾ ਹੈ ਸੋਫੇ ਕਿਦਾਂ ਦੇ ਹੈ ਸ਼ੌਂਕ ਕਿਦਾਂ ਦੇ ਫੈਮਿਲੀ ਕਿਵੇਂ ਆ ਜਦੋਂ ਲੀਡਰ ਦੇ ਨਾਲ ਉਹਨਾਂ ਦਾ ਇੰਟਰਸਟ ਉਹਦਾ ਇੰਟਰਸਟ ਪੈਦਾ ਹੋ ਜੂ ਬੱਚਿਆਂ ਦਾ ਵੀ ਇੰਟਰਸਟ ਪੈਦਾ ਹੋ ਜੂਗਾ ਹਾਂ ਨਾਲ ਮੇਰੇ ਮਨ ਚ ਇਹ ਵੀ ਸੀਗਾ ਮੈਂ ਕਿਹਾ ਵੀ ਪੋਲੀਟੀਸ਼ਨ ਦੀ ਨਿੱਜੀ ਜ਼ਿੰਦਗੀ ਕਦੀ ਸਾਹਮਣੇ ਨਹੀਂ ਲਿਆਂਦੀ ਗਈ ਜੀ ਬਿਲਕੁਲ ਲੋਕ ਇਹਨਾਂ ਨੂੰ ਜਾਣਨ ਲੋਕ ਇਹਨਾਂ ਦੇ ਮਹਿਲ ਮਨਾਰੇ ਇਹਨਾਂ ਦਾ ਕਾਰ ਇਹਨਾਂ ਦਾ ਸਟੈਂਡਰਡ ਇਹਨਾਂ ਦਾ ਥੌਟ ਪ੍ਰੋਸੈਸ ਦੇਖੋ ਬੰਦੇ ਬੰਦੇ ਦੇ ਰਹਿਣੀ ਸਹਿਣੀ ਤੋਂ ਹੀ ਬੰਦੇ ਦੀ ਡਾਇਲੋਜੀ ਪਤਾ ਲੱਗ ਜਾਂਦੀ ਹੈ ਪਹਿਲਾਂ ਤਾਂ ਕਿਸੇ ਐਮਐਲਏ ਦੇ ਘਰੇ ਜਾਣਾ ਆਮ ਬੰਦੇ ਦਾ ਸੁਪਨਾ ਹੀ ਹੁੰਦਾ ਸੀਗਾ ਤੇ ਤੁਹਾਡੇ ਘਰ ਕਿੰਨੀ ਸੀ ਜੀ ਅਸੀਂ ਤਾਂ ਕਿਚਨ ਤੱਕ ਡਰੈنگ ਰੂਮ ਤੱਕ ਬੈੱਡਰੂਮ ਤੱਕ ਚਲੇ ਗਏ ਤੁਸੀਂ ਤਾਂ ਪਰੌਂਠੇ ਵੀ ਖਾਦੇ ਲਾ ਲਏ ਮੈਂ ਕਹਿੰਦਾ ਅੱਛਾ ਪਰੌਂਠੇ ਵਾਲਾ ਕਨਸੈਪਟ ਵੀ ਇਹ ਸੀ ਚਲੋ ਜਿੰਨੀ ਕੋ ਕਿਸੇ ਦੀ ਬੁੱਧੀ ਆ ਓਨੀ ਕੀ ਗੱਲ ਸੋਚ ਜਾਂਦਾ ਬਹੁਤੇ ਮੇਰੇ ਭਰਾ ਕਹਿੰਦੇ ਇਹ ਰੋਟੀਆਂ ਖਾ ਕੇ ਤੁਸੀਂ ਮੁੜੇ ਆਉਣੇ ਹੋ ਯਾਰ ਗੱਲ ਰੋਟੀਆਂ ਖਾਣ ਦੀ ਨਹੀਂ ਜਿਹੜਾ ਉੱਥੇ ਟਰਕੀ ਦਾ ਡਿਨਰ ਸੈੱਟ ਪਿਆ ਨਾ ਉਹ ਦਿਖਾਉਣਾ ਉਹਨੂੰ ਨੋਟ ਕਰੋ ਹਾਂ ਕਿ ਉਹ 50 ਹਜ਼ਾਰ ਦਾ ਹੈ ਉਹ ਡੇਂਡਰ ਸੈਟ ਟੇਬਲ ਤੇ ਕਿਵੇਂ ਆਊਗਾ ਜੀ ਉਹ ਤਾਂ ਕੁਝ ਖਾਵਾਂਗੇ ਤਾਂ ਬਿਲਕੁਲ ਜਿਹੜਾ ਡਾਈਨਿੰਗ ਟੇਬਲ ਪਿਆ ਹੈ ਕੀ ਪਤਾ ਉਹਦੀ ਕੀਮਤ 5 ਲੱਖ ਹੋ ਵੇਖਣ ਵਾਲੇ ਨੋਟ ਕਰ ਰਹੇ ਆ ਮੈਨੂੰ ਇਸ ਤਰ੍ਹਾਂ ਦਾ ਫੀਡਬੈਕ ਆਇਆ ਜੀ ਬਿਲਕੁਲ ਤੁਸੀਂ ਭਾਈ ਫਲਾਣੇ ਦੇ ਘਰੇ ਗਏ ਉਹਦੇ ਤਾਂ ਸੋਫਾ ਯਾਰ 5 ਲੱਖ ਦਾ ਪਿਆ ਸੀ ਹਾਂ ਤਾਂ ਇਹ ਚੀਜ਼ਾਂ ਸਕਰੀਨ ਤੇ ਕਿਵੇਂ ਆਣਗੀਆਂ ਜੇ ਉੱਥੋਂ ਤੱਕ ਐਕਸੈਸ ਕਿਵੇਂ ਮਿਲੂਗਾ ਤੁਹਾਨੂੰ ਉਸ ਚੀਜ਼ ਦੀ ਵਰਤੋਂ ਕਰਨੀ ਮੈਂ ਹੁਣੇ ਗੱਲ ਕਹੀ ਸੀ ਵੀ ਬੰਦੇ ਦੀ ਜਿਹੜੀ ਸੋਚ ਹੈ ਉਦੀ ਰਹਿਣੀ ਸਹਿਣੀ ਤੋਂ ਉਦੀ ਵੇਸ਼ ਭੂਸ਼ਾ ਤੋਂ ਉਹਦੇ ਕੱਪੜਿਆਂ ਤੋਂ ਉਹਦੀ ਜ਼ੁਬਾਨ ਤੋਂ ਹੀ ਪਤਾ ਲੱਗੂਗੀ ਨਾ ਇੱਕ ਬੰਦਾ ਚੁੱਪ ਕਰਕੇ ਬੈਠਾ ਤੁਸੀਂ ਉਹਨੂੰ ਜੱਜ ਨਹੀਂ ਕਰ ਸਕਦੇ ਬਿਲਕੁਲ ਨਹੀਂ ਕਰ ਸਕਦੇ ਜਦੋਂ ਬੰਦਾ ਬੋਲੂਗਾ ਉਸ ਤੋਂ ਬਾਅਦ ਹੀ ਤੁਹਾਡੇ ਤੇ ਉਹਦਾ ਪ੍ਰਭਾਵ ਹੋਗਾ ਨਾ ਵੀ ਇਹ ਕੌਣ ਹੈ ਕਿਵੇਂ ਹੈ ਇਹਦੀ ਡਾਇਲੌਗ ਗੱਲ ਸੰਵਾਦ ਦੇ ਨਾਲ ਹੀ ਪਤਾ ਲੱਗਦਾ ਤਾਂ ਉਹ ਜਦੋਂ ਮੈਂ ਲੀਡਰਾਂ ਦੇ ਪਰਿਵਾਰਾਂ ਨੂੰ ਇੰਟਰੋਡਿਊਸ ਕਰਾਉਣਾ ਸ਼ੁਰੂ ਕਰਤਾ ਉਹਨਾਂ ਦੀਆਂ ਉਹਨਾਂ ਲੀਟਰਾਂ ਦੀਆਂ ਪਤਨੀਆਂ ਨੂੰ ਵਖਾਉਣਾ ਸ਼ੁਰੂ ਕੀਤਾ ਬੱਚੇ ਵਖਾਉਣੇ ਸ਼ੁਰੂ ਕੀਤੇ ਉਹਨਾਂ ਦੇ ਘੋੜੀਆਂ ਨੂੰ ਉਹਨਾਂ ਦੇ ਜਾਨਵਰਾਂ ਨੂੰ ਉਹਨਾਂ ਦੀਆਂ ਗੱਡੀਆਂ ਨੂੰ ਵਖਾਉਣਾ ਸ਼ੁਰੂ ਕੀਤਾ ਖੇਤਲ ਜਾਣੇ ਸ਼ੁਰੂ ਕੀਤੇ ਉੱਥੋਂ ਫਿਰ ਇੰਟਰਸਟ ਬਣ ਗਿਆ ਤਾਂ ਮੈਂ ਬੜੇ ਇਸ ਗੱਲ ਨੂੰ ਮਨ ਨਾਲ ਕਹਿਣਾ ਵੀ ਹੁਣ ਜਦੋਂ ਮੈਂ ਵਿਦੇਸ਼ ਜਾਣਾ ਜਾਂ ਇੱਥੇ ਕਿਤੇ ਵਿਚਰਦਾਂ ਵਿਆਹਾਂ ਸ਼ਾਦੀਆਂ ਤੇ ਤਾਂ ਬਹੁਤ ਸਾਰੀਆਂ ਫੀਮੇਲਜ਼ ਵੀ ਆ ਕੇ ਕਹਿੰਦੀਆਂ ਕਿ ਅਸੀਂ ਜੀ ਉਹ ਮੰਟੀ ਰਮਾਣ ਵਾਲਾ ਸ਼ੋਅ ਵੇਖਿਆ ਸੀ ਹਾਂ ਅਸੀਂ ਕਿ ਕਿ ਟਿੱਲੋਂ ਵਾਲਾ ਸ਼ੋਅ ਵੇਖਿਆ ਸੀਗਾ ਜੀ ਉਹ ਅਸੀਂ ਨਵਜੋਤ ਸਿੰਘ ਸਿੱਧੂ ਵਾਲਾ ਸ਼ੋਅ ਵੇਖਿਆ ਸੀਗਾ ਜੀ ਅਸੀਂ ਰਾਜੇ ਵੜਿੰਗ ਵਾਲਾ ਸ਼ੋਅ ਵੇਖਿਆ ਸੀ ਉਹਦਾ ਕਾਰਨ ਉਹਦਾ ਕਾਰਨ ਇਹ ਵੀ ਬਾਈ ਲੱਗਦਾ ਮੈਨੂੰ ਕਿ ਉਹ ਬੋ ਅਨਫਿਲਟਰਡ ਹੁੰਦਾ ਕਿਉਂਕਿ ਕੁਝ ਵੀ ਮੇਰੇ ਸਾਹਬ ਦੇ ਨਾਲ ਉਹਦੇ ਵਿੱਚ ਕੁਝ ਵੀ ਪਲੇਨ ਅਨਫਿਲਟਰਡ ਵੀ ਹੈ ਸੁਖਰਾਜ ਭਾਈ ਮੈਂ ਇੱਕ ਕਾਫੀ ਟੇਬਲ ਬੁੱਕ ਲਿਖ ਰਿਹਾ ਤੇ ਉਹਦੇ ਵਿੱਚ ਮੈਂ ਪੰਜਾਬ ਦੇ ਜਿੰਨੇ ਪੋਲੀਟਿਸ਼ੀਅਨਸ ਦੇ ਨਾਲ ਇਹ ਮੈਂ ਪਹਿਲੀ ਵਾਰ ਰੀਵਿਲ ਕਰ ਰਿਹਾ ਮੈਂ ਇੰਟਰਵਿਊ ਕੀਤਾ ਜੀ ਉਹ ਸਾਰਿਆਂ ਦੀ ਜਿਹੜੀ ਬਾਇਓਗ੍ਰਾਫੀ ਆ ਮੈਂ ਉਹਦੇ ਚ ਲਿਖ ਰਿਹਾ ਹਾਂ। ਹੂੰ। ਸ਼ੋਅ 'ਚ ਜਿਹੜੀਆਂ ਚੀਜ਼ਾਂ ਰਹਿ ਗਈਆਂ ਉਹ ਮੈਂ ਨਿੱਜੀ ਤੌਰ ਤੇ ਟੈਲੀਫੋਨ ਕਰਕੇ ਪੋਲਿਟਿਸ਼ੀਅਨ ਨੂੰ ਪੁੱਛਦਾ। ਜੇ ਮੈਂ ਗਲਤ ਨਾ ਹੋਵਾਂ ਕਿਉਂਕਿ ਜਦੋਂ ਅਸੀਂ ਆਏ ਸੀ ਪੱਤਰਕਾਰੀ 'ਚ ਸਾਡੇ ਕੋਲ YouTube ਹੈ ਨਹੀਂ ਸੀ। ਹੂੰ। ਹੁਣ ਤਾਂ ਪੱਤਰਕਾਰ ਕਿਸੇ ਦਾ ਇੰਟਰਵਿਊ ਕਰਨ ਜਾਂਦਾ YouTube ਕਰਕੇ ਪਹਿਲਾਂ ਸੁਣ ਲੈਂਦਾ। ਹਾਂ। ਮੰਨ ਲਓ ਕੋਈ ਸਿੱਧੂ ਦਾ ਇੰਟਰਵਿਊ ਕਰਨ ਚੱਲਿਆ ਤੇ ਸਿੱਧੂ ਦਾ 100 ਇੰਟਰਵਿਊ ਪਿਆ। ਬਿਲਕੁਲ। ਕੋਈ ਮੀਰਾ ਸੁਣ ਲਓ ਕੋਈ ਯਾਦਉਂਦਰ ਦਾ ਸੁਣ ਲਓ ਕੋਈ ਨਿਪਿੰਦਰ ਦਾ ਕੋਈ ਪੰਕਜ ਦਾ ਕਿਸੇ ਦਾ। ਜੀ। ਸਾ ਮੈਂ ਮਹਿਸੂਸ ਕਰਦਾ ਨਿੱਜੀ ਤੌਰ ਤੇ ਕਿ ਅਸੀਂ ਆਉਣ ਵਾਲੀ ਪੱਤਰਕਾਰੀ ਪੀੜ੍ਹੀ ਦੇ ਲਈ ਅਸੀਂ ਬਹੁਤ ਮਸਾਲਾ ਦੇ ਕੇ ਚੱਲੇ ਆਂ ਦਿਨਾਂ ਲਈ ਸੌਖਾ ਹੋ ਜਾਊਗਾ ਕਿਸੇ ਲੀਡਰ ਦੇ ਬਾਰੇ ਜਾਣਨਾ ਅਸੀਂ ਜਦੋਂ ਕਿਸੇ ਦੀ ਪ੍ਰੋਫਾਈਲ ਜਾਣਨੀ ਹੁੰਦੀ ਸੀ ਤਾਂ ਵਿਕੀਪੀਡੀਆ ਸ਼ੋ ਹੀ ਨਹੀਂ ਕੁਝ ਕਰਾਉਂਦਾ ਸੀ ਆਮਦਨੀ ਪਾਰਟੀ ਦੇ ਲੀਡਰ ਤਾਂ ਆਈ ਹੁਣ ਪਹਿਲੀ ਵਾਰਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਇਸ ਕਰਕੇ ਮੈਂ ਇੱਕ ਕਿਤਾਬ ਜਿਹੜੀ ਉਹ ਲਿਖ ਰਿਹਾ ਕਾਫੀ ਟੇਬਲ ਬੁੱਕ ਉਹਦੇ ਚ ਮੇਰਾ ਖਿਆਲ ਹੈ ਵੀ 100 ਕ ਪੋਲਿਟਿਸ਼ਨਾਂ ਦੇ ਬਾਰੇ ਹੂੰ ਉਹ ਕਿੱਥੇ ਜੰਮੇ ਸੀ ਕਿੱਥੇ ਪੜੇ ਕਿੱਥੇ ਵਿਆਹੇ ਕਦੋਂ ਪੋਲਿਟਿਕਸ ਚ ਆਏ ਕਿੰਨੀ ਵਾਰ ਮਿਸਟਰ ਰਹੇ ਸ਼ੌਂਕ ਕੀ ਆ ਉਹਨਾਂ ਦੇ ਠੀਕ ਹੈ ਘੁੰਮਣਾ ਕਿੱਥੇ ਪਸੰਦ ਕਰਦੇ ਖਾਣਾ ਕੀ ਪਸੰਦ ਕਰਦੇ ਇਹ ਮੇਰੇ ਖਿਆਲ ਅਭੀ ਪੰਜਾਬੀ ਪੱਤਰਕਾਰੀ ਦੇ ਵਿੱਚ ਕਿੰਨੇ ਪਹਿਲੀ ਵਾਰ ਪੋਲਿਟਿਕਸ ਵਾਲੇ ਲਿਖ ਲਿਆ ਤੁਸੀਂ ਮੈਂ 11 12 ਲਿਖ ਲਿਆ ਇਹ ਪਹਿਲੀ ਵਾਰ ਹੋਊਗਾ ਕਿ ਤੁਹਾਨੂੰ ਇੱਕ ਬਣਿਆ ਬਣਾਇਆ ਮਸਾਲਾ ਮਿਲ ਜੂਗਾ ਬਈ ਯਾਰ ਉਹ ਕਿਤਾਬ ਪੜ ਲਓ ਇਹ ਸਿਲੇਬਸ ਬਣੂਗਾ ਹਾ ਸਿਲੇਬਸ ਬਣੂਗਾ ਸੁਗਰਾਜ ਬਾਈ ਹੁਣ ਵੀ ਅਸੀਂ ਟੈਲੀਫੋਨ ਕਰਦੇ ਆ ਨਾ ਕਿਸੇ ਨੂੰ ਉਹ ਯਾਰੋ ਮੈਂ ਫਲਾਣੇ ਨਾਲ ਕਰਨਾ ਜੀ ਦੱਸੀ ਮੈਨੂੰ ਤੁਸੀਂ ਅਰਮੀਕ ਨਾਲ ਗੱਲ ਕੀਤੀ ਮੈਂ ਕਿਸੇ ਦਾ ਇੰਟਰਵਿਊ ਕਰਨਾ ਮੈਂ ਲੀਡਰ ਬਾਰੇ ਪੁੱਛਦਾ ਆ ਆ ਦੱਸੋ ਯਾਰ ਇਹਦਾ ਵਵਾਦ ਕੀ ਸੀ ਆ ਕੀ ਸੀ ਉਹਦੇ ਚ ਤਮਾਮ ਚੀਜ਼ਾਂ ਸ਼ਾਮਿਲ ਹੋਣਗੀਆਂ ਮੈਂ ਦਾਅਵੇ ਨਾਲ ਕਹਿਣਾ ਵੀ ਕੋਈ ਬੰਦਾ ਕਿਸੇ ਲੀਡਰ ਨੂੰ ਇੰਟਰਵਿਊ ਕਰਨ ਜਾਊਗਾ ਤੇ ਜੇ ਉਹ ਆਪਣੀ ਵਾਲੀ ਕਿਤਾਬ ਪੜ੍ਹੂਗਾ ਤੇ ਉਹਨੂੰ 70% ਕੰਮ ਉਹਦਾ ਸੌਰਟ ਆਊਟ ਹੋ ਜਾ। ਘਟੂ ਘਟ ਕੀ ਪੁਆਇੰਟ ਤਾਂ ਉਹਨਾਂ ਨੂੰ ਨੋਟ ਹੋ ਜਾਣਗੇ ਦਿਮਾਗ ਦੇ ਵਿੱਚ। ਅੱਛਾ ਇਹ ਇਹ ਵੀ ਚੀਜ਼ ਐ ਕਿ ਮੈਂ ਤੁਸੀਂ ਹੁਣੇ ਗੱਲ ਕੀਤੀ ਕਿ ਆਉਣ ਵਾਲੇ ਯੂਥ ਜਿਹੜਾ ਆ ਜਿਹੜਾ ਪੱਤਰਕਾਰ ਬਣੂਗਾ ਆਉਣ ਵਾਲਾ ਯੂਥ। ਪਰ ਮੈਂ ਕਿਤੇ ਨਾ ਕਿਤੇ ਬਾਈ ਐਵੇਂ ਮਹਿਸੂਸ ਕਰਦਾ ਕਿ ਆਉਣ ਵਾਲੇ ਯੂਥ ਨੂੰ ਪੱਤਰਕਾਰ ਪੱਤਰਕਾਰੀ ਹੁੰਦੀ ਕੀ ਆ ਇਹਦੀ ਨੋਲੇਜ ਹੈ ਹੀ ਨਹੀਂ। ਹੋ ਸਕਦਾ ਸੌਰ ਵਿੱਚੋਂ 10 ਲੋਕਾਂ ਨੂੰ ਹੋਵੇ ਜਿਹੜੇ ਕਿ ਇਸ ਚੀਜ਼ ਦੇ ਵੱਲ ਫੋਕਸ ਰੱਖਦੇ ਆ, ਰੀਅਲ ਪੱਤਰਕਾਰੀ ਦੇ ਵੱਲ ਫੋਕਸ ਰੱਖਦੇ ਆ। ਨਹੀਂ ਤਾਂ ਅੱਜ ਕੱਲ੍ਹ ਜਿਵੇਂ ਮੈਂ ਆ ਮੈਂ ਕਿਸੇ ਨੂੰ ਕਹਿ ਦਮਾ ਉਹ ਮੈਨੂੰ ਕੋਈ ਪੁੱਛਦਾ ਕਿ ਤੂੰ ਕੀ ਕੰਮ ਕਰਦਾ ਮੈਂ ਕਹਿੰਦਾ ਮੈਂ ਯੂਟਿਊਬਰ ਆ ਮੈਂ ਯੂਟਿਊਬ ਦੇ ਉੱਤੇ ਪੋਡਕਾਸਟ ਕਰਕੇ ਪਉਣਾ ਜਿਵੇਂ ਕਮਾ ਮੈਂ ਪੱਤਰਕਾਰ ਆ ਉਹ ਮੇਰੇ ਲਈ ਗਲਤ ਗੱਲ ਹੈ ਕਿਉਂਕਿ ਮੈਂ ਪੱਤਰਕਾਰ ਨਹੀਂ ਆ ਮੈਂ ਇੱਕ ਗੱਲਬਾਤ ਕਰਦਾ ਬਹੁਤ ਸੋਹਣੀ ਤੁਸੀਂ ਗੱਲ ਕਹੀ ਹੈ ਹੁਣ ਪੱਤਰਕਾਰੀ ਦੇ ਮੈਨੇ ਹੋ ਗਈ ਹੈ ਵੀ ਜਿਹਨੂੰ ਬੋਲਣਾ ਆਉਂਦਾ ਹਮ ਐਂਕਰ ਪੱਤਰਕਾਰ ਮੰਨਣ ਲੱਗ ਪਿਆ ਆਪਣੇ ਆਪ ਹਾਂ ਔਰ ਨੌ ਸਿੱਖੀਏ ਬੰਦੇ ਆ ਗਏ 나ੜੀ ਬੰਦੇ ਬਹੁਤ ਆ ਗਏ ਹਾਂ ਬੋਲ ਲੈਣਾ ਫਿਰ ਬੋਲ ਲੈਣ ਦੇ ਹਿਸਾਬ ਨਾਲ ਤਾਂ ਸੋਸ਼ਲ ਮੀਡੀਆ ਦੇ ਬੜੇ ਬੰਦੇ ਫਿੱਟ ਪਏ ਹਿੱ ਪੱਤਰਕਾਰ ਪੱਤਰਕਾਰੀ ਦੇ ਕਾਇਦੇ ਆ ਇਸ ਤਰ੍ਹਾਂ ਨਹੀਂ ਆ ਵੀ ਜਿਨੇ ਮਰਜ਼ੀ ਮਾਈਕ ਚੱਕ ਲਿਆ ਤੇ ਉਹ ਪੱਤਰਕਾਰ ਹੋ ਗਿਆ ਹਾਂ ਤਾਂ ਇਹ ਵੀ ਨਹੀਂ ਆ ਕਿ ਕਿਸੇ ਦੇ ਮੋਰੇ ਵੀ ਤੁਸੀਂ ਕੈਮਰਾ ਖੋਲ੍ਹ ਕੇ ਤੇ ਕੁਝ ਵੀ ਬੋਲ ਸਕਦੇ ਆ ਮੈਂ ਉਹੀ ਕਹਿ ਰਿਹਾ ਨਾ ਖੋੜਾ ਇਦੇ ਜ਼ਮਾਨੇ ਚ ਕਿਸੇ ਬੰਦੇ ਨੂੰ ਡੀਫੇਮ ਕਰਨਾ ਜਨਰਲਿਜ਼ਮ ਹੋ ਗਿਆ ਬਿਲਕੁਲ ਉਹ ਜੀ ਫਲਾਣੇ ਨੇ ਬੜਾ ਖੜਕਾਇਆ ਜੀ ਉਹਨੂੰ ਉਹਨੇ ਫਲਾਣੇ ਨੂੰ ਐ ਕਰਤਾ ਜੀ ਉਹਨੇ ਪਾਲਸ ਵਾਲਾ ਨੇ ਉਹ ਸਵਾਲ ਕਰਾਤੇ ਹਾਂ ਸਵਾਲ ਇਸ ਤਰ੍ਹਾਂ ਪਰ ਮੈਂ ਕਹਿੰਦਾ ਜੀ ਸਦਕੇ ਕਰੋ ਯਾਰ ਜਿਹੜਾ ਸਵਾਲ ਆਪਾਂ ਕਰ ਰਹੇ ਆ ਕਿ ਉਹ ਤੇ ਆਪ ਆਪ ਖਰੇ ਹੈਗੇ ਮਸ਼ੀਨਾ ਕਿ ਧਿਆਨ ਰੱਖ ਲੈਣਾ ਚਾਹੀਦਾ ਮੈਂ ਉਹ ਇਹੀ ਗੱਲ ਆ ਕੀ ਮਾੜਾ ਨਹੀਂ ਆਉਣੇ ਚਾਹੀਦੇ ਬੰਦੇ ਬਹੁਤ ਲੋਡ ਆ ਸਾਨੂੰ ਅੱਜ ਵੀ ਪੰਜ ਬੰਦੇ ਚਾਹੀਦੇ ਬਹੁਤ ਟਾਪ ਦੀ ਤਨਖਾਹ ਤੇ ਪਰ ਦਿੱਕਤ ਇਹ ਆ ਵੀ ਕਿਸੇ ਨੂੰ ਇਹ ਪੁੱਛ ਲੋ ਵੀ ਪੰਜਾਬ ਦੇ ਰਾਜ ਸਭਾ ਮੈਂਬਰ ਕਿੰਨੇ ਆ ਨਹੀਂ ਪਤਾ ਪੱਤਰਕਾਰੀ ਦੇ ਵਿੱਚ ਬਹੁਤ ਵੱਡਾ ਵੈਕਿਊਮ ਹੈ ਲੋਕ ਕਹਿੰਦੇ ਨਾ ਰੋਜ਼ਗਾਰ ਹੈ ਨਹੀਂ ਜੀ ਨਹੀਂ ਹੈਗਾ ਇੱਕ ਵੱਖਰਾ ਵਿਸ਼ਾ ਪਰ ਸਾਡੇ ਭਾਈਚਾਰੇ ਦੇ ਵਿੱਚ ਸਾਡੇ ਵਾਲੇ ਕਿੱਤੇ 'ਚ ਬਹੁਤ ਨੌਕਰੀਆਂ ਤੁਸੀਂ ਦੇਖੋ ਨਾ ਨੰਨੇ ਤੇ ਰਾਣੇ ਦਾ ਨਹੀਂ ਪਤਾ ਕਿਸੇ ਨੂੰ ਹਾਂ ਪੰਜਾਬੀ ਜ਼ੁਬਾਨ ਨਹੀਂ ਆਉਂਦੀ ਔਰ ਵੱਡੀ ਗੱਲ ਇਹ ਆ ਅਖਬਾਰ ਨਹੀਂ ਪੜ੍ਹਦੀ ਨੌਜਵਾਨ ਪੀੜ੍ਹੀ ਕੱਲਾ ਕੋਈ ਇਹ ਨਹੀਂ ਆ ਵੀ ਜਰਨਲਿਸਟ ਬਨਣ ਵਾਸਤੇ ਪੇਪਰ ਪੜ੍ਹਨਾ ਹੈ ਜੀ ਮੁੱਦਿਆਂ ਬਾਰੇ ਨੌਲੇਜ ਨਹੀਂ ਆ ਕਿ ਚੱਲ ਕੀ ਰਿਹਾ ਪਿਸ਼ੋਕੜ ਕੀ ਆ ਹੁਣ ਵੈਸੇ ਜਰਨਲਿਸਟ ਹੁੰਦਾ ਕਦੋਂ ਕੀ ਕਿੱਥੇ ਕਿਵੇਂ ਕਿਉਂ ਤੇ ਕਿਸ ਦੁਆਰਾ ਹਾਂ ਹੁਣ ਦੱਸਿਆ ਜਾ ਰਿਹਾ ਕੀ ਤੇ ਕਿੱਥੇ ਹਾਂਜੀ ਨਾ ਤਾਂ ਕਿਉਂ ਆ ਰਿਹਾ ਇਹਨੂੰ ਨੁਕਸਾਨ ਮੰਨਦੇ ਹੋ ਤੁਸੀਂ ਕੀ ਬਹੁਤ ਵੱਡਾ ਨੁਕਸਾਨ ਹੈ ਕਿ ਜਿਵੇਂ ਬਹੁਤ ਲੋਕ ਇਕੱਲਾ ਆਪਣਾ ਇੱਕ ਪੇਜ ਬਣਾ ਕੇ ਫੇਸਬੁੱਕ ਤੇ ਲਾਈਵ ਹੋ ਕੇ ਤੇ ਕੁਝ ਨਹੀਂ ਹੁਣ ਤਾਂ ਵਿਊ ਦੀ ਗੇਮ ਹੋ ਗਈ ਨਾ ਸੁਖਰਾਜ ਭਾਈ ਹੁਣ ਤਾਂ ਸਾਰੀ ਕਹਾਣੀ ਵਿਊ ਦੇ ਆਲੇ ਦੁਆਲੇ ਘੁੰਮਦੀ ਪਈ ਆ ਦੂਜਾ ਇਹ ਹੋ ਗਿਆ ਕਿ ਕਮਾਈ ਦੇ ਸਾਧਨ ਬਹੁਤਿਆਂ ਦੇ ਬਣ ਗਏ ਕਿਸੇ ਨੂੰ ਫੇਸਬੁੱਕ ਤੋਂ ਰੁਪਏ ਕੀ ਆਈ ਜਾਂਦੇ ਆ ਕੰਪਨੀਆਂ ਤਾਂ ਭਾਈ ਜੀ 70 70 80 80 ਲੱਖ ਦੇ ਕੇ ਮੁਲਾਜ਼ਮ ਰੱਖੀ ਬੈਠੀਆਂ ਕੋਈ ਛੋਟੇ ਖਰਚੇ ਨਹੀਂ ਆ ਸੌਖਾ ਹੋ ਗਿਆ ਕੰਮ بڑے ਮਨ ਮੈਨੂੰ ਵੀ ਮਤ ਦਿੰਦੇ ਆ ਪੇਜ ਚਲਾ ਲੈ ਆਪਦੇ ਵਾਲਾ ਤੂੰ ਬੜਾ ਕੁਝ ਆ ਜਾਊਗਾ ਕੰਬੜਾ ਸੌਖਾ ਹੋ ਗਿਆ ਜਿਹੜਾ ਬੰਦਾ ਹਿੱਟ ਹੈ ਉਹਦੇ ਖਿਲਾਫ ਬੋਲਦੇ ਹੋ ਪੰਜਾਬੀਆਂ ਦੇ ਮਨ ਵਿੱਚ ਵਿਊਜ਼ ਦੇ ਗੇਮ ਕਿਵੇਂ ਪਈ ਹੋਗੀ ਬਾਈ ਵਿਊਜ਼ ਪਾਈ ਸੋਸ਼ਲ ਮੀਡੀਆ ਨਹੀਂ ਜਦੋਂ ਪੈਸੇ ਦੇਣ ਲੱਗ ਪਏ ਹਾਂ ਅੱਜ ਕੱਲ ਤੁਸੀਂ ਦੇਖੋ ਮੈਂ ਕਿਸੇ ਦੇ ਖਿਲਾਫ ਨਹੀਂ ਐ ਪਰ ਮੈਂ ਇਹ ਮਹਿਸੂਸ ਕਰਦਾ ਤੁਸੀਂ ਦੇਖੋ ਅੱਜ ਅੱਜ ਵਲੌਗਰ ਕਿੰਨਾ ਹੋ ਗਿਆ ਘਰਾਂ ਚ ਲੋਕ ਲਾਈਵ ਹੋਈ ਜਾਂਦੇ ਆ ਹਾਂ ਪਰਿਵਾਰਾਂ ਦੇ ਨਾਲ ਨਿੱਜੀ ਜ਼ਿੰਦਗੀ ਵਖਾ ਰਹਿਆ ਪਰ ਉਹ ਤਾਂ ਵਖਾ ਰਹੇ ਜੀ ਲੋਕ ਵੇਖ ਰਹੇ ਤਾਂ ਇਹਦਾ ਮੈਂ ਤਾਂ ਜਿਵੇਂ ਮੈਂ ਇਹ ਸਵਾਲ ਤਾਂ ਕੀਤਾ ਕਿਉਂਕਿ ਜਿਵੇਂ ਆਪਾਂ ਜੀ ਗੱਲ ਕਰ ਰਹੇ ਆ ਤੁਸੀਂ ਵੀ ਸਮਾਂ ਕੱਢ ਕੇ ਆਏ ਹੋ ਮੈਂ ਵੀ ਕਿਤਨਾ ਕਿਤੇ ਕੁਝ ਛੱਡ ਕੇ ਇੱਥੇ ਬਿਠਾ ਆਉਂਗਾ ਤਾਮਾ ਜਾਮਾ ਆਪਾਂ ਲਾਇਆ ਆ ਪੈਸੇ ਲੱਗੇ ਆ ਇਹਦੇ ਵਿੱਚ ਪਰ ਜਦੋਂ ਮੈਂ ਇੱਕ ਚੰਗੀ ਚੀਜ਼ ਜਦੋਂ ਮੈਨੂੰ ਲੱਗਦਾ ਹੁੰਦਾ ਕਿ ਮੈਂ ਚੰਗੀ ਚੀਜ਼ ਕੋਈ ਕਰ ਰਿਹਾ ਅਸੀਂ ਕੁਝ ਚੰਗੀ ਨੌਲੇਜ ਜਿਵੇਂ ਆਪਾਂ ਪੱਤਰਕਾਰੀ ਦੀ ਗੱਲਬਾਤ ਕੀਤੀ ਲੋਕਾਂ ਨੂੰ ਪਤਾ ਲੱਗੂਗਾ ਕਿ ਪੱਤਰਕਾਰ ਇਹ ਬਣਦਾ ਕਿਵੇਂ ਆ ਇਹਦੇ ਬਾਰੀਆਂ ਸਾਰੀਆਂ ਚੀਜ਼ਾਂ ਜਦੋਂ ਗੱਲ ਆਉਣੀ ਵੀਊ ਦੇ ਉੱਤੇ 1000 2000 ਵੀਊ ਹੋਣਾ ਲੋਕ ਲਾਈਟਰੀ ਲੈਣ ਲੱਗ ਗਏ ਉਸ ਗੱਲ ਨੂੰ 11000 2000 ਵੀ ਹੁੰਦਾ ਇਹਨੂੰ ਇਹਨੂੰ ਕੌਣ ਜਾਣਦਾ ਲੋਕਾਂ ਦੀ ਪਛਾਣ ਜਿਹੜੀ ਹੈ ਨਾ ਵਿਊ ਦੇ ਉੱਤੇ ਟੈਗ ਗਈ ਜੇ ਮੇਰਾ ਉਹੀ ਮਿਲੀਅਨ ਹੋਵੇ ਵਿਊ ਤੇ ਵੀ ਨਾਲ ਵਿਵਾਦ ਤੇ ਵੀ ਟੇਕੀ ਬੰਦਾ ਕਹਿੰਦਾ ਜੇ ਵਿਵਾਦ ਕਰੂੰਗਾ ਤਾਂ ਮੈਂ ਪਛਾਣਿਆ ਛੇਤੀ ਜਾਊਂਗਾ ਇਹ ਇਹ ਟ੍ਰੈਂਡ ਬੜਾ ਚੱਲ ਪਿਆ ਹੈ ਵਿਵਾਦ ਜਾਂ ਫਿਰ ਜੀ ਮੈਂ ਹੁਣ ਤੁਹਾਨੂੰ ਪੁੱਛਾਂ ਕਿ ਬਾਈ ਤੁਸੀਂ ਸਿੱਧੂ ਮੂਸੇਵਾਲੇ ਨਾਲ ਇੰਟਰਵਿਊ ਕੀਤੀ ਸੀ ਕਿਵੇਂ ਰਿਹਾ ਐਕਸਪੀਰੀਅੰਸ ਉਹ ਗੱਲ ਹੋਈ ਤਾਂ ਫਿਰ ਮੈਂ ਰਮਨਦੀਪ ਸੋਢੀ ਨੇ ਕੀਤੀ ਸੀ ਸਿੱਧੂ ਮੂਸੇਵਾਲੇ ਨਾਲ ਆਖਰੀ ਇੰਟਰਵਿਊ ਹਾਂ ਬਸ ਇਸ ਤਰ੍ਹਾਂ ਕੁਝ ਹੋਣ ਲੱਗ ਪਿਆ ਵੀ ਜਿਹੜਾ ਪੱਖ ਦਾ ਜਾਂ ਮਸਲਾ ਆ ਬਸ ਉਹਦੇ ਤੇ ਜਾਂ ਕੋਈ ਪ੍ਰੋਮੀਨੈਂਟ ਬੰਦੇ ਦੇ ਬਾਰੇ ਪੁੱਠਾ ਬੋਲਦੇ ਹੋ ਜਾਂ ਕਿਸੇ ਗੱਲ ਦਾ ਵਿਰੋਧ ਕਰਦੇ ਹੋ ਜੀ ਜਾਂ ਕੋਈ ਚੱਲਦਾ ਪਿਆ ਟੌਪਿਕ ਬੜਾ ਜ਼ੋਰ ਤੇ ਉਹਦੇ ਵਿੱਚ ਸ਼ਾਮਲ ਹੋ ਜਾਓ ਇਹ ਚੀਜ਼ਾਂ ਬਹੁਤ ਚੱਲ ਪਈਆਂ ਬਹੁਤੇ ਬੰਦੇ ਮੈਨੂੰ ਕਹਿ ਦਿੰਦੇ ਤੂੰ ਟਰੈਵਲ ਕਰਦਾ ਹੁੰਨਾ ਤੂੰ ਲਾਈਵ ਕਿਉਂ ਨਹੀਂ ਹੋ ਜਾਂਦਾ ਹਾਂ ਸ਼ੁਰੂਆਤੀ ਦਿਹਾੜਾ ਨਮਾ ਨਮਾ ਚਾਹ ਸੀ ਬਾਹਰ ਜਾਣ ਦਾ ਕਰਦੇ ਰਹੇ ਪਰ ਮੈਨੂੰ ਇਹ ਹੁੰਦਾ ਵੀ ਮੈਨੂੰ ਪਰਸਨਲੀ ਇਹ ਚੰਗਾ ਨਹੀਂ ਲੱਗਦਾ ਵੀ ਮੈਂ ਜਹਾਜ਼ 'ਚ ਬੈਠਾ ਉਹ ਲਾਈਵ ਹੋ ਜਾ ਮੈਂ 에ਅਰਪੋਰਟ ਬੈਠਾ ਉਹ ਲਾਈਵ ਹੋ ਜਾ ਮੈਂ ਬਾਹਰ ਲੋਕਾਂ ਨੂੰ ਵਿਚਾਂ ਮਖਾਉਂਦਾ ਫਿਰਾਂ ਮਤਲਬ ਮੈਂ ਸ਼ੁਰੂਆਤੀ ਦੌਰ ਚ ਕੀਤਾ ਆਪਣੇ ਨਿੱਜੀ ਪੇਜ ਤੇ ਪਰ ਮੈਨੂੰ ਲੱਗਦਾ ਪ੍ਰੋਫੈਸ਼ਨਲ ਇਹ ਚੀਜ਼ਾਂ ਲੈ ਕੇ ਆਉਣੀਆਂ ਹਾਂ ਗਲਤ ਨਹੀਂ ਮੈਂ ਕਹਿੰਦਾ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਆਊਟ ਆਫ ਬਾਕਸ ਜਿਹਾ ਲੱਗਦਾ ਹਾਂ ਮੈਂ ਨਹੀਂ ਮੈਂ ਕਹਿੰਦਾ ਵੀ ਜੋ ਮੇਰਾ ਕਿਤਾ ਮੇਰਾ ਕੰਮ ਇੰਟਰਵਿਊਸ ਕਰਨਾ ਹੈ ਉਹ ਮੈਂ ਆਲਰੇਡੀ ਕਰ ਰਿਹਾ ਬਹੁਤ ਇਹ ਵੀ ਕਹਿੰਦੇ ਹੁੰਦੇ ਆ ਗੈਰ ਹਾਜ਼ਰ ਹੋ ਗਿਆ ਤੂੰ ਦਿਸਦਾ ਹੀ ਨਹੀਂ ਐ ਤੂੰ ਆਉਂਦਾ ਹੀ ਨਹੀਂ ਐ ਮੈਂ ਕਹਿੰਦਾ ਯਾਰ ਅਨਸੈਸਰੀ ਆਏ ਨਾਲੋਂ ਚੰਗਾ ਕਿ ਗੋਮਨਾਮ ਹੋਜੂ ਹਾਂ ਕਾ ਤੋਂ ਤੁਸੀਂ ਤੁਸੀਂ ਨਜਾਇਜ਼ ਚੀਜ਼ਾਂ ਕਰੋਗੇ ਕੱਲ ਨੂੰ ਉਹਦਾ ਕੀ ਫਾਇਦਾ ਗਲਤ ਬੰਦੇ ਨੂੰ ਪ੍ਰਮੋਟ ਨਾ ਕਰੋ ਮੈਂ ਇਸ ਗੱਲ ਦੀ ਸਹੁੰ ਦੇ ਸਕਦਾ ਹਾਂ ਸਿਕਰਾਜ ਬਾਈ ਜੀ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅੱਜ ਤੱਕ ਕਦੀ ਗਲਤ ਬੰਦਾ ਪ੍ਰਮੋਟ ਨਹੀਂ ਕੀਤਾ ਜ਼ਿੰਦਗੀ 'ਚ ਇਹ ਸੂਰ ਬਣਾਇਆ ਹੋਇਆ ਆਪਣੇ ਨਾਲ ਵਾਅਦਾ ਤੇ ਮਹਾਰਾਜ ਨੂੰ ਕਿਹਾ ਵੀ ਇਹ ਇਸ ਗੱਲ ਦੀ ਤਾਕਤ ਵੀ ਬਖਸ਼ਿਓ ਗਲਤ ਬੰਦਾ ਪ੍ਰਮੋਟ ਨਹੀਂ ਕਰਾ ਤਾਕਤ ਬਹੁਤ ਆਗਾ ਚਾਹੀਦੀ ਹੈ ਆਪਣੇ ਮਨ ਨੂੰ ਸਮਝਾਉਣ ਦੇ ਲਈ ਕਿ ਇਹ ਵਿਊਆਂ ਦੀ ਗੇਮ ਨਹੀਂ ਹੈ ਬੜੇ ਬੰਦੇ ਮੈਂ ਪਿਛਲੇ ਦੌਰ ਚ ਬੜੇ ਸੋਸ਼ਲ ਮੀਡੀਆ ਤੇ ਬੰਦੇ ਹਿੱਟ ਹੋਏ ਹਾਂ ਫੁਲਾਉਣਾ ਹਿੱਟ ਹੋ ਗਿਆ ਉਹ ਹਿੱਟ ਹੋ ਗਿਆ ਮਨ ਲੱਗਦਾ ਹੈ ਕਿ ਤੁਹਾਡਾ ਨਿੱਜੀ ਤੌਰ ਤੇ ਇੱਕ ਆਪਣਾ ਸਟੈਂਡ ਹੋਣਾ ਚਾਹੀਦਾ ਹੈ ਇਹ ਨਹੀਂ ਮਾਈਕ ਚੱਕਿਆ ਜਿਹਦੇ ਮਰਜ਼ੀ ਮੂਰੇ ਹੋ ਗਏ ਮੈਨੂੰ ਵੀ ਬਹੁਤ ਜਾਣੇ ਕਹਿੰਦੇ ਕਿ ਮੈਨੂੰ ਬਹੁਤ ਬੜਾ ਲੱਗਦਾ ਹੈ ਕਿ ਇੰਸਟਾਗ੍ਰਾਮ ਜਿਹੜੇ ਰੀਲਰ ਆ ਉਹਨਾਂ ਦੇ ਇੰਨੇ ਫਾਲੋਅਰ ਆ ਐਵੇਂ ਆ ਉਹਨਾਂ ਨੂੰ ਤੁਸੀਂ ਲੈ ਕੇ ਆਓ ਤੁਹਾਡਾ ਪੋਡਕਾਸਟ ਚੱਲ ਪੈਣਾ ਕੀ 15 ਸੈਕਿੰਡ ਦੇ ਵਿੱਚ ਮੂੰਹ ਕਿਵੇਂ ਬਣਾਏ ਜਾਂਦੇ ਆ ਜਾਂਰ ਕਾਬਲੀਅਤ ਤੇ ਮਕਬੂਲੀਅਤ ਚ ਬੜਾ ਫਰਕ ਹੁੰਦਾ ਹ ਮਕਬੂਲ ਹੋ ਜਾਣਾ ਮਸ਼ਹੂਰ ਹੋ ਜਾਣਾ ਹਟ ਹੋ ਜਾਣਾ ਇਹ ਤੁਹਾਡੀ ਕਾਬਲੀਅਤ ਦੀ ਨਿਸ਼ਾਨੀ ਨਹੀਂ ਹੈ ਨਹੀਂ ਆ ਨਾ ਤਾਂ ਸਾਰੇ ਕਾਬਲ ਬੰਦੇ ਮਸ਼ਹੂਰ ਆ ਤੇ ਨਾ ਸਾਰੇ ਮਸ਼ਹੂਰ ਬੰਦੇ ਕਾਬਲ ਆ ਪਰ ਸਮਝ ਤੁਹਾਨੂੰ ਆਪ ਨੂੰ ਕਰਨੀ ਪਊਗੀ ਇਹ ਨਹੀਂ ਹੈ ਕਿ ਹਰ ਮਸ਼ਹੂਰ ਬੰਦਾ ਟੈਲੀਵਿਜ਼ਨ ਤੇ ਆਉਣਾ ਚਾਹੀਦਾ ਹਰ ਮਸ਼ਹੂਰ ਬੰਦੇ ਦਾ ਇੰਟਰਵਿਊ ਹੋਣਾ ਚਾਹੀਦਾ ਮੈਨੂੰ ਮਹਿਸੂਸ ਕਰਦਾ ਇਸ ਗੱਲ ਨੂੰ ਕੀ ਸਾਰੇ ਕਾਬਲ ਬੰਦਿਆਂ ਦੇ ਇੰਟਰਵਿਊ ਹੋ ਰਹੇ ਨਹੀਂ ਹੋ ਰਹੇ ਨਹੀਂ ਹੋ ਰਹੇ ਨਾ ਪਰ ਹੋ ਕਿਉਂ ਰਿਹਾ ਕਿ ਜਿਹੜਾ ਮਸ਼ਹੂਰ ਹੈ ਉਹਨੂੰ ਲੈ ਆਓ ਉਹਦੇ ਵਾਲੇ ਵੀ ਚਾਰ ਸਾਡੇ ਕੋਲ ਆ ਜਾਣਗੇ ਉਹ ਆਪਦੇ ਪੇਜ ਤੇ ਸ਼ੇਅਰ ਕਰ ਦੂਗਾ ਅਸੀਂ ਅਪਡੇਟ ਕਰ ਦਾਂਗੇ ਤੇ ਇਹ ਹੋ ਜਾਊਗਾ ਕਰਨ ਵਾਲਿਆਂ ਨੂੰ ਮੁਬਾਰਕ ਹੈ ਪਰ ਮੈਨੂੰ ਜਿਹੜੇ ਮੇਰੇ ਅਸੂਲ ਇਸ ਗੱਲ ਹੀ ਅਲਾਉ ਨਹੀਂ ਕਰਦੇ ਕਿ ਸਸਤੀ ਸ਼ੌਰਤ ਮੰਨਦਾ ਮੈਂ ਨੂੰ ਭਾਈ ਪੋਲਿਟਿਕਸ ਦੇ ਵਿੱਚ ਤੁਸੀਂ ਬਹੁਤ ਇਨਵੋਲਵ ਰਹੇ ਹੋ ਮਨੂੰ ਇੰਟਰਵਿਊਸ ਦੇ ਰਿਗਾਰਡਿੰਗ ਬਹੁਤ ਇਨਵੋਲਵ ਰਹੇ ਆ ਕਦੀ ਐਵੇਂ ਹੋਇਆ ਕਿ ਕਿਸੇ ਤੁਸੀਂ ਪੋਲਿਟਿਕਸ ਆ ਕਿਤੇ ਰਾਜਨੀਤਿਕਾਂ ਦਾ ਤੁਸੀਂ ਇੰਟਰਵਿਊ ਕੀਤਾ ਹੋਵੇ ਤਾਂ ਉਹਨੇ ਕਹਿਤਾ ਹੋਵੇ ਆਹ ਗੱਲ ਵਿੱਚੋਂ ਕੱਟ ਦੇਈਂ ਜਾਂ ਇਹ ਗੱਲ ਇਹ ਮੈਨੂੰ ਵਧੀਆ ਨਹੀਂ ਲੱਗਾ ਇਹ ਇਹ ਇੰਟਰਵਿਊ ਨਹੀਂ ਤੁਸੀਂ ਚਲਾਉਣੀ ਬੜੀ ਬਾਹਰ ਇਸ ਤਰ੍ਹਾਂ ਹੋਇਆ ਕਿ ਬੰਦੇ ਨਰਾਜ਼ ਹੋਏ ਕਿ ਆ ਤੁਸੀਂ ਮਸਲੇ ਤੇ ਆ ਕਿਉਂਕਿ ਇੰਟਰਵਿਊ ਤੋਂ ਪਹਿਲਾਂ ਹਰ ਬੰਦਾ ਫੀਲਡਿੰਗ ਲਾਉਂਦਾ ਹੁੰਦਾ ਬਈ ਆਹ ਨਾ ਪੁੱਛਵਾੜੇ ਦੋੜੇ ਲੱਗਣ ਲੱਗ ਪਿਆ ਨਾ ਮੁੱਛੋ ਪਤਾ ਨਹੀਂ ਕਿਉਂ ਮੈਨੂੰ ਹੁੰਦਾ ਵੀ ਜਦੋਂ ਕੈਮਰੇ ਆਨ ਹੋ ਜਾਂਦਾ ਇੱਕ ਵੱਖਰੀ એનર્ਜੀ ਤੁਹਾਡੇ ਚ ਆ ਜਾਂਦੀ ਹੈ ਹਾਂ ਦਲੇਰੀ ਆਉਂਦੀ ਪੱਤਰਕਾਰ ਦੀ ਤਾਕਤ ਹੁੰਦੀ ਆ ਬੰਦੋ ਕੁਝ ਕੁਝ ਵੀ ਪੁੱਛ ਲਓ ਹੁਣ ਥੋੜੀ ਕੋਈ ਗੱਲ ਕਰ ਉਦੋਂ ਪਤਾ ਨਹੀਂ ਕਿਉਂ ਇੱਕ ਇੱਕ ਆਪਣੇ ਆਪ ਹੀ એનર્ਜੀ ਆ ਜਾਂਦੀ ਜਿਹੜਾ ਪਹਿਲਾਂ ਕਿਹਾ ਵੀ ਹੁੰਦਾ ਨਾ ਵੀ ਚਲ ਕੋਈ ਨਹੀਂ ਨਹੀਂ ਪੁੱਛਦੇ ਉਹ ਵੀ ਪੁੱਛ ਲਈਦਾ ਤੇ ਜੇ ਮੈਂ ਕਹਾਂ ਤਾਂ ਨੌ ਜੀ ਅੱਜ ਤੱਕ ਆਪਾਂ ਤਾਂ ਇੱਕ ਸਵਾਲ ਵੀ ਨਹੀਂ ਕੱਟਿਆ ਨਹੀਂ ਭਾਈ ਕੱਟਿਆ ਕਈ ਵਾਰ ਕਈ ਵਿਸ਼ੇ ਵਿਵਾਦਤ ਸੀਗੇ ਉਹਨਾਂ ਬੰਦਿਆਂ ਦੀ ਨਿੱਜੀ ਜ਼ਿੰਦਗੀ ਨਾਲ ਸੰਬੰਧਤ ਸੀਗੇ ਜਾਂ ਉਹਨਾਂ ਬੰਦਿਆਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀਗਾ ਕਈ ਵਾਰ ਮੂੰਹ ਚ ਕੋਈ ਗੱਲ ਨਿਕਲ ਜਾਂਦੀ ਹੈ ਤੇ ਤੁਹਾਡੀ ਆਪਣੇ ਕਿਤੇ ਨਾਲ ਕਮਿਟਮੈਂਟ ਵੀ ਹੋਣੀ ਚਾਹੀਦੀ ਹੈ ਤੁਸੀਂ ਅਗਲੀ ਵਾਰ ਉਸ ਬੰਦੇ ਨੂੰ ਮਿਲਣਾ ਨਹੀਂ ਹੈ ਹਾਂ ਐਵੇਂ ਮੈਂ ਕ੍ਰਾਂਤੀਕਾਰੀ ਜਾਂ ਪੱਤਰਕਾਰ ਬਣ ਜਾਉ ਨਾ ਜੀ ਨਾ ਮੈਂ ਤਾਂ ਅੱਜ ਤੱਕ ਜੀ ਕੋਈ ਗੱਲ ਆਇਆ ਨਹੀਂ ਜੀ ਮੈਂ ਤਾਂ ਜੋ ਪੁੱਛ ਲਿਆ ਬਿਲਕੁਲ ਝੂਠ ਹੈ ਕਿਸੇ ਨਿੱਜੀ ਜ਼ਿੰਦਗੀ ਵੀ ਨਾਲ ਦੇ ਨਾਲ ਬਰੋਬਰ ਪੈਰਲਰ ਚਲਾਉਣੀ ਚਾਹੀਦੀ ਹੈ ਕਿ ਮੈਂ ਕਹਿੰਦਾ ਕੋਈ ਔਨ 에ਅਰ ਮੰਨੇ ਮੰਨਣਾ ਨਹੀਂ ਕੋਈ ਕੋਈ ਪੱਤਰਕਾਰ ਨਹੀਂ ਇਹ ਗੱਲ ਮੰਨਦਾ ਪਰ ਮੈਂ ਸੱਚੀ ਮੁੱੱਚੀ ਕਹਿ ਰਿਹਾ ਤੁਹਾਨੂੰ ਬੜੀ ਵਾਰ ਇਸ ਤਰ੍ਹਾਂ ਹੋਇਆ ਬੜੇ ਲੀਡਰਾਂ ਦੇ ਨਾਲ ਇਸ ਤਰ੍ਹਾਂ ਹੋਇਆ ਕਿ ਕੋਈ ਸਾਹਿਬਾ ਮੇਰਾ ਕੋਰਟ ਦਾ ਮੈਟਰ ਹੈ ਜੀ ਜੇ ਮੈਂ ਇਹਨੂੰ ਇੱਥੇ ਮੈਂ ਬੋਲ ਬੈਠਾ ਜਾਂ ਤੁਸੀਂ ਪੁੱਛ ਲਿਆ ਤੇ ਇਹ ਮੈਨੂੰ ਨੁਕਸ ਜੀ ਤਾਂ ਸੁਭਾਈ ਮੈਂ ਕੀ ਗਲਤ ਕਰਦਾ ਕਿੱਥੇ ਪੱਤਰ ਕਰ ਇਹਨਾਂ ਕੰਪਰੋਮਾਈਜ਼ ਕਰਦਾ ਤਾਂ ਸਮਝਦਾਰੀ ਹੋਈ ਨਾ ਹੈ ਉਹ ਇਹ ਕਿੱਡਾ ਵੱਡਾ ਜਿਹੜਾ ਮੈਟਰ ਈ ਤੁਹਾਡਾ ਕੋਰਟ ਦਾ ਉਹਦੇ ਤੇ ਜਾਂ ਕਈ ਵਾਰ ਬੰਦਾ ਕਿਸੇ ਲੀਡਰ ਦੇ ਬਾਰੇ ਬਹੁਤ ਗਲਤ ਟਿੱਪਣੀ ਕਰ ਬੈਠਦਾ ਉਹਦੀ ਫਲੋ ਫਲੋ ਦੇ ਵਿੱਚ ਸਿਰ ਜਵਾਨ ਸਿਰਪ ਕਰ ਜਾਂਦੀ ਹੈ ਇਹੋ ਜੀਆਂ ਚੀਜ਼ਾਂ ਕਰਨੇ ਪੈਂਦਾ ਹਾਂ ਪੋਲਿਟਿਕਲ ਇਸ਼ੂ ਜੇ ਆਪਾਂ ਕਹਿ ਲਈਏ ਵੀ ਨਹੀਂ ਜੀ ਮੈਂ ਪੋਲਿਟੀ ਫਲਾਨਾ ਨਹੀਂ ਪੁੱਛੂੰਗਾ ਆ ਨਹੀਂ ਪੁੱਛੂੰ ਉਹਦੇ ਚ ਬਈ ਕਈ ਵਾਰ ਇੱਕ ਦੋ ਸਵਾਲ ਇਗਨੋਰ ਕਰਨੇ ਪੈ ਜਾਂਦੇ ਆ ਹੁਣ ਜਿਸ ਜਿਸ ਚੀਜ਼ ਚ ਬੰਦਾ ਹੈ ਹੀ 100% ਗਲਤ ਹਾਲਾਂਕਿ ਆਪਣੇ ਤਾਂ ਇੰਟਰਵਿਊ ਗਵਾ ਹੈਗੇ ਆ ਵੀ ਬੜੀਆਂ ਚੀਜ਼ਾਂ ਪੁੱਛੀਆਂ ਬੰਦੇ ਨੂੰ ਕੋਈ ਵਿਸ਼ਾ ਛੱਡਿਆ ਹੀ ਨਹੀਂ ਜੀ ਬਿਲਕੁਲ ਬਹੁਤ ਸਾਰੀ ਪਾਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੀ ਨਿੱਜੀ ਜਾਇਦਾਦ ਦੇ ਬਾਰੇ ਜਿੰਨੇ ਸਵਾਲ ਆਪਾਂ ਕੀਤੇ ਮੈਂ ਖਾ ਕੋ ਕਰ ਨਹੀਂ ਪਾਇਆ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਸਰਦਾਰ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਨਾਲ ਮੈਨੂੰ ਲੱਗਦਾ ਹੀ ਨਹੀਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਆਪਣੇ ਵੱਲੋਂ ਤਾਂ ਬੀਬੀ ਜਗੀਰ ਕੌਰ ਜੀ ਬੜੇ ਸਵਾਲ ਕੀਤੇ ਪਰ ਮੈਂ ਇਹਨੂੰ ਆਰਗੈਨਿਕ ਵੇਚ ਕਹਿਣਾ ਚਾਹੂੰਗਾ ਵੀ ਇਹ ਗੱਲ ਠੀਕ ਹੈਗੀ ਹੈ ਕਿ ਕਈ ਵਾਰ ਤੁਹਾਨੂੰ ਕਿਸੇ ਬੰਦੇ ਦੀ ਕੋਈ ਗੱਲ ਇਗਨੋਰ ਕਰਨੀ ਪੈਂਦੀ ਹੈ ਵੀ ਜੇ ਤੁਸੀਂ ਕਿਸੇ ਬੰਦੇ ਨੂੰ 100% ਹੀ ਤੁਸੀਂ ਆਖੋਗੇ ਮੈਂ ਤਾਂ ਜੀ ਰਗੜ ਕੇ ਆ ਜਾਣਾ ਬਸ ਤੇ ਫਿਰ ਤੁਸੀਂ ਅਗਲੀ ਵਾਰ ਮਿਲਣਾ ਕਿਵੇਂ ਤੁਸੀਂ ਰਹਿਣਾ ਕਿਵੇਂ ਮੰਨ ਲਓ ਤੁਸੀਂ ਅੱਜ ਮੈਨੂੰ ਆਪਣੇ ਇੱਥੇ ਸਟੂਡੀਓ ਇਨਵਾਈਟ ਕੀਤਾ ਤੁਸੀਂ ਮੈਨੂੰ ਪੁੱਠੀਆਂ ਸਿੱਧੀਆਂ ਗੱਲਾਂ ਪੁੱਛ ਲਓ ਹਾਂ ਤੇ ਦੱਸੋ ਮੈਂ ਤੁਹਾਡਾ ਅਗਲੀ ਵਾਰੀ ਮੈਂ ਫੋਨ ਵੀ ਨਹੀਂ ਚੱਕਣਾ ਹਾਂ ਫਿਰ ਇਹ ਚੁਣੌਤੀ ਵੀ ਤਾਂ ਹੈ ਨਾ ਪਰ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਪਾਉਗੀ ਨਾ ਪੱਤਰਕਾਰ ਨੂੰ ਤੁਸੀਂ ਕਹਿੰਦੇ ਹੋ ਵੀ ਤੂੰ ਲੀਡਰ ਦੀ ਪੱਗ ਲਾ ਕੇ ਆ ਜਾ ਹਾਂ ਤੇ ਤੁਸੀਂ ਲੀਡਰ ਨਾਲ ਸੈਲਫੀਆਂ ਕਰਾਉਣ ਲੱਗ ਪੈਨੇ ਹੋ ਤੁਸੀਂ ਵੋਟਾਂ ਵੀ ਉਹਨਾਂ ਨੂੰ ਪੱਤਰਕਾਰ ਨੂੰ ਕਹਿੰਦੇ ਹੋ ਵੀ ਤੂੰ ਲੀਡਰ ਦੀ ਸੰਗੀ ਘੁੱਟ ਦੇ ਹੂੰ ਤੇ ਤੁਸੀਂ ਲੀਡਰ ਦੀਆਂ ਡ੍ਰੈਗ ਰੂਮ ਚ ਫੋਟੋਆਂ ਲੈ ਕੇ ਬੈਠੇ ਹੋ ਕਿਉਂ ਵੀ ਪੱਤਰਕਾਰ ਕੋਲ ਲਾਇਸੈਂਸ ਕੱਲ ਠੀਕ ਹੈ ਵੀ ਉਹ ਪੱਤਰਕਾਰ ਹੈ ਤੇ ਉਹ ਉਹ ਮਾਈਕ ਲੈ ਕੇ ਸਵਾਲ ਯਾਰ ਮਾਈਕ ਕੋਈ ਭਾਰਤ ਸਰਕਾਰ ਵੱਲੋਂ ਦਿੱਤਾ ਕੱਲਾ ਲਾਇਸੈਂਸ ਥੋੜਾ ਹੈਗਾ ਜੀ ਜੁਰਤ ਤਾਂ ਤੁਸੀਂ ਲੈ ਕੇ ਆਉਣੀ ਹੈ ਨਾ ਪਾਵਰ ਤਾਂ ਤੁਸੀਂ ਲੈ ਕੇ ਆਉਣੀ ਹੈ ਨਾ ਜੀ ਹੁਣ ਤਾਂ ਸਵਾਲ ਤਾਂ ਆਡੀਅੰਸ ਜਨਤਾ ਤੋਂ ਵੱਡੀ ਕੋਈ ਪੱਤਰਕਾਰ ਹੈ ਹੀ ਨਹੀਂ ਲੋਕ ਕਿੱਥੇ ਸਵਾਲ ਪੁੱਛਦੇ ਆ ਕਹਿਆ ਹੁੰਦੇ ਤੂੰ ਪੱਤਰਕਾਰ ਆ ਜਰਨਲਿਸਟ ਆ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਆ ਜਰਨਲਿਸਟ ਕਿਵੇਂ ਆ ਜਦੋਂ ਮੈਂ ਕਿਸੇ ادارے ਨਾਲ ਜੁੜ ਗਿਆ ਤੇ ਮੈਂ ਪੱਤਰਕਾਰ ਹੋ ਗਿਆ ਨਾ ਬਿਲਕੁਲ ਇੱਕ ਬੰਦਾ ਇੰਡੀਵਿਜੂਅਲ ਹੋ ਗਿਆ ਸਵਾਲ ਤਾਂ ਇਹ ਆ ਵੀ ਫਿਰ ਤੋੜਨਾ ਖੜਨਾ ਕਿਨੇ ਆ ਹਾਂ ਲੋਕ ਤਾਂ 5 ਮਿੰਟਾਂ ਚ ਭੱਜ ਜਾਂਦੇ ਇਹ ਚੀਜ਼ਾਂ ਨੂੰ ਸਮਝਣਾ ਚਾਹੀਦਾ ਪਿੰਡੇ ਤੇ ਕਿੰਨੀਆਂ ਚੀਜ਼ਾਂ ਤੁਸੀਂ ਢਾਉਨੇ ਹੋ ਜੀ ਤੁਸੀਂ ਇੱਕ ਪੋਲੀਟੀਸ਼ੀਅਨ ਨੂੰ ਚੰਡੀਗੜ੍ਹ ਬੈਠ ਕੇ ਉਹਦੇ ਘਰੇ ਬੈਠ ਕੇ ਚੰਗੀ ਤਰ੍ਹਾਂ ਮੰਨ ਲਓ ਤੁਸੀਂ ਪੁੱਠੇ ਸਿੱਧੇ ਸਵਾਲ ਪੁੱਛ ਕੇ ਖੜਕਾ ਕੇ ਆਉਣੇ ਹੋ ਕਿ ਕੀ ਤੁਹਾਡੇ ਘਰ ਚ ਉਹ ਟੈਨਸ਼ਨ ਨਾਲ ਨਹੀਂ ਆਉਂਦੀ ਹਮ ਕੱਲੇ ਵਿਊਵਾਂ ਨਾਲ ਥੋੜਾ ਕੱਲੀ ਬੱਲੇ ਬੱਲੇ ਨਾਲ ਥੋੜਾ ਵਾ ਵੀ ਫਲਾਨਿਆਂ ਤੋਂ ਵਟ ਕੱਢ ਤੇ ਹੁਣ ਤੱਕ ਜਿੰਨਿਆਂ ਨੇ ਵਟ ਕੱਢੇ ਉਹਨਾਂ ਦੇ ਨਾਲ ਕਿੰਨਾ ਕੁ ਲੋਕ ਖੜ ਗਏ ਕੋਈ ਨਹੀਂ ਖੜਦਾ ਭਾਈ ਜੀ ਲੋਕ ਤਾਂ ਜਦੋਂ ਇਨਸਾਨ ਤੁਰ ਜਾਂਦਾ ਉਦੋਂ ਖੜਦੇ ਆ ਕੋਈ ਨਹੀਂ ਖੜਦਾ ਮੈਂ 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 ਇਹ ਕਹਿਣਾ ਵੀ ਹੈ ਕਿ ਸਸਤੀ ਸ਼ੌਰਤ ਨਹੀਂ ਪਹਿਣਾ ਚਾਹੀਦਾ ਤੁਸੀਂ ਕਿ ਇੱਕ ਐਥੀਕਲ ਮੈਨਰ ਚ ਮੇਰਾ ਸੁਭਾਅ ਇਸ ਤਰ੍ਹਾਂ ਰਿਹਾ ਸੁਖਰਾਜ ਭਾਈ ਚਲੋ ਇਹ ਤਾਂ ਨਹੀਂ ਕੋਈ ਕਹਿ ਸਕਦਾ ਕਿ ਅਸੀਂ ਕਿਸੇ ਨੂੰ ਪੁੱਛਿਆ ਕੁਝ ਨਹੀਂ ਅਸੀਂ ਬਹੁਤ ਕੁਝ ਪੁੱਛਿਆ ਜੇ ਮੈਂ ਗਲਤ ਨਾ ਹੋਵਾਂ ਤਾਂ ਅਸੀਂ ਸ਼ੁਰੂ ਕਰਨ ਵਾਲੇ ਸੀ ਜਿਹੜਾ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਜੀ ਪਰ ਮੈਂ ਕਹਿੰਦਾ ਹੁਣੇ ਬਾਦਸ਼ਾਹ ਦੀ ਮਰਿਆਦਾ ਹੋਣੀ ਚਾਹੀਦੀ ਹੈ ਜ਼ੁਬਾਨ ਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਵਾ ਦਿੰਦੀ ਹੈ ਸਹੀ ਮੈਨੇ ਵਿੱਚ ਪੱਤਰਕਾਰਤਾ ਹੀ ਉਹ ਹੈ ਕਿ ਤੁਸੀਂ ਕਿਸੇ ਨੂੰ ਲਹਿਜੇ ਦੇ ਨਾਲ ਕਿੰਨਾ ਕੁਝ ਪੁੱਛ ਸਕਦੇ ਹੋ ਕਹਿੰਦੇ ਹੁੰਦੇ ਬਾਦਸ਼ਾਹ ਦੀ ਮਰਿਆਦਾ ਹੋਣੀ ਚਾਹੀਦੀ ਹੈ ਜ਼ੁਬਾਨ ਚ ਕੋਈ ਹੱਡੀ ਨਹੀਂ ਹੁੰਦੀ ਇਹ ਹੱਡੀਆਂ ਤੜਵਾ ਦਿੰਦੀ ਹੈ ਕਿਸੇ ਵਿਅਕਤੀ ਨੂੰ ਇਹ ਗੱਲ ਕਹਿਣੀ ਕਿ ਤੇਰੇ ਫਾਦਰ ਸਾਹਿਬ ਦਾ ਕੀ ਹਾਲ ਹੈ ਤੇ ਕਿਸੇ ਨੂੰ ਇਹ ਗੱਲ ਪੁੱਛਣੀ ਕਿ ਤੇਰੀ ਮਾਂ ਦੇ ਖਸਮ ਦਾ ਕੀ ਹਾਲ ਹੈ ਰਿਸ਼ਤਾ ਸੇਮ ਹੈ ਵਾਸ਼ਾ ਦਾ ਫਰਕ ਵਾਸ਼ਾ ਦਾ ਫਰਕ ਦੂਜੀ ਗੱਲ ਜੁੱਤੀਆਂ ਪਵਾ ਸਕਦੀ ਹੈ ਤੇ ਪਹਿਲੀ ਗੱਲ ਜਿਹੜੀ ਆ ਉਹ ਤੁਹਾਡੀ ਇੱਜ਼ਤ ਕਰਵਾ ਸਕਦੀ ਹੈ ਮੈਂ ਹਮੇਸ਼ਾ ਐਥੀਕਲ ਮੈਨਰ ਚ ਸਬਕ ਪਾਸ਼ਾ ਚ ਸਾਹਮਣੇ ਵਾਲੇ ਦੀ ਰਿਸਪੈਕਟ ਬਰਕਰਾਰ ਰੱਖ ਕੇ ਸਵਾਲ ਪੁੱਛੇ ਮੈਂ ਪੰਜਾਬ ਦੇ ਲੀਡਰਾਂ ਦਾ ਵੀ ਬਹੁਤ ਧੰਨਵਾਦ ਕਰਦਾ ਠੀਕ ਆ ਇੱਕ ਦੋ ਛੱਡ ਕੇ ਕਈਆਂ ਨੇ ਵਿਰੋਧ ਵੀ ਕੀਤਾ ਪਰ ਮੈਨੂੰ ਲੱਗਦਾ ਨਹੀਂ ਹੈ ਕਿ ਕਿਸੇ ਨੇ ਇਹ ਆਪ ਸਵਾਲ ਪੁੱਛਣ ਤੋਂ ਬੰਨਾ ਕੀਤਾ ਬਹੁਤ ਘੱਟ ਅਜਿਹਾ ਹੋਇਆ ਔਰ ਮੈਂ ਰਿਕਾਰਡ ਤੇ ਕਹਿ ਰਿਹਾ ਇਹ ਗੱਲ ਬਹੁਤ ਘਟਜਿਆ ਹੋਇਆ ਕਿਸੇ ਨੇ ਕਹਤਾ ਵੈ ਨਹੀਂ ਆਉਣੀ ਇੱਕ ਦੋ ਲੀਡਰਾਂ ਨਾਲ ਲੜਾਈਆਂ ਵੀ ਹੋ ਗਈਆਂ ਸੀ ਬੜੀਆਂ ਤਿੱਖੀਆਂ ਹੋਈਆਂ ਚਾਰ ਚਾਰ ਸਾਲ ਤੇ ਪੰਜ ਪੰਜ ਸਾਲ ਬੋਲਚਾਲ ਵੀ ਬੰਦ ਰਿਆ ਪਰ ਮੈਂ ਕਹਿੰਨਾ ਤੁਹਾਡੀ ਭਾਸ਼ਾ ਠੀਕ ਹੋਣੀ ਚਾਹੀਦੀ ਤੁਸੀਂ ਕਿਸੇ ਨੂੰ ਬੇਇੱਜ਼ਤ ਨਾ ਕਰੋ ਜੇ ਲੀਡਰਾਂ ਨੇ ਮੈਨੂੰ ਸਵਾਲ ਕਰਨ ਦਾ ਮੌਕਾ ਦਿੱਤਾ ਤਾਂ ਸੁਗਰਾਜ ਭਾਈ ਅਜਮਾ ਤੁਹਾਡੀ ਕੁਰਸੀ ਤੇ ਬੈਠਾ ਬਿਲਕੁਲ ਜੋ ਮੌਕਾ ਹੀ ਨਾ ਦਿੰਦੇ ਇਹ ਇਹ ਗੱਲ ਸਾਡੇ ਦਰਸ਼ਕਾਂ ਨੂੰ ਸਮਝਣੀ ਚਾਹੀਦੀ ਹੈ ਕਿ ਜੇ ਪੱਤਰਕਾਰ ਦਾ ਪੋਲਿਟਿਸ਼ੀਅਨ ਦੇ ਨਾਲ ਰਿਸ਼ਤਾ ਹੀ ਖਤਮ ਹੋ ਗਿਆ ਜੇ ਲੜਾਈ ਹੋਗੀ ਮਤਲਬ ਇਹ ਐਕਸਪੈਕਟ ਨਾ ਕੀਤਾ ਜਾਵੇ ਕਿ ਤੂੰ ਤਾਂ ਫਲਾਣੇ ਨਾਲ ਬੈਠਾ ਸੀ ਤੂੰ ਫਲਾਣੇ ਨਾਲ ਖੜਾ ਸੀ ਤੂੰ ਫਲਾਣੇ ਨਾਲ ਚਾਹ ਪੀਂਦਾ ਯਾਰ ਸਾਡੀ ਕੋਈ ਦੁਸ਼ਮਣੀ ਥੋੜਾ ਲੀਡਰਾਂ ਦੇ ਨਾਲ ਦੁਸ਼ਮਣੀ ਥੋੜਾ ਹੈ ਦੇਖੋ ਨਹੀਂ ਵੀ ਆਪਾਂ ਤਾਂ ਝੰਡੇ ਲੈ ਕੇ ਤੇ ਜਿੰਦਾਬਾਦ ਮਰਦਾਬਾਦ ਕਰੀਏ ਹਾਂ ਤੇ ਬੱਤਰਖਰ ਉਹਨਾਂ ਦੇ ਨਾਲ ਬਹਿਣ ਵੀ ਨਾ ਇਹ ਲੀਡਰ ਆਪਸ ਚ ਨਹੀਂ ਬਹਿੰਦੇ ਇਹ ਨਹੀਂ ਆਪਸ ਇਸਕੀਰੀਆਂ ਨਹੀਂ ਹੈਗੀਆਂ ਸੋ ਇਹ ਗੱਲ ਜਿਹੜੀ ਹੈ ਮੈਂ ਮਹਿਸੂਸ ਕਰਦਾ ਕਿ ਬਿਲਕੁਲ ਗਲਤ ਹੈਗੀ ਆ ਤੁਹਾਡਾ ਤਰੀਕਾ ਸਬਕ ਹੋਣਾ ਚਾਹੀਦਾ ਤੁਸੀਂ ਲੀਡਰ ਤੋਂ ਜੋ ਮਰਜੀ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਸੁਣਾਉਣਾ ਹੂੰ ਕੋਈ ਬੰਦਾ ਆਪਦੇ ਸੌਰੀ ਚਲਾ ਗਿਆ ਜੀ ਸੌਰੀ ਚਲਾ ਗਿਆ ਤੇ ਜਾ ਕੇ ਨਾ ਪੁਰਾਣੇ ਜ਼ਮਾਨੇ ਦੀ ਗੱਲ ਆ ਪਿੰਡ ਦੀ ਫਿਰਨੀ ਤੇ ਬਹਿ ਗਿਆ ਕਹਿੰਦਾ ਜਾ ਕੇ ਪੁਰਾਣਾ ਸੇ ਉਹਨੂੰ ਕਹਿ ਦਿਓ ਤੁਹਾਡਾ ਦਾ ਜੁਆਈ ਆ ਬੈਠਾ ਕਹਿੰਦਾ ਠੀਕ ਹੈ ਮੈਨੂੰ ਉੜਾ ਕੇ ਲੈ ਜਾਓ ਅਗਾਂਹ ਬਰ ਹਾਂ ਉਹਨਾਂ ਆਤੀਕੇ ਭਾਈ ਕੋਲੋਂ ਕੋ ਬੰਦਾ ਲੱਗਿਆ ਜਾਂਦਾ ਸੀ ਉਹ ਜਾ ਕੇ ਕਹਿੰਦਾ ਕਹਿੰਦਾ ਭਾਈ ਤੁਸੀਂ ਜਾਓ ਆਂਦਾ ਤੁਹਾਡੀ ਕੁੜੀ ਦਾ ਖਸਮ ਆਇਆ ਬੈਠਾ ਕਹਿੰਦਾ ਬਾਹਰ ਬੈਠਾ ਹੂੰ ਉਹਨਾਂ ਨੂੰ ਬੰਨ ਲਿਆ ਬਹੁਤ ਕੁੱਟਿਆ ਟਰਾਲੀਆਂ ਬੰਨ ਲਿਆ ਹੂੰ ਇਹਨਾਂ ਨੂੰ ਇੱਕ ਦੂਜਾ ਬੰਦਾ ਉਹਨੂੰ ਮਿਲਿਆ ਪਰੋਣੇ ਨੂੰ ਕਹਿੰਦਾ ਜਾ ਜਾ ਕੇ ਫਲਾਣਾ ਸਾਨੂੰ ਸੁਣਿਆ ਦੇ ਦੇ ਕਿ ਅੰਦਰ ਤੁਹਾਡਾ ਜਵਾਈ ਆਇਆ ਬੈਠਾ ਜੀ ਉਹ ਜਾਂਦਾ ਕਰੇ ਜਾਂਦਾ ਕਹਿੰਦਾ ਕਾਕਾ ਗੱਲ ਸੁਣੋ ਪਿੰਡ ਦਾ ਜਵਾਈ ਭਾਈ ਆਇਆ ਬੈਠਾ ਆਪਣੀ ਇੱਜ਼ਤ ਹੈ ਪਰੋਣਾ ਪਿੰਡ ਦਾ ਕਹਿੰਦਾ ਬਾਹਰ ਆਇਆ ਬੈਠਾ ਉਹਨੂੰ ਜਾ ਕੇ ਲੈ ਕੇ ਆਓ ਹਾਂਜੀ ਉਹਦੇ ਆ ਜਾ ਬਹਿ ਜਾ ਉਹਨੂੰ ਚਾਹ ਪਿਉਂਦੇ ਲੱਡੂ ਰੱਖਦੇ ਮੂਰੇ ਜੇ ਟਰਾਲੀਆਂ ਬੰਨਿਆ ਬੈਠਾ ਹੁੰਦਾ ਕੋਲ ਹੀ ਬੈਠਾ ਹੁੰਦਾ ਹਾਂਜੀ ਉਹਦਾ ਇੱਕ ਮਾਲ ਹੋ ਗਈ ਕਹਿੰਦਾ ਮੈਂ ਵੀ ਇਹਨਾਂ ਨੂੰ ਆਹੀ ਸਿਣਿਆ ਦਿੱਤਾ ਆਂਦਾ ਕਹ ਤੂੰ ਕੀ ਆਖਿਆ ਸੀ ਕਹਿੰਦਾ ਮੈਂ ਆਏ ਕਰਕੇ ਆਖਿਆ ਤੁਹਾਡੀ ਕੁੜੀ ਦਾ ਖਸਮ ਆਇਆ ਬੈਠਾ ਜਾ ਕੇ ਲਿਓ ਜੀ ਕਹਿੰਦਾ ਬਸ ਫਿਰ ਤੂੰ ਆਪਦੀ ਜ਼ੁਬਾਨ ਦਾ ਖਾਈਂ ਨਾ ਕਹਿੰਦਾ ਮੈਂ ਆਪਦੀ ਜ਼ੁਬਾਨ ਦਾ ਖਾਈਂ ਨਾ ਸੋ ਬੰਦਾ ਆਪਦੀ ਜ਼ੁਬਾਨ ਦਾ ਖਾਂਦਾ ਮੈਨੂੰ ਇਹ ਲੱਗਦਾ ਕਿਸੇ ਨੂੰ ਡੀਫੇਮ ਨਹੀਂ ਕਰਨਾ ਚਾਹੀਦਾ ਅੱਜ ਕੱਲ ਇਹ ਜਿਹੜਾ ਦੌਰ ਹੈ ਇਹ ਬੜਾ ਪ੍ਰਚਲਿਤ ਹੋ ਗਿਆ ਵੀ ਸਾਹਮਣੇ ਵਾਲੇ ਦੀ ਬੇਇੱਜ਼ਤੀ ਕਰੋ ਹ ਜੇ ਸੁਖਰਾਜ ਤੁਸੀਂ ਮੈਨੂੰ ਠੀਕ ਕਰਨਾ ਚਾਹੁੰਦੇ ਹੋ ਤੁਸੀਂ ਮੇਰੇ ਨਾਲ ਡਾਇਲੌਗ ਕਰੋਗੇ ਜੀ ਪਰ ਅੱਜ ਕੀ ਹੋ ਗਿਆ ਵੀ ਸੁਖਰਾਜ ਦੀ ਫੇਸਬੁੱਕ ਤੇ ਆ ਕੇ ਉਹਦੇ ਕਮੈਂਟ ਪਾਓ ਉਹਨੂੰ ਡੀਫੇਮ ਕਰੋ ਜਿਵੇਂ ਮੈਂ ਮੈਂ ਇੱਥੇ ਬੈਠ ਕੇ ਮੈਂ ਬਾਈ ਤੁਸੀਂ ਤਾਂ ਐਵੇਂ ਕੀਤਾ ਤੁਸੀਂ ਉਸ ਪੋਲਟਿਕਸ ਤੇ ਕਰੇਗੇ ਉਹਦੇ ਕਹੀ ਇਹਦੇ ਗਿਆ ਬਸ ਉਹ ਹੀ ਹੈ ਨਾ ਵੀ ਜੀਣੇ ਦਾ ਕੁਝ ਕੀਤਾ ਹੋਵੇ ਉਹ ਤਾਂ ਤੁਹਾਡੇ ਤੇ ਸਵਾਲ ਚੱਕਣ ਦਾ ਅਧਿਕਾਰ ਵੀ ਰੱਖਦਾ ਹ ਤੁਸੀਂ ਆਪ ਜੀ ਕੁਛ ਕਰ ਹੀ ਨਹੀਂ ਸਕਦੇ ਤੁਹਾਡਾ ਆਪਣਾ ਕੋਈ ਕੰਟਰੀਬਿਊਸ਼ਨ ਹੀ ਨਹੀਂ ਹੈ ਹੂੰ ਤੇ ਤੁਸੀਂ ਮਿਰਰਗਾ ਉੱਠ ਕੇ ਆ ਗੋ ਦਲਜੀਤ ਦਸਾਂਝ ਨਿਆ ਕਰਦਾ ਯਾਰ ਦਲਜੀਤ ਦਸਾਂਝ ਬੰਨਾ ਕੋ ਖਾਲਾ ਜੀ ਦਾ ਵਾਲਾ ਹਾਂ ਸਹੀ ਬੰਦੇ ਦੀਆਂ ਖਾਮੀਆਂ ਵੇਖਣ ਦੀ ਬਜਾਏ ਬੰਦੇ ਦੀਆਂ ਖੂਬੀਆਂ ਵੇਖੋ ਜੀ ਬਿਲਕੁਲ ਜ਼ਿੰਦਗੀ ਕਿਵੇਂ ਚੱਲੂਗੀ ਤੁਸੀਂ ਮੈਨੂੰ ਇੱਕ ਗੱਲ ਦੱਸੋ 100% ਸ਼ੁੱਧ ਕੌਣ ਹੈ ਕੋਈ ਵੀ ਨਹੀਂਗਾ ਕੋਈ ਬੰਦਾ ਹੈ ਨਾ ਹੈ ਗਲਤੀ ਹਮੇਸ਼ਾ ਦੂਜੇ ਦੀ ਚੰਗੀ ਲੱਗਦੀ ਬੰਦੇ ਨੂੰ ਬਿਲਕੁਲ ਮੈਂ ਜਿਵੇਂ ਮੈਂ ਦਲਜੀਤ ਦਸਾਂਝ ਹੋਰਾਂ ਦੀ ਗੱਲ ਕੀਤੀ ਆ ਵੀ ਉਹ ਆ ਕਰਤਾ ਜੀ ਉਹ ਕਰਤਾ ਇੱਥੇ ਗਲਤ ਉੱਥੇ ਗਲਤ ਪੋਜ਼ਿਟਿਵਿਟੀ ਵੇਖੋ ਨਾ ਹਾਂ ਵੀ ਦਿਲਜੀਤ ਸਿੰਘ ਮੋਨਾ ਜੀ ਕਹੀ ਆਖਣਗੇ ਉਹ ਯਾਰ ਮੋਨਾ ਤਾਂ ਫਿਰ ਤੁਸੀਂ ਹੋਰ ਸ਼ਰਮ ਕਰੋ ਵੀ ਉਹ ਫਿਰ ਵੀ ਪੱਗ ਬੰਨ ਰਿਹਾ ਬੰਨਦਾ ਹਾਂ ਫਿਰ ਜੋ ਮੋਨਾ ਤੇ ਕੋਲ 4000 ਆਪਸ਼ਨ ਹੈ ਜਦੋਂ ਚਮਕੀਲੇ ਵਾਲੀ ਫਿਲਮ ਆਈ ਜੀ ਉਹ ਤਾਂ ਪਾਇਆ ਕਰਤਾ ਜਿਉਂ ਯਾਰ ਕਮਾਲ ਹੋ ਗਈ ਇੱਕ ਬੰਦੇ ਨੇ ਦੁਨੀਆ ਚ ਥੋੜੀ ਦਸਤਾਰ ਪ੍ਰਸਿੱਧ ਕਰਤੀ ਜੀ ਬਿਲਕੁਲ ਤੂਤੀ ਬੋਲਣ ਲਾਤੀ ਉਹਨੇ ਸਰਦਾਰ ਕਲਾਕਾਰਾਂ ਦੀ ਸਿੱਧੂ ਮੂਸੇਵਾਲ ਨੇ ਦਸਤਾਰ ਦੇ ਨਾਲ ਕਿੱਥੋਂ ਤੱਕ ਪਹੁੰਚ ਗਿਆ ਬ੍ਰੇਕ ਕਰਕੇ ਬੰਦੇ ਬ੍ਰੇਕ ਤਾਂ ਚਲੋ ਛੋਟੀ ਗੱਲ ਹੋ ਗਈ ਉਹਦੇ ਲਈ ਵਰਲਡ ਵਾਈਡ ਬੰਦੇ ਦਾ ਨਾਮ ਹੋ ਗਿਆ ਮੈਂ ਤੂੰ ਫਲਾਣਾ ਤੂੰ ਦਾੜੀ ਕਟਾਉਣਾ ਤੂੰ ਫਲਾ ਬਈ ਕਮਾਲ ਹੋ ਗਈ ਕਿਸੇ ਦੀ ਨਿੱਜੀ ਜ਼ਿੰਦਗੀ ਤੁਸੀਂ ਕਿਸੇ ਇੱਕ ਧਰਮ ਦੇ ਨਾਲ ਕਿਸੇ ਖਿੱਤੇ ਦੇ ਨਾਲ ਤੁਸੀਂ ਆਪਣੇ ਸੂਲਾਂ ਦੇ ਨਾਲ ਕਿਵੇਂ ਜੋੜ ਸਕਦੇ ਹੋ ਸਵਾਲ ਤਾਂ ਇਹ ਵੀ ਉਹ ਆਰਟਿਸਟ ਬੰਦੇ ਆ ਉਹਨਾਂ ਨੇ ਉੱਥੇ ਆਪਦੀ ਆਪਦੇ ਕਿੱਤੇ ਦੀਆਂ ਸੌ ਮਜਬੂਰੀਆਂ ਨਾਲੇ ਮੈਨੂੰ ਸਮਝ ਨਹੀਂ ਆਉਂਦੀ ਉਹ ਵੱਜਿਆ ਕਿਸੇ ਦਾ ਬੰਦੇ ਨਾ ਬੰਨਣ ਦੀ ਕੋਸ਼ਿਸ਼ ਕਰਦੇ ਕਿ ਜਿਵੇਂ ਜਿਵੇਂ ਠੇਕਾ ਦਿੰਦੇ ਹੁੰਦੇ ਹੁੰਦੇ ਨਾ ਕਿ ਆਹ ਵੀ ਸਾਲ ਦਾ ਰਿਮੋਟ ਬਣ ਜਾਂਦੇ ਰਿਮੋਟ ਨਾਲ ਨਹੀਂ ਕੋਈ ਚੱਲ ਸਕਦਾ ਹਰ ਬੰਦੇ ਤੁਸੀਂ ਇਨਾ ਸ਼ੁਕਰ ਕਰੋ ਵੀ ਜੇ ਕੋਈ ਪਬਲਿਕ ਫਿਗਰ ਆ ਤੋ ਉਹ ਤੁਹਾਡੇ ਜਜ਼ਬਾਤਾਂ ਦੀ ਕਦਰ ਕਰ ਰਹੀ ਹੈ ਜੀ ਠੀਕ ਹੈ ਨਾ ਸੋ ਇਸ ਕਰਕੇ ਕਿਸੇ ਤੇ ਕਿੰਤੂ ਪਰੰਤੂ ਕਰਨੀ ਬੜੀ ਸੌਖੀ ਹੋ ਗਈ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਬਿਲਕੁਲ ਗਲਤ ਹੈਗਾ ਤੁਹਾਡਾ ਟਫੈਸਟ ਇੰਟਰਵਿਊ ਅਜ ਤੱਕ ਦਾ ਹਾਲੇ ਤੱਕ ਦਾ ਤੁਹਾਡਾ ਜਿਵੇਂ ਜਿਨ ਤੁਸੀਂ ਤੁਹਾਨੂੰ ਲੱਗਾ ਭਾਵੇਂ ਉਹ ਸ਼ੁਰੂਆਤੀ ਦੌਰ ਦੇ ਵਿੱਚ ਹੋਵੇ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ ਹੋਵੇ ਜਿਹਨੂੰ ਕਰਨ ਲੱਗੇ ਤੁਸੀਂ ਇੱਕ ਇੱਕ ਦਿਨ ਪਹਿਲਾਂ ਸੋਚਦੇ ਹੋ ਕਿ ਕੱਲ ਨੂੰ ਮੈਂ ਆ ਚੀਜ਼ ਕਰਨੀ ਆ ਦੇਖੋ ਹਾਜ਼ਰ ਜੋ ਆ ਵੀ ਸਾਰੇ ਬੰਦੇ ਕਾਫੀ ਐ ਭਗਵੰਤਪਾਨ ਹੋਰਾਂ ਦੇ ਨਾਲ ਜੇ ਤੁਸੀਂ ਇੰਟਰਵਿਊ ਕਰਦੇ ਹੋ ਤੁਹਾਡਾ ਹੋਮਵਰਕ ਹੋਣਾ ਚਾਹੀਦਾ ਜੀ ਕੈਪਟਨ ਅਮਰਿੰਦਰ ਸਿੰਘ ਦਾ ਇੰਟਰਵਿਊ ਕਰਦੇ ਹੋ ਹੋਮਵਰਕ ਹੋਣਾ ਚਾਹੀਦਾ ਪ੍ਰਤਾਪ ਸਿੰਘ ਬਾਜਵਾ ਦਾ ਇੰਟਰਵਿਊ ਕਰਦੇ ਹੋ ਤੁਹਾਡਾ ਹੋਮਵਰਕ ਚਾਹੀਦਾ ਜੀ ਸੀਮਨ ਸੁਖਵੀਰ ਸਿੰਘ ਬਾਦਲ ਦੇ ਵੀ ਪੋਟਿਆਂ ਤੇ ਰਟਿਆ ਹੁੰਦਾ ਸਮਾਨ ਸਾਰਾ ਹਾਂ ਉਹ ਤੇ ਇਕਨੋਮੀ ਜਿਹੜੀ ਪੰਜਾਬ ਦੀ ਪੰਜਾਬ ਦੇ ਅੰਕੜੇ ਸਾਰਾ ਆਨ ਟਿਪਸ ਹੁੰਦਾ ਭਗਵੰਤ ਮਾਨ ਦੇ ਪੋਲਿਟਿਕਲ ਮੁੱਦੇ ਸਾਰੇ ਭਾਈ ਉਹਨਾਂ ਦੇ ਪਤਾ ਨਹੀਂ ਉਹਨੇ ਕਿੱਥੋਂ ਕਿਹੜੀ ਗੱਲ ਕੱਢ ਦੇਣੀ ਹੈ ਜੀ ਤੁਹਾਨੂੰ ਮੈਂਟਲੀ ਪ੍ਰੇਪੇਅਰ ਰਹਿਣਾ ਚਾਹੀਦਾ ਔਰ ਮੇਰੇ ਖਿਆਲ ਹੈ ਕਿ ਮੇਰਾ 88 ਦਾ ਜਨਮ ਹੈ ਸੁਖਰਾਜ ਬਈ 35 ਸਾਲ ਮੇਰੀ ਉਮਰ ਹੈ ਹਮ 84 ਮੇਰੇ ਜੰਮਣ ਤੋਂ ਪਹਿਲਾਂ ਹੋਈ 4 ਸਾਲ ਜੀ 71 ਮੇਰੇ ਪਹਿਲਾਂ ਤੋਂ 65 ਮੇਰੇ ਪਹਿਲਾਂ ਤੋਂ 1947 ਮੇਰੇ ਪਹਿਲਾਂ ਤੋਂ ਠੀਕ ਹੈ ਚਾਟ ਮੇਰੀ ਪਹਿਲਾਂ ਤੋਂ ਜੀ ਜੰਮਣ ਤੋਂ ਪਹਿਲਾਂ ਹਾਂ ਜੀ ਐਸ ਵੀ ਐਲ ਮੇਰੀ ਜੰਮਣ ਤੋਂ ਪਹਿਲਾਂ ਪਰ ਇਹ ਉਹ ਮੁੱਦੇ ਆ ਜਿਹੜੇ ਤਾਂ ਉਮਰ ਚੱਲਦੇ ਰਹੇ ਨੇ ਜਿਹੜੀਆਂ ਅਗਲੀਆਂ ਵੀ 10 15 ਪੀੜ੍hiyan ਆਉਣਗੀਆਂ ਉੱਥੇ ਵੀ ਇਹ ਸਵਾਲ ਘੁੰਮਣੇ ਨੇ ਹੁਣ ਤੁਸੀਂ ਜੰਮ ਤਾਂ ਪਿੱਛੇ ਜਾ ਕੇ ਸਕਦੇ ਨਹੀਂ ਜੀ ਤੁਹਾਨੂੰ ਫਿਰ ਉਸ ਸਮੇਂ ਦੇ ਹਾਂ ਦਾ ਹੋਣ ਵਾਸਤੇ ਤੁਹਾਨੂੰ ਪੜ੍ਹਨਾ ਪਊਗਾ ਤੁਹਾਨੂੰ ਵੇਖਣਾ ਪਊਗਾ ਤੁਹਾਨੂੰ ਸਮਝਣਾ ਪਊਗਾ ਹਾਂ ਬਸ ਫਿਰ ਉਹ ਹੀ ਹੈ ਵੀ ਹੁਣ ਜਿਵੇਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਇੰਟਰਵਿਊ ਕਰਦੇ ਹੋ ਜੀ ਤੇ ਫਿਰ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੇ ਗੱਲਾਂ ਉੱਥੋਂ ਸ਼ੁਰੂ ਕਰਨ ਉਹ ਤਾਂ ਸਾਰਾ ਕੁਝ ਆਪ ਦੇ ਵੇਖਿਆ ਜਦੋਂ 84 ਹੋਇਆ ਅਸਤੀਫਾ ਦਿੱਤਾ ਫਿਰ ਕਿੱਥੋਂ ਆਊਗਾ ਤਾਂ ਮੈਨੂੰ ਲੱਗਦਾ ਕਿ ਇਹ ਪੜ ਕੇ ਕੋ ਚੰਗੇ ਸਾਥੀਆ ਮੇਰਾ ਮਿੱਤਰ ਹਰਪੀ ਸਿੰਘ ਕਾਲੂ ਆ ਜੀ ਬੜਾਈ ਕਾਬਲ ਪੱਤਰਕਾਰ ਹੁਣ ਮੋਹ ਗੱਲ ਆ ਗਈ ਕਾਬਲੀਅਤ ਤੇ ਮਕਬੂਲੀਅਤ ਦੀ ਬੰਦਾ ਮਕਬੂਲ ਨਹੀਂ ਆ ਪਰ ਮੈਂ ਨਾ ਮਿਰਰ ਦੇ 36 ਟੜੇ ਬੰਦੇ ਉਹਦੇ ਸਾਹਮਣੇ ਖੜ੍ਹ ਜਾਣ ਮੈਂ ਜਦੋਂ ਪਹਿਲੀ ਵਾਰੀ ਬਾਈਨ ਮਿਲਿਆ ਜਗਬਾਣੀ ਦੇ ਦਫ਼ਤਰ ਹੀ ਮਿਲਿਆ ਸੀਗਾ ਮੈਂ ਤੇ ਜਦੋਂ ਬੈਠੇ ਤਾਂ ਉਹਨਾਂ ਨਾਲ ਗੱਲਬਾਤ ਪਰਮਿੰਦਰ ਭਾਈ ਗੱਲਬਾਤ ਕਰ ਰਿਹਾ ਸੀ ਕਿ ਉਹਨਾਂ ਨਾਲ ਜੇ ਮੈਂ ਸੁਣਿਆ ਮੈਂ ਕਿਹਾ ਯਾਰ ਇੰਨੀ ਨੌਲੇਜ ਰੱਖਣ ਵਾਲਾ ਬੰਦਾ ਤੇ ਇਹਨੂੰ ਮੈਂ ਅੱਜ ਜਾਣਣਦਿਆਂ ਹੁਣ ਤੁਹਾਨੂੰ ਮੇਰੀ ਗੱਲ ਕਿਵੇਂ ਲੱਗੀ ਮੈਂ ਕਹਿੰਨਾ ਵੀ ਮੈਂ ਹਰਪ੍ਰੀਤ ਕਾਲੋਂ ਦੇ ਸਾਹਮਣੇ ਆਉਦੇ ਸਣੇ ਪੰਜਾਬ ਦੇ ਚੋਟੀ ਦੇ ਸਾਰੇ ਪੱਤਰਕਾਰਾਂ ਨੂੰ ਬੌਣੇ ਮੰਨਦਾ ਵਾ ਟੀਵੀ ਵਾਲਿਆਂ ਨੂੰ ਵੱਡੀ ਗੱਲ ਹੈ ਤੁਸੀਂ ਇਹ ਕਹਿ ਰਹੇ ਹੋ ਟੀਵੀ ਵਾਲਿਆਂ ਨੂੰ ਮੈਂ ਮਹਿਸੂਸ ਕਰ ਆਪਦੇ ਆਪ ਨੂੰ ਤਾਂ ਮੈਂ ਮੰਨਦਾ ਹੀ ਆ ਨਾੜ ਮੈਂ ਦੂਜਿਆਂ ਨੂੰ ਵੀ ਮੈਂ ਨੇਮ ਨਹੀਂ ਕਰਦਾ ਕਿਸੇ ਨੂੰ ਜੀ ਵੀ ਉਸ ਬੰਦ ਫਿਰ ਉਹ ਤਾਂ ਬੰਦਾ ਮਸ਼ਹੂਰ ਹੈ ਨਹੀਂ ਹਾਂ ਤੇ ਮੈਂ ਤੁਹਾਨੂੰ ਇਹੋ ਜਿਹਾ ਮਸ਼ਹੂਰ ਬਖਾ ਦਿੰਨਾ ਜਿਹਨਾਂ ਨੂੰ ਪੰਜਾਬੀ ਬੋਲਣਾ ਆਉਂਦਾ ਹਾਂ ਹਾਂ ਜਿਹਨਾਂ ਨੂੰ ਕਹਿ ਲਓ ਕਿ ਤੁਸੀਂ ਪੰਜਾਬੀ ਜ਼ੁਬਾਨ ਦੇ ਸ਼ਬਦ ਹੀ ਨਹੀਂ ਬੋਲਣ ਆਉਂਦੇ ਜੀ ਐਦਾਂ ਦੇ ਮਸ਼ਹੂਰ ਵੀ ਹੈਗੇ ਪਰ ਉਹ ਆਦੇ ਨਹੀਂ ਅਸੀਂ ਤਾਂ 30 ਮਾਰਖਾਂ ਬੀ ਮੁਲਕ ਤਾਂ ਚੱਲਦਾ ਹੀ ਸਾਡੇ ਸਿਰ ਤੇ ਪਿਆ ਹਾਂ ਮੈਂ ਹੀ ਆ ਉਹ ਬੰਦਾ ਅੱਜ ਉੱਥੇ ਬਨੂੜ ਘਰੇ ਬੈਠਾ ਹੋਇਆ ਤੇ ਉਹ ਕਿਤਾਬਾਂ ਲਿਖਦਾ ਪਿਆ ਪੜ੍ਹਦਾ ਪਿਆ ਸੁਣਦਾ ਪਿਆ ਆਰਟੀਕਲ ਲਿਖਦੇ ਬਹੁਤ ਵਧੀਆ ਆਰਟੀਕਲ ਲਿਖਦਾ ਮੈਂ ਕਹਿੰਦਾ ਜੀ ਐਨਸਾਈਕਲੋਪੀਡੀਆ ਉਹ ਆਦਮੀ ਪੰਜਾਬ ਦੇ ਧਾਰਮਿਕ ਮਸਲਿਆਂ ਤੇ ਕਿਸੇ ਦੀ ਇੰਨੀ ਪਕੜ ਨਹੀਂ ਹੋ ਸਕਦੀ ਜੋ ਉਹਦਾ ਐਂਗਲ ਹੈ ਜੋ ਜੋ ਉਸ ਬੰਦੇ ਦੀ ਸੋਚ ਹੈ ਉਹ ਉਹ ਹੈ ਹੀ ਨਹੀਂ ਗੱਲ ਤਾਂ ਫਿਰ ਉਹੀ ਆ ਨਾ ਕਿਸਮਤ ਮੁਕੱਦਰ ਹਾਂ ਮੈਂ ਉਸ ਦਿਨ ਤੋਂ ਬਾਅਦ ਬਾਈ ਨੂੰ ਫੋਲੋ ਕੀਤਾ ਹੈ ਫੇਸਬੁੱਕ ਤੇ ਤੇ ਫਿਰ ਮੈਂ ਉਹਨਾਂ ਦੇ ਹੁਣ ਵੀ ਕੋਈ ਨਾ ਕੋਈ ਜਦੋਂ ਆਰਟੀਕਲ ਉਹ ਲਿਖਦੇ ਆ ਕਿਸੇ ਚੀਜ਼ ਤੇ ਉੱਤੇ ਟਿੱਪਣੀ ਕਰਦੇ ਆ ਤਾਂ ਮੈਨੂੰ ਲੱਗਦਾ ਕਿ ਯਾਰ ਇਹ ਕਿੱਥੋਂ ਗੱਲ ਲੈ ਕੇ ਆਇਆ ਹੋਊ ਬੰਦਾ ਕਿਵੇਂ ਸੋਚਿਆ ਉਹ ਬਿਲਕੁਲ ਸਹੀ ਗੱਲ ਹੈ ਹੈਨਾ ਕਿਉਂ ਉਹਨੇ ਪੜਿਆ ਹਾਂ ਹੁਣ ਚੀਜ਼ਾਂ ਦੀ ਸਮਝ ਹੈ ਜਿਵੇਂ ਤੁਸੀਂ ਕਿਹਾ ਕਿ ਲਿਖਦੇ ਆ ਅੱਜ ਦਾ ਅੱਜ ਦਾ ਯੂਥ ਤੁਹਾਨੂੰ ਲੱਗਦਾ ਕਿ ਅੱਗੇ ਜਾ ਕੇ ਲਿਖੂਗਾ ਨਹੀਂ ਹੁਣ ਹੋ ਕੀ ਗਿਆ ਜਿਨੇ ਫੇਸਬੁਕ ਤੇ ਲਿਖਤਾ ਉਹ ਕਹਿੰਦਾ ਮੈਂ ਦੁਨੀਆ ਦਾ ਆਖਰੀ ਸੱਚ ਲਿਖਤਾ ਹੂੰ ਜਿਨੇ ਪੜ ਲਿਆ ਉਹ ਕਹਿੰਦਾ ਮੈਂ ਦੁਨੀਆ ਦਾ ਆਖਰੀ ਸੱਚ ਪੜ ਲਿਆ ਇਹ ਬੜੀ ਵੱਡੀ ਔਰ ਫੇਸਬੁਕ ਤੇ ਜੇ ਕਿਸੇ ਦਾ ਕੋਈ ਪੀਨੀਅਨ ਕੋਈ ਕੋਈ ਝੂਠੀਆਂ ਚੀਜ਼ਾਂ ਕਿੰਨੀਆਂ ਫੈਲ ਜਾਂਦੀਆਂ ਜੀ ਅੱਜ ਕੱਲ ਨਾ ਬਹੁਤੇ ਬੰਦੇ ਤੁਹਾਨੂੰ ਰੀਲਾਂ ਭੇਜਣਗੇ ਮੰਨ ਲਓ ਦੋਸਤੀ ਤੇ ਆ ਗਈਆਂ ਪਰਿਵਾਰਕ ਰਿਸ਼ਤੇ ਤੇ ਆ ਗਈਆਂ ਨਿੱਜੀ ਜ਼ਿੰਦਗੀ 'ਚ ਆ ਗਈਆਂ ਸੱਚ ਤੇ ਝੂਠ ਤੇ ਆ ਗਈਆਂ ਉਹ ਕਿਉਂ ਭੇਜਦੇ ਆ ਹੁਣ ਗੱਲਾਂ ਰੀਲਾਂ ਆ ਰਹੀ ਤੇ ਸਟੇਟਸ ਆ ਰਹੀ ਹੋਣ ਲੱਗ ਪਈਆਂ ਜੀ ਕਿਉਂ ਉਹਨਾਂ ਨੂੰ ਲੱਗਦਾ ਇਹ ਠੀਕ ਹੈ ਜਦ ਕਿ ਉਸ ਬੰਦੇ ਨੇ ਕਿਸ ਕੰਟੈਕਸਟ ਚ ਕਹਿ ਰਿਹਾ ਹੂ ਉਸੇ ਦਾ ਤੇ ਆਰਬਾਈ ਨੋਵੇ ਅਰੀਲਾ ਪੌਣ ਵਾਲੇ ਬਹੁਤੇ ਬੰਦੇ ਮੈਂ ਵੇਖਿਆ ਉਹ ਟੋਟ ਕੇ ਪੜ ਪੜ ਕੇ ਤੇ ਕਈ ਬੰਦੇ ਪਾ ਦਿੰਦੇ ਹੈ ਰਿਸ਼ਤੇ ਐ ਹੁੰਦੇ ਆ ਦੋਸਤੀ ਐ ਹੁੰਦੀ ਐ ਇੱਥੇ ਕੈਮਰਾ ਰੱਖਣਾ ਤੇ ਹਾਂ ਇਦਾਂ ਤਾਂ ਆਉਂਦੀ ਹਾਲਾਂਕਿ ਭਾਵੇਂ ਆਪਦਾ ਰੌਲਾ ਚੱਲਦਾ ਪਿਆ ਹੋਵੇ ਪਰ ਇਸ ਕਰਕੇ ਹੁਣ ਪ੍ਰੋਬਲਮ ਕੀ ਹੋ ਗਈ ਵੀ ਆ ਜਿਗਾ ਗੱਲ ਕਹੀ ਗਈ ਆ ਤੇ ਇਹ ਫਿਰ ਸੱਚ ਹੀ ਆ ਸੱਚ ਹੀ ਆ ਪਰ ਪੜਿਆ ਜਿਹੜਾ ਲਿਖਦਾ ਸੀ ਨਾ ਬੰਦਾ ਕਿਤਾਬਾਂ ਕਿਤਾਬ ਲਿਖਣ ਦੇ ਲਈ ਤੁਹਾਡਾ ਹੁਨਰ ਚਾਹੀਦਾ ਬਿਲਕੁਲ ਅੱਜ ਪ੍ਰੋਬਲਮ ਇਹ ਹੋ ਗਈ ਆ ਹਾਲਾਂਕਿ ਮੈਂ ਵੀ ਬਹੁਤ ਘੱਟ ਪੜਦਾ ਹਾਂ ਪਰ ਮੈਨੂੰ ਲੱਗਦਾ ਪੜਨਾ ਬਹੁਤ ਜ਼ਰੂਰੀ ਆ ਜੀ ਪੜਿਆ ਇੱਕ ਨਿਚੋੜ ਆ ਬੰਦੇ ਦਾ ਲਿਖਣ ਵੇਲੇ ਬੰਦਾ ਐ ਨਹੀਂ ਉਡੂ ਟਾਂਗ ਲਿਖ ਦੂਗਾ ਲਿਖਣ ਦੀ ਰੁਚੀ ਘਟ ਰਹੀ ਆ ਇਹ ਬਹੁਤ ਇਹੀ ਦਾ ਇਹੀ ਕਾਰਨ ਆ ਵੀ ਮੈਂ ਉਹ ਕਾਫੀ ਟੇਬਲ ਬੁੱਕ ਲਿਖਦਾ ਪਿਆ ਲਿਖਣਾ ਬਹੁਤ ਜ਼ਰੂਰੀ ਔਰ ਪੱਤਰਕਾਰੀ ਵੀ ਇਸ ਤਰ੍ਹਾਂ ਦੀ ਹੋ ਗਈ ਆ ਬੋਲਣ ਤੇ ਨਿਰਪਰ ਹੋ ਗਈ ਜੀ ਪਹਿਲਾਂ ਜਰਨਲਿਸਟ ਜਾਣਾ ਜਾਂਦਾ ਸੀ ਲਿਖਣ ਚਰਚੀ ਕੁਦਰ ਸਾਹਿਬ ਹੋ ਗਏ ਜੀ ਪੁਲਰ ਸਾਹਿਬ ਦੀਆਂ ਸਟੋਰੀਆਂ ਪੜ੍ਹ-ਪੜ੍ਹ ਕੇ ਤੇ ਅਸੀਂ ਉਹਨਾਂ ਨੂੰ ਟੀਵੀ 'ਚ ਕਿਉਂਕਿ ਪਹਿਲਾਂ ਅਖਬਾਰ ਪੜ੍ਹ ਲੈਣੀ ਆ ਆਰਟੀਕਲ ਨੂੰ ਪੜ੍ਹ ਲੈਣਾ ਤਾਂ ਕਹਿਣਾ ਉਹ ਪੱਤਰਕਾਰ ਨੇ ਆਰਟੀਕਲ ਲਿਖਿਆ ਤੇ ਇਹਦੇ ਵਿੱਚ ਕਿੰਨੀਆਂ ਗੱਲਾਂ ਸੱਚੀਆਂ ਆ ਨੇ ਕਿਵੇਂ ਨੇ ਉਹ ਸਾਰੀਆਂ ਚੀਜ਼ਾਂ ਫਿਰ ਮੈਂ ਇੱਕ ਦਿਨ ਮੈਂ ਸੋਚ ਰਿਹਾ ਸੀ ਬੈਠਾ ਬੈਠਾ ਮੈਂ ਕਿ ਯਾਰ ਬਹੁਤ ਯੂਥ ਕਾ ਕਾਫੀ ਵਾਰ ਮੈਂ ਦੇਖਿਆ ਕਿ ਯੰਗਸਟਰ ਪੜ੍ਹ ਰਹ ਪਰ ਕਿਤਾਬਾਂ ਲਿਖਦੇ ਬਹੁਤ ਘੱਟ ਦੇਖਿਆ ਮੈਂ ਕਿਹਾ ਯਾਰ ਇਹ ਨਾ ਸਾਰਿਆਂ ਨੇ ਪੜ੍ਹਨੀਆਂ ਉਹ ਫਿਰ ਜਿਹੜੀਆਂ ਪਿਛਲੀਆਂ ਕਿਤਾਬਾਂ ਨੇ ਉਹ ਹੀ ਪੜ੍ਹੀ ਜਾਣਗੇ ਅੱਜ ਦਾ ਦੌਰ ਵੀ ਕੋਈ ਅੱਗੇ ਜਾ ਕੇ ਲਿਖੂਗਾ ਨਹੀਂ ਲਿਖਣ ਵਾਲੇ ਲਿਖ ਰਹੇ ਆ ਹੂੰ ਬਹੁਤ ਲਿਟਰੇਚਰ ਸਾਡੇ ਕੋਲ ਨਵਾਂ ਆ ਰਿਹਾ ਜੀ ਘੱਟ ਨਹੀਂ ਆ ਪਰ ਤੁਹਾਡੀ ਗੱਲ ਧਰੁਸਤ ਹੈ ਕਿ ਇਹ ਰੁਝਾਨ ਘਟ ਰਿਹਾ ਤੇ ਇਹ ਨੁਕਸਾਨਦੇ ਹੈਗਾ ਹੂੰ ਕਿਉਂਕਿ ਰਾਣੀ ਤਤ ਕਿਤਾਬ ਮਸ਼ਹੂਰ ਹੋਈ ਸੀਗੀ ਯੂਥ ਰੀਲੀ ਯੰਗਸਟਰ ਮੁੰਡਾ ਹਾਰਮਨ ਸਾਡਾ ਮੌਜੀ ਨਵੀਂ ਪੀੜੀ ਦਾ ਯਾਰ ਤੇ ਉਸ ਤੋਂ ਬਾਅਦ ਅਗਲੀ ਕੋਈ ਉਸ ਲੈਵਲ ਦੀ ਕਿਤਾਬ ਜਿਹੜੀ ਆ ਉਸ ਜਿਹਨੇ ਇੰਨਾ ਫੇਮ ਖੱਟਿਆ ਹੋਵੇ ਹੁਣ ਸਾਰਿਆਂ ਦੀ ਨਿਗਾਹ ਕਿ ਹਾਰਮਨ ਰਾਣੀ ਤਾਂ ਤੂੰ ਲਿਖੇ ਪਰ ਕੋਈ ਹੋਰ ਕਿਤਾਬ ਹੁੰਨੀ ਅੱਗੇ ਆਉਗੀ ਕੋਈ ਹੋਰ ਫੇਮ ਮੈਂ ਇਹ ਚੀਜ਼ਾਂ ਇੱਕ ਦਿਨ ਸੋਚ ਰਿਹਾ ਸੀਗਾ ਫਿਰ ਮਨ ਲੱਗਾ ਕਿ ਯਾਰ ਨਹੀਂ ਜਿੰਨਾ ਫੇਸਬੁੱਕ ਤੇ ਜਿੰਨੇ YouTube ਦੇ ਉੱਤੇ ਰੁਝਾਨ ਆ ਲੋਕਾਂ ਨੂੰ ਉਵੇਂ ਕੁਝ ਨਾ ਕੁਝ ਲਿਖਣ ਦੇ ਦਰਸਲ ਦੇਖਣ ਵਾਲੇ ਪਾਸੇ ਉਹਨੂੰ ਜ਼ਿਆਦਾ ਹੋ ਗਿਆ ਤੇ ਇਨਫੋਰਮੇਸ਼ਨ ਵਿੱਚ ਗਲਤ ਵੀ ਬਹੁਤ ਆਉਣ ਲੱਗ ਪਈ ਜੀ ਸਾਡੇ ਸੈਂਸਰ ਹੁੰਦੇ ਆ ਨਾ ਅੱਖਾਂ ਵੇਖਦੀਆਂ ਨੱਕ ਸਾਡਾ ਸੁੰਘਦਾ ਕੰਨ ਸਾਡੇ ਸੁਣਦੇ ਆ ਜ਼ੁਬਾਨ ਸਾਡੀ ਟੇਸਟ ਕਰਦੀ ਆ ਹੱਥ ਸਾਡੇ ਟੱਚ ਕਰਕੇ ਵੇਖਦੇ ਆ ਜੀ ਪਰ ਜਿਹੜੀ ਚੀਜ਼ ਪੜਦੇ ਆ ਉਹਦਾ ਸਿੱਧਾ ਦਿਮਾਗ ਤੇ ਅਸਰ ਆ ਹਾਂ ਇਸ ਕਰਕੇ ਮੇਰੇ ਖਿਆਲ ਪੜਨਾ ਬਹੁਤ ਲਾਜ਼ਮੀ ਆ ਵੇਖਣ ਵਾਲਾ ਵੀ ਚੀਜ਼ਾਂ ਬਹੁਤ ਡਿਸਟਰੈਕਟ ਕਰਦੀਆਂ ਕਈ ਵਾਰੀ ਭਾਈ ਜਿਹੜੇ ਨਵੇਂ ਪੱਤਰਕਾਰ ਜਿਨ੍ਹਾਂ ਨੇ ਹਾਲੇ ਬਣਨਾ ਆ ਜਿਹੜੇ ਆਲਰੇਡੀ ਆਪਣੇ ਆਪ ਨੂੰ ਪੱਤਰਕਾਰ ਮੰਨਦੇ ਉਹ ਨਹੀਂ ਜਿਨ੍ਹਾਂ ਨੇ ਰੀਅਲ ਜਰਨਲਿਜ਼ਮ ਕਰਨੀ ਹੋਵੇ ਉਹ ਕੀ ਕਰਨ ਕਿਵੇਂ ਸ਼ੁਰੂਆਤ ਕਰਨ ਤੇ ਕੀ ਕੁਝ ਕਰਨ ਪਹਿਲਾਂ ਤਾਂ ਆਪਣੇ ਆਪ ਨੂੰ ਪੱਤਰਕਾਰ ਮੰਨਣਾ ਛੱਡਣ ਹਮ ਲੈਟ ਦਾ ਪੀਪਲ ਡਿਸਾਈਡ ਜੇ ਤੁਸੀਂ ਮੰਨ ਲਿਆ ਕਿ ਤੁਸੀਂ ਪੱਤਰਕਾਰ ਹੋ ਇਹ ਠੀਕ ਨਹੀਂ ਹੈ ਜੀ ਲੋਕ ਮੰਨਣ ਤੁਹਾਨੂੰ ਕਿ ਤੁਸੀਂ ਪੱਤਰਕਾਰ ਹੋ ਹਾਂ ਲੋਕਾਂ ਤੇ ਛੱਡੋ ਇਹ ਗੱਲ ਦੂਜਾ ਜਿਹੜਾ ਪ੍ਰੋਬਲਮ ਆ ਗਿਆ ਕਿ ਬਸ ਬੋਲਣਾ ਆ ਗਿਆ ਤੇ ਮੈਂ ਪੱਤਰਕਾਰ ਹੋ ਗਿਆ ਮੇਰੇ ਕੋਲ ਬਹੁਤ ਆਉਂਦੇ ਐਂਕਰਿੰਗ ਕਰਨੀ ਐ ਐਂਕਰਿੰਗ ਕਰਨੀ ਯਾਰ ਐਂਕਰ ਦਾ ਇੱਕ ਚੰਗਾ ਨਿਊਜ਼ ਪ੍ਰੋਡਿਊਸਰ ਹੋਣਾ ਬਹੁਤ ਲਾਜ਼ਮੀ ਹੈ। ਹਾਂ। ਐਂਕਰ ਦਾ ਪੱਤਰਕਾਰ ਹੋਣਾ ਬਹੁਤ ਲਾਜ਼ਮੀ ਹੈ। ਕਿਉਂਕਿ ਸਕਰੀਨ ਤੇ ਤੁਹਾਨੂੰ ਕੀ ਬੋਲਣਾ ਪੈ ਜਾਣਾ? ਜੀ। ਕਿਸ ਵਿਸ਼ੇ ਤੇ ਬੋਲਣਾ ਪੈ ਜਾਣਾ? ਪ੍ਰੋਡਿਊਸਰ ਦੇ ਕੋਲ ਤਾਂ ਖਬਰ ਆਈ ਆ। ਉਹਦੇ ਕੋਲ ਮੌਕਾ ਹੈ ਉਹਨੂੰ ਟ੍ਰੀਟ ਕਰਨ ਦਾ। ਤੁਸੀਂ ਮੰਨ ਲਓ ਲਾਈਵ ਚਲੇ ਗਏ। ਤੁਹਾਡੇ ਕੋਲ ਕੋਈ ਵੀ ਵਿਸ਼ਾ ਆ ਸਕਦਾ ਵਿਧਾਨ ਸਭਾ ਦੇ ਵਿੱਚ ਜੀ ਆ ਹੋ ਗਿਆ ਹੁਣ ਤੁਹਾਨੂੰ ਰਾਜਸਥਾਨ ਲੈ ਕੇ ਚੱਲਦੇ ਹਾਂ ਜੀ ਹੁਣ ਜੀ ਫਲਾਨੀ ਥਾਂ ਤੇ ਆ ਹੋ ਗਿਆ ਜੀ ਐਸ ਕਾਨੂੰਨ ਚਾਹ ਬਦਲਾ ਕਰਤੇ ਫਲਾਨੇ ਲੀਡਰ ਨੇ ਆ ਬਿਆਨ ਦਿੱਤਾ ਤੁਹਾਨੂੰ ਉਹਦੀ ਬੈਕਗ੍ਰਾਉਂਡ ਕਿੱਥੋਂ ਪਤਾ ਹੋਊਗਾ ਹਾਂ ਚੀਜ਼ਾਂ ਦਾ ਪਤਾ ਹੋਣਾ ਮੰਨ ਲਓ ਕਿ ਕਿਸੇ ਲੀਡਰ ਦੀ ਮੌਤ ਹੋ ਗਈ ਹੈ ਤੇ ਤੁਹਾਨੂੰ ਲਾਈਵ ਖਬਰ ਆ ਗਈ ਤੁਸੀਂ ਉਸ ਲੀਡਰ ਦੇ ਬਾਰੇ ਬੋਲਣਾ ਬੋਲੋਗੇ ਤਾਂ ਜੇ ਤੁਸੀਂ ਪੜਿਆ ਹੋਊਗਾ ਜੀ ਪਹਿਲਾਂ ਤਾਂ ਜਿਹੜਾ ਇਹ ਚਾਹ ਹੋ ਗਿਆ ਸਕਰੀਨ ਤੇ ਆਉਣਾ ਬੇਸਿਕਲੀ ਜਰਨਲਿਜ਼ਮ ਚ ਇੰਟਰਸਟ ਬਣਿਆ ਲੋਕਾਂ ਦਾ ਸਕਰੀਨ ਤੇ ਆਉਣ ਕਰਕੇ ਹਾਂ ਬਹੁਤੇ ਤਾਂ ਜਿਹੜੇ ਪੱਤਰਕਾਰੀ ਵੀਸੀ ਐਂਕਰ ਹੀ ਬੰਨਾ ਹੈ ਮਸ਼ਹੂਰ ਹੋ ਜੀ ਸਦਕੇ ਬਣੋ ਹਾਂ ਮਸ਼ਹੂਰ ਹੋਣ ਦਾ ਮਕਸਦ ਜਿਹੜਾ ਹੈ ਸਭ ਤੋਂ ਵੱਡਾ ਹੋ ਗਿਆ ਕਾਬਲੀਅਤ ਨਾਲ ਕੋਈ ਲੈਣਾ ਦੇਣਾ ਨਹੀਂ ਰਹਿ ਗਿਆ ਹੋਮਵਰਕ ਘਟ ਗਿਆ ਪਹਿਲਾਂ ਤਾਂ ਮੈਂ ਕਹਿੰਦਾ ਜੇ ਇਸ ਕਿੱਤੇ 'ਚ ਆਉਣਾ ਹੈ ਤਾਂ ਤੁਹਾਡੇ ਕੋਲ ਇਹਦੀ ਨੌਲੇਜ ਹੋਣੀ ਬਹੁਤ ਲਾਜ਼ਮੀ ਹੈ ਤੁਹਾਨੂੰ ਲਿਖਣਾ ਆਉਣਾ ਚਾਹੀਦਾ ਜੀ ਇੱਥੇ ਮੈਂ ਵੇਖਿਆ ਪੱਤਰਕਾਰ ਖਬਰ ਲਿਖਣੀ ਨਹੀਂ ਆਉਂਦੀ ਟਾਈਪਿੰਗ ਨਹੀਂ ਆਉਂਦੀ ਉਹ ਫਿਰ ਉਹ ਹੀ ਨਾ ਦੌਰ ਕੈਨਲ ਨੂੰ ਜ਼ਰੂਰਤ ਕੀ ਆ ਟੈਕਨੋਲੋਜੀ ਜਾਂ ਟੈਕਨੋਲੋਜੀ ਜੇ ਤੁਹਾਨੂੰ ਸ਼ਬਦ ਦੇ ਨਹੀਂ ਲਿਖਨੇ ਆਉਂਦੇ ਜੇ ਤੁਹਾਨੂੰ ਸਕ੍ਰਿਪਟ ਨਹੀਂ ਲਿਖਣੀ ਆਉਂਦੀ ਤੁਸੀ ਤੁਹਾਨੂੰ ਕਿਵੇਂ ਕੰਮ ਆਊਗਾ ਸਕ੍ਰਿਪਟ ਤੁਸੀਂ ਤਾਂ ਲਿਖੂ ਜੇ ਤੁਹਾਡੀ ਨੋਲਿਜ ਹੋਊਗੀ ਤਾਂ ਜੀ ਮੇਰੇ ਮੰਨਣਾ ਵੀ ਵੈਸੇ ਤਾਂ ਮੈਂ ਐਡਾ ਤਾਂ ਮੈਂ ਕਾਬਿਲ ਹੈ ਨਹੀਂ ਕਿ ਮੈਂ ਕਿਉਂਕਿ ਨਵੇਂ ਨੂੰ ਦੱਸਾਂ ਨਹੀਂ ਤੁਸੀਂ ਤੁਸੀਂ ਆਪਣੇ ਆਪ ਨੂੰ ਇਹ ਕਹਿ ਰਹੇ ਹੋ ਪਰ ਸ਼ੁਗਰਾਜ ਭਾਈ ਹੁਣ ਨਹੀਂ ਕੋਈ ਸੁਣਦਾ ਇਹ ਤੁਹਾਡਾ ਸਵਾਲ ਫਾਰਮਲ ਹੈਗਾ ਪਰ ਮੈਂ ਸੱਚ ਕਹਿ ਰਿਹਾ ਕੋਈ ਨਹੀਂ ਸੁਣਦਾ ਤੁਸੀਂ ਕਹੋ ਨਾ ਕਿ ਤੁਹਾਡੀ ਗੱਲ ਮੰਨ ਲੈਣਗੇ ਭਾਈ ਜੀ ਜਾਂ ਸੁਣਨਗੇ ਮੈਂ ਕਹਿੰਦਾ ਵੀ ਜਿਹੜੇ 2 ਸਾਲ ਪਹਿਲਾਂ ਆਇਆ ਨਾ ਉਹ ਸਾਹਮਣੇ ਵੀ ਆ ਜਾਣਾ ਤੇ ਤੁਹਾਨੂੰ ਵੇਸ਼ ਤੱਕ ਨਹੀਂ ਕਰਦੇ ਤੁਹਾਨੂੰ ਹੱਥ ਨਹੀਂ ਮਿਲਾਉਂਦੇ ਗੱਲ ਨੂੰ ਪੈਂਦੇ ਆ ਉਹਨਾਂ ਦੇ ਆਵਦੇ ਸੜੀਏ ਤੋਂ ਚਾਰ ਅਗਲੇ ਆਉਂਦੇ ਚਲੋ ਹੁਣ ਵੀ ਕਿਉਂ ਨਾ ਜੀ ਸਦਕੇ ਰਹਿਣ ਪਰ ਮੈਂ ਉਹ ਗੱਲ ਕਰਦਾ ਵੀ ਹੁਣ ਨਹੀਂ ਕੋ ਮਨਦਾ ਮਨ ਹੁੰਦਾ ਪਰ ਫਿਰ ਵੀ ਜੇ ਕੋਈ ਇੱਕ ਅੱਧਾ ਮੰਨਣਾ ਵਾਲਾ ਹੈਗਾ ਮੈਂ ਇਹੀ ਬੇਨਤੀ ਕਰੂੰਗਾ ਵੀ ਜਿਸ ਵੀ ਕਿੱਤੇ ਚਾ ਰਹੇ ਹੋ ਤੁਸੀਂ ਐਂਟਰਟੇਨਮੈਂਟ ਚੋਂ ਤੁਸੀਂ ਪੋਲਿਟੀਕਲ ਬੀਟ ਚਾ ਰਹੇ ਹੋ ਜੀ ਜਾਂ ਕਿਸੇ ਹੋਰ ਬੀਟ ਚ ਕੰਮ ਕਰਨਾ ਹੈ ਤੁਹਾਨੂੰ ਉਸ ਕਿੱਤੇ ਦੀ ਜਾਣਕਾਰੀ ਹੋਣੀ ਲਾਜ਼ਮੀ ਆ ਮੈਂ ਵੇਖਿਆ ਐਂਟਰਟੇਨਮੈਂਟ ਚ ਭਾ ਮੈਂ ਐਂਟਰਟੇਨਮੈਂਟ ਕਰੂੰਗਾ ਜੀ ਜਾਂ ਕੁੜੀਆਂ ਆਉਂਦੀਆਂ ਐਂਟਰਟੇਨਮੈਂਟ ਚ ਕਰਨਾ ਸੀ ਉਹਨੂੰ ਪੁੱਛਦਾ ਮੈਂ ਪੰਜ ਡਾਇਰੈਕਟਰ ਕਿਹੜੇ ਐ ਫੇਮਸ ਹੂੰ ਹਰਪ੍ਰੀਤ ਕਾਲੋ ਨੂੰ ਤੁਸੀਂ 250 ਮੂਵੀ ਬਾਰੇ ਪੁੱਛ ਲਓ ਭਾਵੇਂ ਹਾਂ ਸਿਨੇਮਾ ਤੇ ਜ਼ਬਰਦਸਤ ਕੰਮ ਹੁੰਦਾ ਉਹ ਪ੍ਰੈਟੀਕਲ ਤੁਸੀਂ ਗੱਲ ਕਰ ਲਓ ਉਹ ਨੂੰ ਵੀ ਚੀਜ਼ ਆ ਪਤਾ ਮਤਲਬ ਜਿਸ ਚੀਜ਼ ਬਾਰੇ ਜੇ ਤੁਸੀਂ ਐਂਟਰਟੇਨਮੈਂਟ 'ਚ ਵੀ ਆ ਰਹੇ ਹੋ ਤਾਂ ਤੁਹਾਨੂੰ ਆਰਟਿਸਟਾਂ ਦੀ ਬੈਕਗ੍ਰਾਉਂਡ ਪਤਾ ਹੋਣੀ ਚਾਹੀਦੀ ਆ ਤੁਹਾਨੂੰ ਸਿਨੇਮਾ ਦੇ ਬਾਰੇ ਤੁਹਾਨੂੰ ਸਕ੍ਰੀਨਪਲੇ ਦੇ ਬਾਰੇ ਤੁਹਾਨੂੰ ਡਾਇਲੌਗ ਦੇ ਬਾਰੇ ਤੁਹਾਨੂੰ ਸਕ੍ਰਿਪਟ ਦੇ ਬਾਰੇ ਨੌਲੇਜ ਤਾਂ ਹੋਵੇ ਨਾ ਹਾਂ ਇਹ ਥੋੜਾ ਵੀ ਬਸ ਜੀ ਗਿੱਪੀ ਗਰੇਵਾਲ ਨੂੰ ਧਮਕੀ ਆ ਗਈ ਜੀ ਫਲਾਣੇ ਨੇ ਉਹ ਲਹਿੰਗਾ ਪਾਲਿਆ ਜੀ ਫਲਾਣੇ ਨੇ ਆ ਸੂਟ ਪਾਲਿਆ ਉਹਨੇ ਨਵੀਂ ਗੱਡੀ ਲੈ ਲਈ ਕੱਲਾ ਇਸ ਤਰ੍ਹਾਂ ਨਹੀਂ ਆ ਕੱਲਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮੈਂ ਤਾਂ ਉਸ ਨੂੰ ਵੀ ਡੀਪਲੀ ਤੁਹਾਨੂੰ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਮੈਂ ਤਾਂ ਮੈਂ ਉਸ ਨੂੰ ਵੀ ਪੱਤਰਕਾਰ ਮੰਨਦਾ ਜਿਹੜਾ ਕਿ ਕਿਸੇ ਸੈਲੀਬ੍ਰਿਟੀ ਮੋਰੇ ਬੈਠ ਕੇ ਕਹਿ ਦੇ ਮੈਂ ਤਾਂ ਤੇਰਾ ਬਹੁਤ ਵੱਡਾ ਫੈਨ ਆ ਐਕਚੁਅਲੀ ਨਾ ਜਰਨਲਿਜ਼ਮ ਦੇ ਵਿੱਚ ਮਾਡਰਨਿਜ਼ਮ ਆ ਗਿਆ ਬਹੁਤ ਪੱਤਰਕਾਰੀ ਚ ਕਾਇਦੇ ਸਿਖਾਏ ਜਾਂਦੇ ਆ ਕਿ ਜਦੋਂ ਤੁਸੀਂ ਕਿਸੇ ਤੁਸੀਂ এবੀਪੀ ਨਿਊਜ਼ ਤੇ ਅਸੀਂ ਸਾਨੂੰ ਇਹ ਗੱਲ ਬਕਾਇਦਾ ਦੱਸੀ ਗਈ ਸੀ ਕਿ ਕਿਸੇ ਲੀਡਰ ਨੂੰ ਕਿਸੇ ਸੈਲੀਬ੍ਰਿਟੀ ਨੂੰ ਵੇਖ ਕੇ ਭਾਗ ਨਹੀਂ ਹੋਣਾ ਹਾਂ ਉਹਨੂੰ ਵੇਹਿਆ ਸਾਰੀ ਗੱਲ ਨਹੀਂ ਕਹਿ ਦੇਣੀ ਵੀ ਯਾ ਉਹ ਤੇਰਾ ਫੋਟੋ ਨਹੀਂ ਕਰਾਉਣੀ ਜੀ ਪਰ ਹੁਣ ਮਾਡਰਨ ਜਰਨਲਿਜ਼ਮ ਹੋ ਗਿਆ ਬਾਈ ਹਾਂ ਹੁਣ ਤਾਂ ਇਹ ਗੱਲਾਂ ਬਹੁਤ ਪਿਛਾਂ ਰਹਿ ਗਈਆਂ ਵੀ ਕਿਸੇ ਨੂੰ ਹੁਣ ਤੁਸੀਂ ਇਹ ਗੱਲ ਨਹੀਂ ਕਿਉਂਕਿ ਬਹੁਤ ਵੱਡੇ ਵੱਡੇ ਪੱਤਰਕਾਰ ਨਹੀਂ ਗੱਲਾਂ ਕਹਿਤੀਆਂ ਇਹ ਜੇ ਤੁਸੀਂ ਜੇ ਤੁਸੀਂ ਇਸ ਗੱਲ ਤੇ ਕਾਮਯਾਬ ਰਹਿਣਾ ਨਾ ਫਿਰ ਤੁਹਾਨੂੰ ਬਹੁਤ ਸਾਰੇ ਪੱਤਰਕਾਰਾਂ ਨੂੰ ਪੱਤਰਕਾਰ ਨਹੀਂ ਮੰਨਣਾ ਪਊਗਾ ਨਹੀਂ ਕਿਉਂਕਿ ਜਿਵੇਂ ਮੈਂ ਇੱਕ ਸੀਨੇ ਪੱਤਰਕਾਰ ਸੀਗੇ ਉਹਨਾਂ ਨਾਲ ਮੈਂ ਜੋ ਗੱਲਬਾਤ ਕਰਦਾ ਮੈਂ ਉਹਨਾਂ ਨੂੰ ਸਰ ਕਹਿ ਕੇ ਦਮੈਂ ਸਰਸ ਉਹਨੇ ਆਫੇਰ ਤੋਂ ਮੈਨੂੰ ਸਰ ਕਹਿ ਲਾ ਜਦੋਂ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ ਮੇਰਾ ਨਾਮ ਲੈ ਕੇ ਗੱਲ ਕਰਨੀ ਹੈ ਤੇ ਉਦੋਂ ਮੈਂ ਫਿਰ ਮੈਨੂੰ ਉਹਨਾਂ ਨੇ ਦੱਸਿਆ ਸੀ ਇਹ ਸਾਰੀਆਂ ਚੀਜ਼ਾਂ ਤੇ ਮੈਂ ਕਿਹਾ ਕਿ ਇਹ ਇਹ ਕਿਵੇਂ ਤੂੰ ਮੇਰਾ ਫੈਨ ਹੈ ਜਾਂ ਇਹ ਇਦਾਂ ਦੀਆਂ ਚੀਜ਼ਾਂ ਕਹਿ ਦੇਣੀਆਂ ਉਹ ਪਹਿਲੇ ਪਤਾ ਲੱਜਣਾ ਕਿ ਤੁਸੀਂ ਉਹਨੂੰ ਕੋਈ ਤਿੱਖਾ ਸਵਾਲ ਨਹੀਂ ਕਰ ਸਕਦੇ ਤੁਸੀਂ ਤਾਂ ਫੈਨ ਹੋ ਉਹਦੇ ਨਹੀਂ ਇਸ ਤਰ੍ਹਾਂ ਚਲੋ ਇਹ ਹੁੰਦਾ ਵੀ ਅਗਲੇ ਬੰਦੇ ਨੂੰ ਤੁਸੀਂ ਕੰਫਰਟ ਕਰ ਦਿੰਦੇ ਹੋ ਤੁਹਾਡਾ ਨੈਗੇਟਿਵ ਪ੍ਰਭਾਵ ਚਲਾ ਜਾਂਦਾ ਹੈ ਅਪਰੋਚ ਗਲਤ ਹੋ ਜਾਂਦੀ ਹੈ ਜੀ ਜੇ ਤੁਸੀਂ ਮੰਨ ਲਓ ਕਿ ਕਿਸੇ ਲੀਡਰ ਨੂੰ ਇੰਟਰਵਿਊ ਕਰ ਜਾ ਤੁਸੀਂ ਜਾਂਦਿਆਂ ਸਾਹਿਬ ਦੇ ਫੋਟੋਆਂ ਕਰਾਉਣ ਲੱਗ ਪੋ ਤੁਸੀਂ ਉਹਨੂੰ ਆਖੋ ਮੈਂ ਤੇਰਾ ਫੈਨ ਹੀ ਬੜਾ ਜੀ ਮੈਂ ਤੇ ਤੁਹਾਨੂੰ ਸ਼ਿੱਦਤ ਨਾਲ ਪਿਆਰ ਕਰਦਾ ਮੈਂ ਨਿੱਕਾ ਹੁੰਦਾ ਤੈਨੂੰ ਵੇਂਦਾ ਸੀ ਫਿਰ ਤੁਹਾਡਾ ਪ੍ਰਭਾਵ ਨਹੀਂ ਰਹਿ ਜਾਂਦਾ ਹਾਂ ਫਿਰ ਤੁਸੀਂ ਕੀ ਕਹੋਗੇ ਕਿਵੇਂ ਪੁੱਛੋਗੇ ਤੁਸੀਂ ਇਹ ਤੁਹਾਡੀ ਗੱਲ ਬਿਲਕੁਲ درست ਹੈਗੀ ਆ ਐ ਤਾਂ ਇਹ ਵੀ ਸੀਗਾ ਵੀ ਸਰਦਾਰ ਸ਼ਬਦ ਦੀ ਵਰਤੋਂ ਨਹੀਂ ਕਰੀ ਦੀ ਹਾਂ ਸਾਹਿਬ ਨਹੀਂ ਕਹਿੰਦਾ ਪਰ ਮੈਂ ਕਹਿੰਦਾ ਇਹ ਸਾਰੀਆਂ ਗੱਲਾਂ ਛੱਡ ਕੇ ਕੰਟੈਂਟ ਤੇ ਫੋਕਸ ਹੋਣਾ ਚਾਹੀਦਾ ਜੀ ਤੁਹਾਡਾ ਕੰਟੈਂਟ ਕੀ ਆ ਤੁਹਾਡੇ ਸਵਾਲ ਹੱਤ ਕੀ ਹੈ ਗਿਆ ਤੇ ਇਹ ਗੱਲ ਬਹੁਤ ਵਾਜਬ ਹੈ ਬਈ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੁਸੀਂ ਸਾਡੇ ਲਈ ਸਮਾਂ ਕੱਢਿਆ ਜਿਵੇਂ ਲਾਸਟ ਵਾਰ ਜਿਦਾ ਹੀ ਕਹਿੰਦੇ ਹੁੰਦੇ ਨਾ ਤੇ ਆ ਪਰਸਨਲੀ ਮੇਰਾ ਬੜਾ ਦਿਲ ਸੀਗਾ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਪੱਤਰਕਾਰੀ ਤੁਹਾਡੇ ਥਿਊਜ਼ ਕੀ ਆ ਪੱਤਰਕਾਰੀ ਨੂੰ ਲੈ ਕੇ ਜਰਨਲ ਜਰਨਲਿਜ਼ਮ ਨੂੰ ਲੈ ਕੇ ਤੁਹਾਡੇ ਥਿਊਜ਼ ਕੀ ਆ ਤੁਹਾਡੀ ਖੁਦ ਦੀ ਲਾਈਫ ਕਿਵੇਂ ਰਹੀ ਆ ਆ ਮੈਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਬੜੇ ਲੰਮੇ ਸਮੇਂ ਪਹਿਲਾਂ ਮੈਂ ਤੁਹਾਨੂੰ ਮਿਲਿਆ ਸੀਗਾ ਉਦੋਂ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਮੈਂ ਤੁਹਾਡੀਆਂ ਸੁਣੀਆਂ ਸੀਗੀਆਂ ਅੱਜ ਤੋਂ 6 ਸਾਲ ਪਹਿਲਾਂ ਆਈ ਥਿੰਕ 5-6 ਸਾਲ ਪਹਿਲਾਂ ਤੇ ਫਿਰ ਮੈਨੂੰ ਪਤਾ ਲੱਗਾ ਸੀਗਾ ਤੁਸੀਂ ਹਰਮੀਗ ਬਾਈ ਦੇ ਦੋਸਤ ਵੀ ਆ ਫਿਰ ਮੈਂ ਤੁਹਾਡੀਆਂ ਫੋਟੋਗ੍ਰਾਫ ਦੇਖੀਆਂ ਉਦੋਂ ਮੈਂ ਨਿਊਜ਼ੀਲੈਂਡ ਤੋਂ ਵਾਪਸ ਆ ਗਿਆ ਸੀਗਾ ਜਦੋਂ ਤੁਸੀਂ ਪਹਿਲੀ ਵਾਰੀ ਅੰਦਰ ਗੇੜਾ ਮਾਰਿਆ ਸੀ ਗੇਮਾਂ ਦੇ ਉੱਤੇ ਤੇ ਉਰੋਂ ਤੋਂ ਲੈ ਕੇ ਹੁਣ ਤੱਕ ਮੇਰਾ ਸੀਗਾ ਮੈਂ ਕਿਹਾ ਕਿ ਕਦੀ ਨਾ ਕਦੀ ਗੱਲਬਾਤ ਕਰਾਂਗੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 3 ਸਾਲ ਪਹਿਲਾਂ ਮੇਰੇ ਦਿਮਾਗ ਵਿੱਚ ਇੱਕ ਕਨਸੈਪਟ ਸੀਗਾ ਕਿ ਪੌਡਕਾਸਟ ਕਰਨਾ ਹੈ ਤੇ ਇਸ ਚੀਜ਼ ਨੂੰ ਇੱਕ YouTube ਤੇ ਲਿਆਉਣ ਦੇ ਲਈ ਮੈਨੂੰ 3 ਸਾਲ ਲੱਗੇ ਤੇ ਫਿਰ ਮੈਂ ਸੋਚਿਆ ਮੈਂ ਕਿਹਾ ਜੇ ਹੁਣ ਸ਼ੁਰੂ ਕੀਤਾ ਤਾਂ ਕਿਉਂ ਨਾ ਆਪਾਂ ਗੱਲਬਾਤ ਜਿਹੜੀ ਹੈ ਨੀ ਬਹੁਤ ਧੰ ਨਿੱਜੀ ਤੌਰ ਤੇ ਸਭ ਤੋਂ ਵੱਧ ਧੰਨਵਾਦੀ ਆਪਦੇ ਦੋਸਤਾਂ ਦਾ ਸੁਖਰਾਜ ਭਾਈ ਜੀ ਮੇਰੇ ਖਿਆਲ ਆ ਵੀ ਜਿਹੜੀਆਂ ਰਿਸ਼ਤੇਦਾਰੀਆਂ ਇਹ ਤੁਹਾਨੂੰ ਗੁਰਤੀ ਚ ਮਿਲਦੀਆਂ ਹਾਂ ਹਾਂ ਤੇ ਦੋਸਤ ਤੁਸੀਂ ਆਪ ਬਣਾਉਂਦੇ ਹੋ ਆਪ ਚੁਣਦੇ ਹੋ ਤੇ ਚੁਣਨ ਲੱਗਿਆਂ ਤੁਹਾਡੇ ਤੋਂ ਕਦੀ ਗਲਤੀਆਂ ਬਹੁਤ ਕਰਦੇ ਚੰਗੀ ਚੀਜ਼ ਹੀ ਚੁਣਦੇ ਹੋ ਜੀ ਮੈਂ ਬੜਾ ਵਡਭਾਗਾ ਕਿ ਮੈਨੂੰ ਬਹੁਤ ਚੰਗੇ ਮਿੱਤਰ ਬਣੇ ਹਮ ਮੇਰੇ ਦੋਸਤਾਂ ਦਾ ਮੇਰੀ ਜ਼ਿੰਦਗੀ ਚ ਬਹੁਤ ਵੱਡਾ ਯੋਗਦਾਨ ਆ ਜੀ ਉਹਨਾਂ ਦਾ ਮੇਰੇ ਨਾਲ ਸਟੈਂਡ ਮਾਨਲੀ ਤੌਰ ਤੇ ਸਮਾਜਿਕ ਤੌਰ ਤੇ ਹਰ ਵਕਤ ਉਹ ਮੇਰੇ ਨਾਲ ਖੜਦੇ ਆ ਤੇ ਮੈਂ ਬੜਾ ਵਡਭਾਗਾ ਮਹਿਸੂਸ ਕਰਦਾ ਹਾਂ ਕਿ ਦੁਨੀਆਂ ਦੇ ਜਿਹੜੇ ਵੀ ਕੋਨੇ 'ਚ ਮੇਰੇ ਦੋਸਤ ਬੈਠੇ ਆ ਜੀ ਉਹ ਮੇਰੇ ਨਾਲ ਪੰਜਾਬੀ ਜੱਗ ਨੂੰ ਡਾਂਗਾਂ ਨੂੰ ਖੜੇ ਆ ਤੇ ਅੱਜ ਜੇ ਮੈਂ ਦੁਨੀਆਂ ਵੀ ਘੁੰਮੀ ਆ ਉਹ ਵਿੱਚ ਮੇਰੇ ਦੋਸਤਾਂ ਦਾ ਬਹੁਤ ਵੱਡਾ ਰੋਲ ਆ ਜਿੱਥੇ ਵੀ ਆ ਉੱਥੇ ਦੋਸਤ ਆ ਮੇਰੇ ਪਰਿਵਾਰ ਤੇ ਮੇਰੇ ਦੋਸਤ ਹਮ ਇਹਨਾਂ ਨੇ ਬਹੁਤ ਵੱਡਾ ਰੋਲ ਕਹਿੰਦਾ ਨਾ ਦਿਲ ਮਿਲੇ ਤਾਂ ਦੋਸਤ ਬਣਦੇ ਨਹੀਂ ਤਾਂ ਦੁਨੀਆਦਾਰੀ ਰੂਹ ਮਿਲੇ ਤਾਂ ਰਿਸ਼ਤੇ ਬਣਦੇ ਨਹੀਂ ਤਾਂ ਖੱਜਲ ਖਵਾਰੀ ਹਾਂ ਸੋ ਇਸ ਕਰਕੇ ਆ ਤੇ ਜਾਂਦੇ ਜਾਂਦੇ ਮੈਂ ਦੇਵੀ ਮਖਸੂਸਪੁਰੀ ਸਾਹਿਬ ਦੀ ਉਹ ਗੱਲ ਕਹਿਣੀ ਚਾਹੂੰਗਾ ਕਿ ਨਜ਼ਮਾਂ ਸ਼ੇਅਰ ਹੁੰਦਾ ਕਹਿੰਦਾ ਮੇਰੇ ਫਲ ਵਿੱਚ ਮਿਟ ਬੋਲਿਆਂ ਦੇ ਮੈਂ ਕੋਕੜੂ ਵਾਂਗੂ ਖੜਕਰਿਆਂ ਕਈਆਂ ਦੇ ਦਿਲ ਵਿੱਚ ਧੜਕ ਰਿਹਾ ਕਈਆਂ ਦੀ ਅੱਖ ਵਿੱਚ ਰੜਕ ਰਿਹਾ ਮੈਂ ਦੀਵਾ ਜਿਨ੍ਹਾਂ ਨੂੰ ਲੱਗਦਾ ਹਾਂ ਮੇਰੇ ਸੂਰਜ ਬਣਨ ਤੋਂ ਡਰਦੇ ਨੇ ਇਹਨੂੰ ਕਿਸੇ ਤਰੀਕੇ ਗੁੱਲ ਕਰੀਏ ਹਵਾ ਨਾਲ ਆਸਾਂ ਕਰਦੇ ਨੇ ਸੋ ਕਹਿਣ ਦਾ ਭਾਵੇਂ ਆ ਵੀ ਸੱਜਣ ਮਿੱਤਰ ਦੁਸ਼ਮਣ ਇਹ ਜ਼ਿੰਦਗੀ ਦਾ ਪਾਰਟ ਹੈ ਸਾਰੀ ਦੁਨੀਆ ਤੁਹਾਨੂੰ ਮੁਹੱਬਤ ਨਹੀਂ ਕਰ ਸਕਦੀ ਤੇ ਸਾਰੀ ਦੁਨੀਆ ਤੁਹਾਨੂੰ ਨਫ਼ਰਤ ਨਹੀਂ ਕਰ ਸਕਦੀ ਇਹ ਬੈਲੈਂਸ ਬਣਿਆ ਰਹਿੰਦਾ ਇਹ ਚੱਲਦਾ ਰਹਿੰਦਾ ਜੇ ਤੁਸੀਂ ਹਮੇਸ਼ਾ ਇਹੀ ਐਕਸਪੈਕਟ ਕਰੋ ਕਿ ਲੋਕ ਤੁਹਾਡੀ ਤਾਰੀਫ ਹੀ ਕਰੀ ਜਾਣੇ ਸੰਭਵ ਨਹੀਂ ਹੈ ਜੀ ਤਾਰੀਫ ਤਾਂ ਗੁਰੂਆਂ ਮਹਾਂਪੁਰਸ਼ਾਂ ਪੀਰਾਂ ਫਕੀਰਾਂ ਨੂੰ ਨਹੀਂ ਮਿਲਿਆ ਸੋ ਇਹ ਪਾਰਟ ਆਫ ਲਾਈਫ ਹੈ ਕਿਉਂਕਿ ਜੇ ਤੁਹਾਨੂੰ ਕ੍ਰਿਟਿਸਿਜ਼ਮ ਨਹੀਂ ਚੰਗਾ ਲੱਗਦਾ ਜਾਂ ਤੁਸੀਂ ਆਖੋ ਕਿ ਮੇਰੇ ਫਲਾਨਾ ਖਿਲਾਫ ਕਿਉਂ ਬੋਲਦਾ ਫਲਾਨਾ ਮਰੇ ਉਲਟ ਕਾਤੋਂ ਹੈ ਫਿਰ ਲੀਡਰ ਤਾਂ ਭਾਈ ਜੀ ਸੁਸਾਈਡ ਕਰ ਜਾਂਦਾ ਬਿਲਕੁਲ ਆਖਰੀ ਗੱਲ ਹੈ ਕਿ ਜਦੋਂ ਤੁਸੀਂ ਕੁਝ ਬਣ ਜਾਂਦੇ ਹੋ ਤੁਹਾਡਾ ਵਿਰੋਧ ਉਦੋਂ ਹੀ ਹੁੰਦਾ ਹੈ ਹਾਂ ਤੁਹਾਡੇ ਕੁਝ ਬਣਨ ਦੀ ਪੁਸ਼ਟੀ ਉਦੋਂ ਹੁੰਦੀ ਹੈ ਜੇ ਲੋਕ ਤੁਹਾਡੇ ਖਿਲਾਫ ਬੋਲਣ ਲੱਗਦੇ ਹਾਂ ਨਹੀਂ ਤਾਂ ਤੁਸੀਂ ਆਮ ਹੀ ਹੋ ਤੁਸੀਂ ਆਮ ਹੀ ਹੋ ਤੁਸੀਂ ਮੈਨੂੰ ਦੱਸੋ ਤੁਸੀਂ ਸਾਡੇ ਕੈਮਰਾਮੈਨ ਦੇ ਖਿਲਾਫ ਕੌਣ ਬੋਲਦਾ ਜਾਂ ਸਾਡੇ ਘਰ ਦੇ ਨੌਕਰ ਦੇ ਖਿਲਾਫ ਕੋਈ ਬੋਲਦਾ ਹਮੇਸ਼ਾ ਤੁਹਾਡੇ ਖਿਲਾਫ ਹੀ ਗੱਲਾਂ ਹੁੰਦੀਆਂ ਨੇ ਜੀ ਤੁਹਾਡੇ ਤੁਹਾਡੀ ਜਦੋਂ مخਾਲਫਤ ਤੇ ਕ੍ਰਿਟਿਸਿਜ਼ਮ ਸ਼ੁਰੂ ਹੋ ਗਿਆ ਨਾ ਦੈਟ ਮੀਨਸ ਕਿ ਤੁਸੀਂ ਰਾਈਜ਼ ਕਰਕੇ ਹਾਂ ਥੈਂਕ ਯੂ ਬਾਈ ਬਹੁਤ 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 ਮਿਹਰਬਾਨੀ ਤੁਹਾਡਾ ਸੁਖਰਾਜ ਭਾਈ ਔਰ ਸ਼ਸ਼ੋਭਤ ਦੀਰ ਦਾ ਬਹੁਤ ਧੰਨਵਾਦ ਮਾਫੀ ਚਾਹਣਾ ਪੈਂਡਿੰਗ ਸੀ ਬੜੇ ਚਿਰ ਦਾ ਇੱਕ ਕਰੀ ਮੈਂ ਕੈਨਸਲ ਵੀ ਕਰਤਾ ਕੋਈ ਗੱਲ ਨਹੀਂ ਆਪਣਾ ਹੀ ਹਲੇ ਹਲੇ ਆਪਣਾ ਹੀ ਆ ਸਾਰਾ ਕੁਝ ਜਰੂ ਮਰਜੀ ਹੈ ਤੇ ਇਨ ਆਊਟ ਕਰ ਸਕਦੇ ਆ ਤੇ ਹੁਣ ਮੈਂ ਇਹ ਇਦਾਂ ਹੁੰਦਾ ਕਿ ਨਾ ਪੋਡਕਾਸਟ ਦੇ ਲਈ ਅਸੀਂ ਪਹਿਲਾਂ ਸੋਚਦੇ ਸੀਗੇ ਕਿ ਕੋਈ ਨਾ ਕੋਈ ਆਫਿਸ ਜਾਂ ਕੋਈ ਸਟੂਡੀਓ ਬਣਾਇਆ ਜਾਵੇ ਪਰ ਫੇ ਅਸੀਂ ਇਹ ਜਗ੍ਹਾ ਤਾਂ ਚੁਣੀ ਇੱਕ ਕੰਫਰਟ ਜ਼ੋਨ ਜਿਹਾ ਰਹਿੰਦਾ ਹੈ ਇਹਦੇ ਵਿੱਚ ਇਦਾਂ ਲੱਗਦਾ ਕਿਸੇ ਘਰੇ ਹੀ ਆਏ ਆ ਕੋਈ ਗੱਲ ਨਹੀਂ ਜੋ ਮਰਜੀ ਗੱਲ ਕਰ ਸਕਦੇ ਆ ਬਿਲਕੁਲ ਸੀ ਯਾਰ ਨਹੀਂ ਮੈਨੂੰ ਬਹੁਤ ਚੰਗਾ ਲੱਗਾ ਗੱਲ ਕਰਕੇ ਥੈਂਕ ਯੂ ਭਾਈ ਬਹੁਤ ਮੇਹਰਬਾਨ